ਕੋਠੀਆ ਥੋੜੀ ਗਲਤ ਗੰਦਾ ਯਾਰ ਹਲੋ ਹਲੋ ਹਮ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਸਵਾਗਤ ਹੈ ਤੁਹਾਡਾ ਸਭ ਦਾ ਆਨਲਾਈਨ ਸੈਸ਼ਨ ਦੇ ਵਿੱਚ ਪੰਜਾਬ ਜੀਕੇ ਦੀ ਇਹ ਫਰੀ ਆਫ ਕੋਸ ਸੀਰੀਜ਼ ਤੁਹਾਡੇ ਲਈ ਜੋ ਸਪੈਸ਼ਲ ਸਟਾਰਟ ਕਰੀ ਗਈ ਸੀ ਉਹਦੇ ਵਿੱਚ ਸਭ ਦਾ ਸਵਾਗਤ ਹੈ ਗੁੱਡ ਇਵਨਿੰਗ ਜੀ ਗੁੱਡ ਇਵਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਆਜੋ ਜੀ ਆਜੋ ਬਿਲਕੁਲ ਆਜੋ ਸੋ ਜਿੰਨੇ ਜਨੇ ਪਹੁੰਚ ਚੁੱਕੇ ਹੋ ਆਪਣਾ ਕੰਮ ਆਪਣੀ ਰਿਸਪੋਨਸੀਬਿਲਟੀ ਪੂਰੀ ਕਰ ਦੋ ਸੈਸ਼ਨ ਨੂੰ ਦਬ ਕੇ ਸ਼ੇਅਰ ਕਰ ਦੋ ਅੱਜ ਦਾ ਸੈਸ਼ਨ ਬਹੁਤ ਹੀ ਮਜ਼ੇਦਾਰ ਸੈਸ਼ਨ ਰਹਿਣ ਵਾਲਾ ਜਿਵੇਂ ਕਿ ਪਹਿਲਾ ਸੈਸ਼ਨ ਜਿਹੜੇ ਸੀ ਹਜੇ ਆਪਾਂ ਕੱਲ ਬੇਸਿਕ ਪੜਿਆ ਸੀ ਪੰਜਾਬ ਦਾ ਬਿਲਕੁਲ ਬੇਸਿਕ ਅੱਜ ਪੜਾਂਗੇ ਅੱਜ ਦਾ ਪੰਜਾਬ ਜਿਹਦੇ ਵਿੱਚ ਅੱਜ ਆਪਾਂ ਰਹਿ ਰਹੇ ਹਾਂ ਉਹ ਪੰਜਾਬ ਬਣਿਆ ਕਿੱਦਾਂ ਸੀ ਉਹ ਕਿਸ ਤਰੀਕੇ ਨਾਲ ਬਣਿਆ ਸੀ ਅੱਜ ਆਪਾਂ ਉਹ ਦੇਖਾਂਗੇ ਅੱਜ ਦਾ ਪੰਜਾਬ ਕਿਸ ਤਰੀਕੇ ਨਾਲ ਬਣਿਆ ਅੱਜ ਆਪਾਂ ਤੋ ਅੱਜ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਰਹੇ ਹੋ ਉਹ ਕਿਸ ਤਰੀਕੇ ਨਾਲ ਬਣਿਆ ਸੀ ਪੰਜਾਬ ਅੱਜ ਆਪਾਂ ਉਹ ਦੇਖਣ ਜਾ ਰਹੇ ਆਂ ਵੀ ਸਟਾਰਟਿੰਗ ਤੋਂ ਜਦੋਂ ਬ੍ਰਿਟਿਸ਼ਰਜ਼ ਦਾ ਟਾਈਮ ਚੱਲਦਾ ਸੀ ਉਦੋਂ ਪੰਜਾਬ ਕਿਦਾਂ ਦਾ ਸੀ ਹੌਲੀ ਹੌਲੀ ਪੰਜਾਬ ਕੱਟਦਾ ਗਿਆ ਕੱਟਦਾ ਗਿਆ ਕੱਟਦਾ ਗਿਆ ਤੇ ਇੰਨਾ ਕੁ ਰਹਿ ਗਿਆ ਤੁਹਾਡੇ ਸਾਹਮਣੇ ਸ਼ੋਅ ਹੋਇਆ ਹੋਇਆ 1901 ਦੇ ਵਿੱਚ ਪੰਜਾਬ ਇੰਨਾ ਵੱਡਾ ਸੀ ਫਿਰ 11ਵੇਂ ਥੋੜਾ ਜਿਹਾ ਛੋਟਾ ਹੋ ਗਿਆ ਫਿਰ ਹੋਰ ਛੋਟਾ ਹੋ ਗਿਆ ਐਂਡ ਦੇ ਆਂਦੇ ਆਦੇ ਸਿਰਫ ਇੰਨਾ ਕੁ ਹਿੱਸਾ ਪੰਜਾਬ ਦਾ ਰਹਿ ਗਿਆ ਇਹ ਸਾਰੀ ਕਹਾਣੀ ਆਪਾਂ ਇੱਥੋਂ ਸਟਾਰਟ ਕਰਾਂਗੇ ਜਿੱਥੇ ਕੱਲ ਛੱਡੀ ਸੀ ਵੀ ਐਂਸ਼ੀਅੰਟ ਹਿਸਟਰੀ ਵਿੱਚ ਕੀ ਨਾਮ ਸੀ ਤੇ ਉਹਨ ਫਿਰ ਮੀਡੀਵਲ ਹਿਸਟਰੀ ਵਿੱਚ ਕਿੰਨਾ ਕੁ ਫੈਲਿਆ ਹੋਇਆ ਸੀ ਤੇ ਅੱਜ ਦੇਖਾਂਗੇ ਮੋਡਰਨ ਇੰਡੀਆ ਦੇ ਵਿੱਚ ਕਿੰਨਾ ਫੈਲਿਆ ਹੋਇਆ ਸੀ ਪੰਜਾਬ ਗੁੱਡ ਈਵਨਿੰਗ ਜੀ ਗੁੱਡ ਈਵਨਿੰਗ ਕਹਿੰਦੇ ਗੁਲਾਬ ਚੱਕੋ ਗੁਲਾਬ ਚੱਕੋ ਅਜਰੋਸ ਦੇ ਆ ਹੈਨਾ ਤਾਂ ਗੁਲਾਬ ਕਹਿੰਦਾ ਸਾਨੂੰ ਗੁਲਾਬ ਅੱਜ ਤੱਕ ਮਿਲਿਆ ਨਾ ਕਿਸੇ ਨੱਡੀ ਤੋਂ ਚਲੋ ਜੀ ਚਲੋ 197 198 200 ਜਲਦੀ ਤੋਂ ਜਲਦੀ 400 500 ਦੀ ਪਰਸਨ ਇਕੱਠੇ ਕਰਕੇ ਲੈ ਆਓ ਸੈਸ਼ਨ ਅੱਛਾ ਚੱਲੇਗਾ ਤਾਂ ਕੰਟੀਨਿਊ ਰਹੇਗਾ ਗੁੱਡ ਈਵਨਿੰਗ ਜੀ ਗੁੱਡ ਈਵਨਿੰਗ ਇੱਕ ਬੰਦਾ ਆਇਆ ਵਿੱਚ ਗੁੱਡ ਮਾਰਨਿੰਗ ਹੈ ਨਾ ਕਰਨ ਹਾਲੀਵੋਡ ਬੜੇ ਮੁਸ਼ਕਿਲ ਨਾਲ ਜਾਗਿਆ ਮੈਨੂੰ ਲੱਗਦਾ ਮੈਸੇਜਸ ਤੇ ਹਨਾ 1901 ਕਰਜ਼ਨ 1911 ਹਾਰਡਿੰਗ ਵੈਰੀ ਵੈਰੀ ਗੁੱਡ ਵੈਰੀ ਗੁੱਡ ਸੋ ਬੱਲੇ ਬੱਲੇ ਕਰਾ ਦੇਾਂਗੇ ਸੋ ਪੰਜਾਬ ਦੀ ਕਿਹਦਾ ਅੱਜ ਦਾ ਸੈਸ਼ਨ ਇਹਦੇ ਵਿੱਚ ਆਪਾਂ ਇਹ ਪੜ੍ਹਨਾ ਹੈ ਵੀ ਅੱਜ ਦਾ ਪੰਜਾਬ ਕਿਸ ਤਰੀਕੇ ਨਾਲ ਛੋਟਾ ਰਹਿ ਗਿਆ ਪਹਿਲਾਂ ਬਹੁਤ ਵੱਡਾ ਪੰਜਾਬ ਸੀ ਹੌਲੀ ਹੌਲੀ ਉਹਦੀ ਵੰਡ ਹੁੰਦੀ ਰਹੀ ਸੋ ਕਿਸ ਤਰੀਕੇ ਨਾਲ ਰਹਿ ਗਿਆ ਸੋ ਇਹ ਵਾਲੇ ਪੰਜਾਬ ਦੀ ਜੋ ਸੀਰੀਜ਼ ਹੈ ਤੁਹਾਨੂੰ ਮੈਂ ਦੱਸਿਆ ਵੀ ਸੀ ਇਹ ਪੰਜਾਬ ਦੀ ਸੀਰੀਜ਼ ਦੇ ਵਿੱਚ ਆਪਾਂ ਚਾਰ ਪੋਰਸ਼ਨ ਕਵਰ ਕਰਨੇ ਆ ਹਿਸਟਰੀ ਜੀਓਗ੍ਰਾਫੀ ਪੋਲੀਟੀ ਇਕਨੋਮੀ ਹਿਸਟਰੀ ਨਾਲ ਤੁਸੀਂ ਕਹਿੰਦੇ ਸਰ ਮੂਵਮੈਂਟਸ ਪੰਜਾਬ ਦੇ ਅੰਦੋਲਨ ਵੀਰੇ ਪੰਜਾਬ ਦੇ ਅੰਦੋਲਨਾਂ ਦੇ ਵਿੱਚ ਹੀ ਆ ਜਾਣਗੇ ਸਾਰੇ ਦੇ ਸਾਰੇ ਹਿਸਟਰੀ ਦੇ ਵਿੱਚ ਐਲੋ ਜੀ ਮੈਂ ਇੱਕ ਬੋਕਸ ਹੋਰ ਬਣਾ ਦੇਣਾ ਤੁਹਾਡੇ ਵਾਸਤੇ ਜਿਹੜੇ ਜਿਨ੍ਹਾਂ ਨੂੰ ਟੈਨਸ਼ਨ ਹੈ ਸਰ ਪੰਜਾਬ ਦਾ ਕਲਚਰ ਨਹੀਂ ਕਰਾਂਗੇ ਬਿਲਕੁਲ ਕਰਾਂਗੇ ਪੰਜਾਬ ਦਾ ਸਾਰਾ ਕਲਚਰ ਕਰਾਂਗੇ ਇਹਦੇ ਵਿੱਚ ਪੰਜਾਬ ਦੇ ਮੇਲੇ ਤਿਉਹਾਰ ਗਹਿਨੇ ਗੁਨੇ ਕਿਹੜੇ ਆ ਕਿਹੜੇ ਕਿਹੜੇ ਗੀਤ ਗਾਏ ਜਾਂਦੇ ਲੋਕ ਗੀਤ ਲੋਕ ਨਾਲ ਸਾਰਾ ਕੁਝ ਸਭ ਕੁਝ ਕਰਾਂਗੇ ਪੰਜਾਬ ਦਾ ਬਿਲਕੁਲ ਪੀਟ ਐਡ ਸੀਡ ਐਡ ਮਾਸਟਰ ਜੇਡਿਟੀ ਸਾਰਿਆਂ ਵਾਸਤੇ ਕਲਾਸ ਦੇ ਸਾਰਿਆਂ ਵਾਸਤੇ ਸੋ ਸਟਾਰਟ ਕਰਦੇ ਆ ਅੱਜ ਦਾ ਸੈਸ਼ਨ ਸੋ ਆਪਾਂ ਪੰਜਾਬ ਦੀ ਵੰਡ ਦੇਖਣੀ ਹੈ ਪੰਜਾਬ ਦੀ ਵੰਡ ਤੁਹਾਨੂੰ ਮੈਂ ਕੱਲ ਦੱਸ ਕੇ ਗਿਆ ਸੀ ਜਿਹੜਾ ਆਪਣਾ ਪੰਜਾਬ ਸੀ ਉਹ ਪੰਜਾਬ ਦੀ ਵੰਡ ਚਾਰ ਵਾਰ ਹੋਈ ਸੀ ਜਲਦੀ ਜਲਦੀ ਸਾਲ ਕਮੈਂਟ ਕਰ ਦਿਓ ਕਿਹੜੇ ਕਿਹੜੇ ਸਾਲ ਦੇ ਵਿੱਚ ਆਪਣੇ ਕੋਲ ਪੰਜਾਬ ਦੀ ਵੰਡ ਹੋਈ ਕਿਹੜੇ ਕਿਹੜੇ ਸਾਲ ਦੇ ਵਿੱਚ ਆਪਣੇ ਕੋਲ ਪੰਜਾਬ ਨੂੰ ਵੰਡਿਆ ਗਿਆ ਥੈਂਕ ਯੂ ਥੈਂਕ ਯੂ ਪ੍ਰਜਾਪਤੀ ਮੈਪਸ ਇਨ ਪੀਡੀਐਫ ਦੇ ਦਿਓ ਤਾਂ ਕਿ ਪ੍ਰਿੰਟ ਕਰਕੇ ਨੋਟਸ ਤੇ ਲੈ ਲਈਏ ਗਗਨ ਸਿੱਧੂ ਹਾਂ ਜਰੂਰ ਆਵਲੇ ਮੈਪ ਤੁਹਾਨੂੰ ਮੈਂ ਪ੍ਰੋਵਾਈਡ ਕਰ ਦੂੰਗਾ ਜ਼ਰੂਰ ਪ੍ਰੋਵਾਈਡ ਕਰ ਦੂੰਗਾ ਆਹ ਵਾਲੇ ਮੈਪ ਚਾਹੀਦੇ ਆ ਤਾਂ ਕੱਲਾ ਕੱਲਾ ਮੈਪ ਤੁਹਾਨੂੰ ਮਿਲ ਜੇਗਾ ਟੈਨਸ਼ਨ ਨਾ ਲਓ ਥੈਂਕ ਯੂ ਥੈਂਕ ਯੂ ਅਚਲ ਸੋ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਕਰੋ ਦਬ ਕੇ ਲਾਈਕ ਕਰੋ ਸੋ 1901 1911 1947 ਤੋਂ 1966 दैट मींस ਆਪਾਂ ਮੋਡਰਨ ਇੰਡੀਆ ਦੀ ਸਾਰੀ ਸਟੋਰੀ ਸੁਣਨੀ ਆ ਪੰਜਾਬ ਦੀ ਸੋ ਪੰਜਾਬ ਦੀ ਵੰਡ ਚਾਰ ਵਾਰ ਹੋਈ ਸੀ ਵੈਰੀ ਗੁੱਡ ਆਨਸਰ ਹਣੇ ਸਟਾਰਟ ਹੋ ਚੁੱਕਿਆ 1901 1911 1947 66 ਉਹੀ ਚਾਰ ਸਾਲ ਜਿਹੜੇ ਮੈਂ ਹੁਣ ਲਿਖਿਆ ਸੋ ਕਿਹੜੇ ਕਿਹੜੇ ਸਾਲ ਦੇ ਵਿੱਚ ਜਿਹੜੇ ਮੈਪ ਦੇ ਵਿੱਚ ਤੁਹਾਨੂੰ ਦਿਖਾਏ ਆ 1901 1901 1911 ਤੋਂ ਬਾਅਦ 1947 1947 ਤੋਂ ਬਾਅਦ 1968 ਸੋ ਇਹ ਚਾਰ ਵਾਰ ਪੰਜਾਬ ਦੀ ਵੰਡ ਹੋਈ ਫਾਈਨਲ ਪੰਜਾਬ ਜਿਹੜਾ ਨਿਊ ਪੰਜਾਬ ਜੀ ਨੂੰ ਕਿਹਾ ਜਾਂਦਾ ਹੈ ਉਹ ਅੱਜ ਦਾ ਪੰਜਾਬ ਲੇਟੈਸਟ ਪੰਜਾਬ ਕਰੰਟ ਪੰਜਾਬ ਉਹ ਪੰਜਾਬ ਕਦੋਂ ਬਣ ਕੇ ਸਾਹਮਣੇ ਆਇਆ 1966 ਜਦੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਾਲਾ ਹਿੱਸਾ ਅਲੱਗ ਹੋਇਆ ਵੈਰੀ ਗੁੱਡ ਜੀ ਵੈਰੀ ਗੁੱਡ ਪੰਜਾਬ ਲੈਕਚਰਰ ਵੀ ਕਰਵਾਓਗੇ ਸਰ ਜਗਸੀਰ ਸਿੰਘ ਆ ਵਾਲੇ ਬੈਚ ਦੇ ਵਿੱਚ ਜਿੰਨਾ ਕੁਝ ਹੋਈਗਾ ਤੁਸੀਂ ਆਪਣੇ ਸਿਲੇਬਸ ਨਾਲ ਮੈਚ ਕਰ ਲੈਣਾ ਉਹ ਜਿੰਨਾ ਕੁਝ ਵੀ ਸਿਲੇਬਸ ਦੇ ਵਿੱਚ ਲਿਖਿਆ ਹੋਇਆ ਉਹ ਟੌਪਿਕ ਮੈਂ ਕਰਵਾ ਦੂੰਗਾ ਸੋ so, 1901 1911 47 68 ਸੋ ਆਪ ਮੈਪ ਨੂੰ ਸਮਝਾਂਗੇ ਸਭ ਤੋਂ ਪਹਿਲਾਂ ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਮੈਪ ਜਿਹੜਾ ਆਪਣੇ ਕੋਲ ਹੈਗਾ ਇਹ 1911 ਦਾ ਹੈਂ ਦਾ ਕਿਹੜੇ ਟਾਈਮ ਦਾ 1911 ਸੋ ਧਿਆਨ ਨਾਲ ਮੈਪ ਸਮਝ ਲੈਣਾ ਫਿਰ ਤੁਹਾਨੂੰ ਸਾਰੀਆਂ ਕਹਾਣੀਆਂ ਸੁਣਾਦਾਗਾ ਸਾਰੀਆਂ ਕਹਾਣੀਆਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਮੈਪ ਸਮਝਾਂ ਸਿਰਫ ਤੇ ਸਿਰਫ ਮੈਪ ਦੇ ਉੱਪਰ ਖਿਆਲ ਕਰਨਾ ਹੈ ਜੋ ਆ ਗ੍ਰੀਨ ਤੇ ਡਾਰ ਗ੍ਰੀਨ ਕਹਿੰਦਾ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਹੈ ਇਹ ਤਾਂ ਆਪਣਾ ਪੰਜਾਬ ਇਹ ਆਪਣਾ ਪੰਜਾਬ ਜਿਹੜਾ ਬਲੂ ਕਲਰ ਦਾ ਦਿਖਾਈ ਦੇ ਰਿਹਾ ਹੈ 1911 ਦੇ ਵਿੱਚ 1900 ਸੋਰੀ 1901 ਦੇ ਵਿੱਚ ਪਹਿਲੀ ਵਾਰ 1901 ਦੇ ਵਿੱਚ ਪੰਜਾਬ ਦੇ ਵਿੱਚੋਂ ਆ ਬਲੂ ਕਲਰ ਵਾਲਾ ਪੋਰਸ਼ਨ ਅਲੱਗ ਹੋਇਆ ਸੀ ਆ ਵਾਲਾ ਪੋਰਸ਼ਨ ਸਿਰਫ ਆ ਵਾਲਾ ਪੋਰਸ਼ਨ ਅਲੱਗ ਹੋਇਆ 1901 ਜਦੋਂ ਆਪਣੇ ਇੰਡੀਆ ਦੇ ਵਿੱਚ ਵਾਇਸਰॉय ਚੱਲ ਰਹੇ ਸੀ ਕਿਹੜੇ ਵਾਇਸਰॉय ਸੀ ਬਾਜੀ ਲੋਰਡ ਕਰਜ਼ਨ ਸੀ ਕੌਣ ਸੀ ਲੋਰਡ ਕਰਜ਼ਨ ਸੋ ਕਰਜ਼ਨ ਵਾਇਸਰॉय ਸੀ ਆਪਣੇ ਇੰਡੀਆ ਦੇ ਸੋ ਲੋਰਡ ਕਰਜ਼ਨ ਜਿੰਦੇ ਟਾਈਮ ਤੇ ਬੰਗਾਲ ਦੀ ਵੰਡ ਹੋਈ ਸੀ ਉੱਥੋਂ ਹੀ ਤੁਸੀਂ ਯਾਦ ਕਰ ਸਕਦੇ ਹੋ ਪਹਿਲੀ ਵਾਰ ਪਹਿਲੀ ਵਾਰ ਪੰਜਾਬ ਦੀ ਵੰਡ ਐਂਦੇ ਟਾਈਮ ਤੇ ਹੋਈ ਯਾਦ ਕਿਵੇਂ ਕਰਾਂਗੇ ਸਰ वायस रॉय ਸੀ वायस रॉय ਕਿਹੜਾ ਸੀ वायस रॉय ਕਰਜ਼ਨ ਕਿਸੇ ਬੰਦੇ ਨੇ ਕਰਜ਼ਾ ਦੇਣਾ ਸੀ ਪੰਜਾਬ ਨੂੰ ਵੰਡਦਾ ਬੰਗਾਲ ਨੂੰ ਵੰਡਦਾ ਦੋ ਹਿੱਸਿਆਂ ਨੂੰ ਵੰਡਦਾ ਸੋ ਪੰਜਾਬ ਦਾ ਆ ਵਾਲਾ ਹਿੱਸਾ ਜਲਦੀ ਜਲਦੀ ਦੱਸੋ ਕਿਸੇ ਨੂੰ ਨਾਮ ਪਤਾ ਹੋਏ ਆ ਬਲੂ ਕਲਰ ਵਾਲੇ ਹਿੱਸੇ ਦਾ ਨਾਮ ਕੀ ਰੱਖਿਆ ਗਿਆ ਪੰਜਾਬ ਦਾ ਆ ਕਿਹੜਾ ਹਿੱਸਾ ਸੀ ਜਿੱਤੇ ਬਾਅਦ ਵਿੱਚ ਮੁਸਲਮਾਨਾਂ ਨੇ ਵੀ ਕਬਜ਼ਾ ਕਰਿਆ ਇੱਕ ਟਾਈਮ ਤੇ ਆ ਕੇ ਸੋ ਆ ਕਿਹੜਾ ਏਰੀਆ ਹੈ ਇਹ ਨਾਮ ਕੀ ਹੈ ਆ ਵਾਲੇ ਹਿੱਸੇ ਦਾ ਆ ਵਾਲੇ ਹਿੱਸੇ ਦਾ ਨਾਮ ਕੀ ਹੈ ਦਾ ਏਰੀਆ ਬਿਯੋਂਡ ਇੰਡਸ ਬਿਲਕੁਲ ਜੀ ਬਿਲਕੁਲ ਸੁਖਮਨੀ ਜੀ ਸੋ ਇਥੋਂ ਇੰਡਸ ਰਿਵਰ ਨਿਕਲਦੀ ਹੈ ਸੋ so, 1901 ਜਿਹੜਾ ਏਰੀਆ ਸੀ ਇੰਡਸ ਤੋਂ ਪਰੇ ਮੈਂ ਹੁਣ ਇੱਥੇ ਲਿਖਦਾ 1911 ਨਹੀਂ ਸੋ so, 1901 ది ਏਰੀਆ ਬਿਯੋਂਡ ది ਏਰੀਆ ਥੋੜੀ ਥੋੜੀ ਫੋਟੋ ਛੋਟੀ ਕਰ ਦਿੰਦੇ ਆਪਾਂ ది ਏਰੀਆ ਬਿਯੋਂਡ ਇੰਡਸ ਜਿਹੜਾ ਇੰਡਸ ਨਦੀ ਤੋਂ ਉਧਰ ਪਰਲੇ ਵਾਲੀ ਸਾਈਡ ਸਾਰਾ ਏਰੀਆ ਸੀ ਉਹ ਸਾਰੇ ਦਾ ਸਾਰਾ ਏਰੀਆ ਉਹਨੂੰ ਕੀ ਨਾਮ ਦੇਤਾ ਆਪਾਂ ਉਹਨੂੰ ਕੀ ਨਾਮ ਦੇਤਾ NWFP जल्दी जल्दी कमेंट करो इसकी फुल फॉर्म दसो मेनू NWFP सो so 1901 ਦੇ ਵਿੱਚ ਜਿਹੜਾ ਪੰਜਾਬ ਵੰਡਿਆ ਗਿਆ ਸੀ ਉਹ ਪੰਜਾਬ ਦਾ ਹਿੱਸਾ ਆ ਵਾਲਾ ਹਿੱਸਾ ਸੀ ਉਹਦਾ ਨਾਮ ਕੀ ਰੱਖਿਆ ਗਿਆ NWFP ਅਖੀਰਨ ਦਾ ਆਨਸਰ ਆ ਚੁੱਕਿਆ ਹੈ ਨਾਰਥ ਵੈਸਟ ਫਰੰਟੀਅਰ ਪ੍ਰਵਿੰਸ ਬਿਲਕੁਲ ਬਿਲਕੁਲ ਸਾਰੇ ਜਣੇ ਲਾਈਕ ਸ਼ੇਅਰ ਦੀ ਗੱਲ ਹੀ ਮੰਨ ਲੋ ਸੋ ਨਾਰਥ ਵੈਸਟ ਫਰੰਟੀਅਰ ਪ੍ਰਵਿੰਸ ਵੈਰੀ ਗੁੱਡ ਨਾਰਥ ਵੈਸਟ ਫਰੰਟੀਅਰ ਪ੍ਰਵਿੰਸ ਸੋ ਵਾਥੇ ਲਿਖਣ ਜਾ ਰਿਹਾ ਨਾਰਥ ਕੀ ਲਿਖ ਰਿਹਾ ਨਾਰਥ ਵੈਸਟ ਫਰੰਟੀਅਰ ਪ੍ਰਵਿੰਸ ਸੋ ਨਾਰਥ-ਵੈਸਟਰ ਫਰੰਟੀਅਰ ਪ੍ਰੋਵਿੰਸ ਆਪਣੇ ਪੰਜਾਬ ਦਾ ਪਹਿਲਾ ਹਿੱਸਾ ਸੀ ਜਿਹੜੇ ਆਪਣੇ ਪੰਜਾਬ ਤੋਂ ਅਲੱਗ ਹੋਇਆ ਕਿੱਥੋਂ ਅਲੱਗ ਹੋਇਆ ਜੀ ਪੰਜਾਬ ਤੋਂ ਅੱਡ ਹੋਇਆ ਨਾਰਥ-ਵੈਸਟ ਪ੍ਰਾਂਦੀਆ ਪ੍ਰੋਵਿੰਸ ਹੁਣ ਇਹ ਵਾਲਾ ਹਿੱਸਾ ਸੀੜਾ ਆਪਣਾ ਉੱਤਰ-ਪੱਛਮੀ ਹਿੱਸਾ ਉੱਤਰ-ਪੱਛਮੀ ਹਿੱਸਾ ਆਪਣੇ ਪੰਜਾਬ ਦਾ ਅਲੱਗ ਹੋ ਗਿਆ ਮਤਲਬ 1901 ਦੇ ਵਿੱਚ ਇਹਨੂੰ ਅਲੱਗ ਤੋਂ ਇੱਕ ਸਟੇਟ ਬਣਾ ਦਿੱਤਾ ਗਿਆ ਕੀ ਬਣਾਤਾ ਇੱਕ ਪ੍ਰਵਿੰਸ ਬਣ ਗਿਆ ਜਿਵੇਂ ਅੱਜ ਦੇ ਟਾਈਮ ਦੇ ਆਪਾਂ ਇੱਕ ਸਟੇਟ ਵਰਡ ਯੂਜ਼ ਕਰਦੇ ਆਂ ਰਾਜਿਆ ਵਰਡ ਯੂਜ਼ ਕਰਦੇ ਆਂ ਉਦੋਂ ਕੀ ਬੋਲਦੇ ਸੀ ਪ੍ਰਵਿੰਸ ਬੋਲਦੇ ਸੀ ਪ੍ਰਵਿੰਸ ਨੂੰ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਆਂ ਐਨਮਨ ਇਕਨਮੀ ਸਟੇਟ ਬਣ ਗਈ ਸੋ ਪੰਜਾਬ ਦੀ ਪਹਿਲੀ ਵੰਡ ਉਮੀਦੇ ਸਭ ਨੂੰ ਸਮਝ ਆ ਗਈ ਹੋएगी ਸੋ ਇਹ ਪੰਜਾਬ ਦਾ ਆਪਣੇ ਕੋਲ 1901 ਵਾਲਾ ਟਾਈਮ ਸੀ 9001 ਵਿੱਚ ਸਿਰਫ ਆ ਵਾਲਾ ਹਿੱਸਾ ਬਾਹਰ ਗਿਆ ਹੁਣ ਅੱਗੇ ਚੱਲਾਂਗੇ ਆਪਣਾ ਬਾਕੀ ਪੰਜਾਬ ਬਚੇਗਾ ਹੁਣ ਤੁਸੀਂ ਦੇਖਿਆ ਜੀ ਆ ਵਾਲਾ ਹਿੱਸਾ ਉੱਡ ਜਾਏਗਾ ਸੋ 1901 ਤੋਂ ਬਾਅਦ ਅਗਲੀ ਵੰਡ ਕਿਹੜੇ ਸਾਲ ਦੇ ਵਿੱਚ ਹੁੰਦੀ ਹੈ ਜਲਦੀ ਜਲਦੀ 1901 ਤੋਂ ਬਾਅਦ ਅਗਲੀ ਵੰਡ ਹੁੰਦੀ ਹੈ 1911 ਸੋ so 1911 ਤੁਹਾਡੇ ਸਾਹਮਣੇ ਹੈ 1911 1911 ਪਹਿਲਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦੇਣਾ 1911 1911 1911 ਇਥੇ ਮੈਪ ਦੇ ਵਿੱਚ ਹਲਕਾ ਜਿਹਾ ਏਰੀਆ ਉਹਨੂੰ ਮੈਪ ਨੂੰ ਸ਼ੋ ਮੈਪ ਦੇ ਵਿੱਚ ਡਾਰਕ ਨਹੀਂ ਕੀਤਾ ਹੋਇਆ ਪਰ ਮੈਂ ਤੁਹਾਨੂੰ ਡਾਰਕ ਕਰਕੇ ਦਿਖਾ ਦੂੰਗਾ ਸੋ ਇਥੋਂ ਦੀ ਤਾਂ ਆਪਣਾ ਨਾਰਥ ਵੈਸਟ ਫਰੰਟੀਅਰ ਪ੍ਰਵਿੰਸ ਸਾਈਡ ਹੋ ਗਿਆ ਜਿਹੜਾ ਆ ਏਰੀਆ ਛੋਟਾ ਜਿਹਾ ਬਲੈਕ ਖਾਲੀ ਪਿਆ ਇਥੇ ਆਪਣੇ ਕੋਲ ਆਹ ਵਾਲਾ ਹਿੱਸਾ ਇਥੇ ਮਾਰਕ ਨਹੀਂ ਕੀਤਾ ਹੋਇਆ ਸੋ ਤੁਹਾਨੂੰ ਜਿਹੜੀ ਪੀਡੀਐਫ ਮੈਂ ਦੇਵਾਂਗਾ ਉਹਦੇ ਵਿੱਚ ਮਾਰਕ ਕਰਕੇ ਦੇ ਦਾਂਗਾ ਆਹ ਵਾਲਾ ਏਰੀਆ ਸੋ ਆ ਵਾਲਾ ਹਿੱਸਾ ਕਿਹੜਾ ਸੀ ਇਹ ਵਾਲਾ ਹਿੱਸਾ 1911 ਜਲਦੀ ਜਲਦੀ ਦੱਸੋ 1911 ਦੇ ਵਿੱਚ ਕੀ ਹੋਇਆ 1911 ਤੁਸੀਂ ਇੰਡੀਅਨ ਨੈਸ਼ਨਲ ਮੂਵਮੈਂਟ ਪੜ੍ਹੀ ਹੋਏਗੀ ਲord ਹਾਰਡਿੰਗ ਵੈਰੀ ਗੁੱਡ ਸੋ ਜਿਨੇ ਕਰਜ਼ਾ ਦੇਣਾ ਸੀ ਉਹਨੇ ਕਰਜ਼ਾ ਦੇਣ ਵਾਸਤੇ ਕੀ ਕਰਤਾ ਕਰਜ਼ਨ ਨੇ ਆਪਣਾ ਪੰਜਾਬ ਵੰਡਤਾ ਹੁਣ ਕੰਮ ਔਖਾ ਹੁੰਦਾ ਜਾ ਰਿਹਾ ਕੀ ਔਖਾ ਹੁੰਦਾ ਜਾ ਰਿਹਾ ਕੰਮ ਸੋ ਔਖੇ ਤੋਂ ਯਾਦ ਰੱਖਾਂਗੇ ਹਾਰਡ ਸੋ ਕੰਮ ਹਾਰਡ ਹੁੰਦਾ ਜਾ ਰਿਹਾ ਉਹ ਬਹੁਤ ਹੀ ਹਾਰਡ ਕੰਮ ਸੀ ਬਹੁਤ ਹੀ ਔਖਾ ਕੰਮ ਸੀ ਜਿਹੜਾ ਲੋਰਡ ਹਾਰਡਿੰਗ ਨੇ ਕਰਕੇ ਵਿਖਾਇਆ ਦਿੱਲੀ ਅਲੱਗ ਹੋ ਗਿਆ ਬਿਲਕੁਲ ਆਪਣੇ ਪੂਰੇ ਇੰਡੀਆ ਦੀ ਰਾਜਧਾਨੀ ਕਿਹੜੀ ਸੀ ਪੂਰੇ ਇੰਡੀਆ ਦੀ ਰਾਜਧਾਨੀ ਪਹਿਲਾਂ ਚੱਲਦੀ ਸੀ ਕਲਕੱਤਾ ਕਿਹੜੀ ਚੱਲਦੀ ਸੀ ਕਲਕੱਤਾ ਦਬਕੇ ਸ਼ੇਅਰ ਕਰ ਦਿਓ ਯਾਰ ਸੈਸ਼ਨ ਨੂੰ ਅਜੇ ਤੱਕ ਸ਼ੇਅਰ ਨਹੀਂ ਕੀਤਾ ਤੁਸੀਂ ਸੋ ਲੋਰਡ ਹਾਰਡਿੰਗ ਨੇ ਕੀ ਕੀਤਾ ਜਦੋਂ ਜੋਰਜ ਪੰਜਮ ਇੰਡੀਆ ਦੇ ਵਿੱਚ ਆਇਆ ਦਿੱਲੀ ਦਰਬਾਰ ਲਗਿਆ ਇੰਡੀਆ ਦੇ ਵਿੱਚ ਜੋਰਜ ਪੰਜਮ ਨੇ ਲਗਾਇਆ ਦਿੱਲੀ ਦਰਬਾਰ ਉਥੇ ਅਨਾਉਂਸਮੈਂਟ ਦੋ ਚੀਜ਼ਾਂ ਦੀ ਕੀਤੀ ਸੀ ਇੱਕ ਤਾਂ ਆਪਣੀ ਬੰਗਾਲ ਦੀ ਵੰਡ ਹੋਈ ਸੀ 1905 ਵਿੱਚ ਉਹਨੂੰ ਰੱਦ ਕਰ ਦਿੱਤਾ ਗਿਆ ਦੂਜੀ ਆਪਣੀ ਰਾਜਧਾਨੀ ਚੇਂਜ ਹੋ ਗਈ ਕਲਕੱਤਾ ਤੋਂ ਕਿ ਦਿੱਲੀ ਸੋ ਕਲਕੱਤਾ ਤੋਂ ਦਿੱਲੀ ਰਾਜਧਾਨੀ ਆਈ ਕੀ ਆਈ ਕਲਕੱਤਾ ਤੋਂ ਦਿੱਲੀ ਰਾਜਧਾਨੀ ਆਈ ਸੇ ਆ ਦਿੱਲੀ ਵਾਲਾ ਏਰੀਆ ਦਿੱਲੀ ਜਿਹੜਾ ਹੈਗਾ ਸੀ ਉਹ ਸੈਪਰੇਟ ਹੋ ਗਿਆ ਦਿੱਲੀ ਵਾਸ ਸੈਪਰੇਟਡ ਫਰੋਮ ਪਾਕਿਸਤਾਨ ਔਰ ਸੋਰੀ ਪੰਜਾਬ ਸੈਪਰੇਟਡ ਫਰੋਮ ਪੰਜਾਬ ਪੰਜਾਬ ਤੋਂ ਅਲੱਗ ਹੋ ਗਿਆ ਆਪਣਾ ਦਿੱਲੀ ਸੋ ਦੋ ਵੰਡਾ ਆਪਾਂ ਕਰਦੀਆਂ ਪੰਜਾਬ ਦੀਆਂ ਪਹਿਲਾ ਬਣਿਆ ਨਾਰਥ ਵੈਸਟ ਫਰੰਟੀਅਰ ਪਲੇਸ ਪਹਿਲਾ ਤਾਂ ਆ ਵਾਲਾ ਹਿੱਸਾ ਵਾਰ ਗਿਆ ਫਿਰ ਆਪਣਾ ਦੂਜਾ ਹਿੱਸਾ ਵਾਰ ਗਿਆ ਥੈਟ ਇਜ਼ ਅ ਦਿੱਲੀ ਕਿਹੜਾ ਦਿੱਲੀ ਜਲਦੀ ਜਲਦੀ ਕਮੈਂਟ ਕਰਕੇ ਦੱਸੋ ਇਹ ਚੀਜ਼ ਸਮਝ ਆਈ ਜਾਂ ਨਹੀਂ ਆਈ ਜਲਦੀ ਦੱਸੋ ਜਲਦੀ ਕਮੈਂਟ ਕਰਕੇ ਦੱਸੋ ਪਹਿਲਾ ਆਪਣਾ ਕਿਹਾ ਬਾਰ ਨਾਰਥ-ਵੈਸਟ ਇੰਡੀਆ ਪ੍ਰਿੰਸ ਦੂਜਾ ਆਪਣੇ ਕੋਲ ਕਿਹਾ ਗਿਆ ਹੁਣ ਹੁਣ ਗਿਆ ਦਿੱਲੀ ਜਲਦੀ ਜਲਦੀ ਦੱਸੋ ਸਮਝ ਆ ਗਈ ਕਿ ਨਹੀਂ ਆਈ ਪੜਿਆ ਪਹਿਲਾਂ ਆਪਾਂ ਕੀ ਪੜਿਆ ਪਹਿਲਾਂ ਆਪਾਂ ਪੜਿਆ ਇੱਥੇ ਕਿਹੜਾ ਨਾਰਥ-ਵੈਸਟ ਇੰਡੀਆ ਪ੍ਰਿੰਸ ਆ ਚਲਾ ਗਿਆ ਬਾਰ ਹੁਣ ਇੱਥੋਂ ਵਾਲਾ ਹਿੱਸਾ ਕਿਹੜਾ ਹੈ ਗਿਆ ਦੂਜਾ ਦਿੱਲੀ ਦਿੱਲੀ ਚਲਾ ਗਿਆ ਦੋ ਹਿੱਸੇ ਗਏ ਦੋ ਹਿੱਸੇ ਕਹਿੰਦੇ Shimla ਨੂੰ ਕੈਪੀਟਲ ਬਣਾ ਦਿੱਤਾ ਗਿਆ ਅਰਸ਼ਦੀਪ ਉਹ 1947 ਦੀ ਗੱਲ ਹੈ ਹਜੇ ਆਪਾਂ 1911 ਦੇ ਵਿੱਚ ਖੜੇ ਆ ਹਜੇ ਪੰਜਾਬ ਦੀ ਰਾਜਧਾਨੀ ਦੀ ਮੈਂ ਗੱਲ ਨਹੀਂ ਕਰੀ ਆਪਾਂ ਇੰਡੀਆ ਦੀ ਰਾਜਧਾਨੀ ਦੀ ਗੱਲ ਕਰੀ ਜਿਹੜੀ ਕਲਕੱਤਾ ਹੁੰਦੀ ਸੀ ਤੇ ਹੁਣ ਉਹ ਬਣ ਚੁੱਕੀ ਹੈ ਦਿੱਲੀ ਸੋ ਦਿੱਲੀ ਨੂੰ ਕਰਤਾ ਅਲੱਗ ਜੇ ਅਗਰ ਸੈਸ਼ਨ ਅੱਛਾ ਲੱਗ ਰਿਹਾ ਨਾ ਸੋ ਨਾਲ ਲਾਈਕ ਵਾਲਾ ਬਟਨ ਆਉਂਦਾ ਉਹ ਦੱਬ ਦਿਆ ਕਰੋ ਉਹਨੂੰ ਨੱਪ ਦਿਆ ਕਰੋ ਲਾਲ ਬਟਨ ਨੂੰ ਲਾਈਕ ਵਾਲਾ ਵਾਈਟ ਬਟਨ ओके ओके बहुत बढ़िया समझ आ रहा है चलो हुन आगे پڑھਦੇ ਆਪਾਂ 1947 ਦੀ ਗੱਲ ਕਰਦੇ ਆ। ਸੋ 1947 ਹਜੇ ਮੈਂ ਚਾਰ ਏਰੀਆਜ਼ ਦੱਸਾਂਗਾ ਫਿਰ ਮੈਂ ਕਮੇਟੀਆਂ ਕਮਿਸ਼ਨ ਸਾਰੇ ਕਰਵਾ ਦੇਣੇ ਆ ਜਿਨ੍ਹਾਂ ਨੂੰ ਡਾਊਟ ਰਹਿੰਦਾ ਨਾ ਸਰ ਬਾਉਂਡਰੀ ਕਮਿਸ਼ਨ ਕੀ ਸੀ ਸਰ ਉਹਦੇ ਤੋਂ ਬਾਅਦ ਬਾਉਂਡਰੀ ਕਮਿਸ਼ਨ ਦੁਬਾਰਾ ਅਗਰ ਆਪਾਂ ਗੱਲ ਕਰਦੇ ਆ ਸ਼ਫਜ਼ਲ ਅਲੀ ਕਮਿਸ਼ਨ ਕਿਹੜਾ ਸੀ ਸ਼ਾ ਕਮਿਸ਼ਨ ਕਿਹੜਾ ਸੀ ਸਾਰੇ ਕਰਾਂਗੇ ਸਾਰੇ ਪਹਿਲਾਂ ਹੀ ਕੀਤਾ ਹੋਇਆ ਤਾਂ ਬਹੁਤ ਵਧੀਆ ਗੱਲ ਹੈ ਸੋ 1947 ਦੀ ਗੱਲ ਕਰਦੇ ਆ 1947 ਆ ਦੇਖੋ ਪੰਜਾਬ ਐਦਾਂ ਲੱਗਦਾ ਕੋਈ ਡੋਗੀਆ ਬਣਾ ਹੋਇਆ ਨਾ ਸੋ ਪੰਜਾਬ ਦੀ ਗੱਲ ਕਰਦੇ ਆ ਇਨ 1947 1947 ਦੇ ਵਿੱਚ ਕੀ ਹੋਇਆ ਸੋ ਜਿਹੜਾ ਪੰਜਾਬ ਵਾਲਾ ਹਿੱਸਾ ਸੀ ਆਪਣੇ ਕੋਲ ਆਵਲਾ ਇਹਦਰ ਜਿਹੜਾ ਮੈਂ ਲਾਈਨ ਡਰੋ ਕਰੂੰਗਾ ਲਾਲ ਰੰਗ ਦੀ ਇਹੀ ਲਾਈਨ ਆਪਣੇ ਕੋਲ ਹੈਗੀ ਹੈ ਜਿਹੜੀ ਬਣਾ ਗਿਆ ਰੈਡ ਕਲਿਫ ਕਿਹੜੀ ਬਣਾ ਗਿਆ ਰੈਡ ਕਲਿਫ ਸੋ ਆ ਲਾਈਨ ਬਣਾ ਗਿਆ ਰੈਡ ਕਲਿਫ ਜਿੰਨੇ ਕਰਕੇ ਜਿਹੜਾ ਆ ਲੈਫਟ ਵਾਲਾ ਹਿੱਸਾ ਸੀ ਆ ਵਾਲੇ ਸਾਰੇ ਹਿੱਸਾ ਕਿੰਨੇ ਕੋ ਚਲਾ ਗਿਆ ਇਹ ਚਲਾ ਗਿਆ ਪਾਕਿਸਤਾਨ ਕੋਲ ਤੇ ਆਪਣੇ ਕੋਲ ਆ ਕਿੰਨੇ ਕੋ ਲ ਆ ਗਿਆ ਇਹ ਆ ਗਿਆ ਆਪਣੇ ਇੰਡੀਆ ਕੋਲ ਇੰਡੀਆ ਕੋਲ ਸੋ ਅਗਰ ਮੈਂ ਗੱਲ ਕਰਾਂ 1947 ਦੇ ਟਾਈਮ ਤੇ 1947 ਦੇ ਟਾਈਮ ਤੇ ਜਿਹੜੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਸੀ ਪੰਜਾਬ ਦੇ ਟੋਟਲ ਜ਼ਿਲ੍ਹੇ ਕਿੰਨੇ ਸੀ ਜਲਦੀ ਦੱਸੋ ਕਿੰਨੇ ਜ਼ਿਲ੍ਹੇ ਟੋਟਲ ਸੀ ਪੰਜਾਬ ਦੇ ਤੇ ਉਹ ਵੰਡਿਆ ਗਿਆ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਜਿਹੜਾ ਪੱਛਮੀ ਪੰਜਾਬ ਜਿਹਨੂੰ ਲਹਿੰਦਾ ਪੰਜਾਬ ਕਿਹਾ ਜਾਂਦਾ ਉਹ ਤਾਂ چلا ਗਿਆ ਪਾਕਿਸਤਾਨ ਕੋ ਕਿਨੇ ਕੋ چلا ਗਿਆ ਪਾਕਿਸਤਾਨ ਕੋ ਜਿਹੜਾ ਚੜਦਾ ਪੰਜਾਬ ਆ ਪੂਰਬੀ ਪੰਜਾਬ ਇਹ ਆਪਣੇ ਇੰਡੀਆ ਕੋ ਲਾ ਗਿਆ ਚੜਦੇ ਚੜਦੇ ਬੰਦੇ ਸਾਰੇ ਇੱਧਰ ਆ ਗਏ ਲੈਂਦੇ ਲੈਂਦੇ ਬੰਦੇ ਸਾਰੇ ਪਾਕਿਸਤਾਨੇ ਚਲੇ ਗਏ ਸੋ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਬਣ ਗਿਆ ਕੁਝ ਡਿਸਟ੍ਰਿਕਟ ਆਪਣੇ ਪੰਜਾਬ ਨੂੰ ਮਿਲ ਗਏ ਕੁਝ ਡਿਸਟ੍ਰਿਕਟ ਮਿਲ ਗਏ ਆਪਣੇ ਪਾਕਿਸਤਾਨ ਵਾਲੇ ਪੰਜਾਬ ਨੂੰ ਉਹ ਭਾਜੀ ਪੀਡੀਐਫ ਪੂਡੀਓਫ ਨਾ ਮੰਗਿਆ ਕਰੋ ਜਿਹੜੀ ਚੀਜ਼ ਮੈਂ ਹੱਥ ਨਾਲ ਲਿਖ ਰਿਹਾ ਐਨੂੰ ਤੁਸੀਂ ਆਦੇ ਹੱਥ ਨਾਲ ਲਿਖ ਲਓ ਜੇ ਆ ਮੈਂ ਬਚਾਈ ਦੀ ਕੱਲੀ ਕੱਲੀ ਪੀਡੀਐਫ ਤੁਹਾਨੂੰ ਦੇ ਦੂੰਗਾ ਮੈਂ ਆਪਸੀ 29 29 29 ਵੈਰੀ ਗੁੱਡ ਟੋਟਲ 29 ਜ਼ਿਲ੍ਹੇ ਸੀ ਕਿੰਨੇ ਸੀ 29 ਆਪਣੇ ਪੰਜਾਬ ਨੂੰ ਆਪਣੇ ਪੰਜਾਬ ਨੂੰ ਕਿੰਨੇ ਮਿਲੇ ਪਾਕਿਸਤਾਨ ਵਾਲੇ ਨੂੰ ਮਿਲੇ ਕਿੰਨੇ ਇੱਥੇ ਮਿਲ ਗਏ 16 ਆਪਣੇ ਵਾਲੇ ਪੰਜਾਬ ਨੂੰ ਕਿੰਨੇ ਮਿਲ ਗਏ 13 ਸਰ ਕੀ ਇਹ 13 ਡਿਸਟ੍ਰਿਕਟ ਯਾਦ ਹੈ ਕੀ ਇਹ ਤੇਰਾ ਦਿੱਸੀ ਯਾਦ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਕੱਲਾ ਕੱਲਾ ਡਿਸਟ੍ਰਿਕਟ ਯਾਦ ਕਰਾ ਦੂੰਗਾ ਕਿਹੜਾ ਕਿਹੜਾ ਡਿਸਟ੍ਰਿਕਟ ਸੀਗਾ ਪੰਜਾਬ ਕੋਲ ਜਿਹੜੇ ਆ ਵਾਲਾ ਪੰਜਾਬ ਹੈ ਇੱਥੇ ਕੱਲੀ ਕੱਲੀ ਚੀਜ਼ ਮੈਂ ਫਿਰ ਕਹਿ ਰਿਹਾ ਇਹ ਵਾਲੀ ਜਿਹੜਾ ਸੈਸ਼ਨ ਹੈ ਕਈ ਜਣੇ ਸਰ ਸਟੂਡੈਂਟ ਪੁੱਛ ਰਹੇ ਸੀ ਸਰ ਇਹ ਸੈਸ਼ਨ ਵੈਸੇ ਹੀ ਐਮਸੀਕਿਊ ਸਟਾਈਪ ਦੇ ਆ ਉਤੋਂ ਤੋਂ ਕਰਵਾਣਾ ਹੈ ਕੱਲੀ ਕੱਲੀ ਚੀਜ਼ ਪੂਰੀ ਡੈਪਥ ਵਿੱਚ ਹੋਏਗੀ ਅਨੂੰ ਤੁਹਾਨੂੰ 1-2 ਦਿਨ ਦੇ ਵਿੱਚ ਪਤਾ ਲੱਗ ਜਾਏਗਾ ਹਾਂ ਆਪਦੇ ਸੋਨੇ ਸੋਨੇ ਹੱਥਾਂ ਨਾਲ ਲਿਖੋ ਮਾਨਸੀ ਨੇ ਪਹਿਲਾਂ ਹੀ ਕਿਹਾਤਾ ਤੇਜਾ ਸਿੰਘ ਦਿਨ ਮੁਹੰਮਦ ਸਾਰੇ ਆਣਗੇ ਕੱਲਾ ਕੱਲਾ ਬੰਦਾ ਆਏਗਾ 13 ਤੇ ਸੋ ਪੱਛਮੀ ਪੰਜਾਬ ਦੇ ਪੂਰਬੀ ਪੰਜਾਬ ਵਿੱਚ ਵੰਡੇ ਗਏ ਸੋ 16 ਤੇ 13 ਬੰਦੇ ਆਪਣੇ ਕੋਲ ਸੋ ਸੌਰੀ ਡਿਸਟ੍ਰਿਕਟ 13 ਡਿਸਟ੍ਰਿਕਟ ਆਪਣੇ ਇੰਡੀਆ ਵਾਲੇ ਪੰਜਾਬ ਕੋਲ ਪੂਲੀ ਪੰਜਾਬ ਕੋਲ 16 ਪਾਕਿਸਤਾਨੀ ਪੰਜਾਬ ਕੋਲ ਥੈਟ ਇਜ਼ ਚੌਥੀ ਵੰਡ ਹੋ ਗਈ ਜੀ ਚੌਥੀ ਵੰਡ ਚੌਥੀ ਵੰਡ ਦੇ ਵਿੱਚ ਕੀ ਹੋ ਰਿਹਾ ਆਪਣੇ ਕੋਲ ਚੌਥੀ ਵੰਡ ਦੇ ਵਿੱਚ 1947 ਦੇ ਵਿੱਚ ਤੀਜੀ ਦੂਜੀ ਵਾਰ ਸੌਰੀ ਤੀਸਰੀ ਵੰਡ ਹੋ ਰਹੀ ਹੈ 1947 ਦੇ ਵਿੱਚ ਪੱਛਮੀ ਪੰਜਾਬ ਦੇ ਪੂਰਬੀ ਪੰਜਾਬ ਹੁਣਾਂ ਨੇ ਚੌਥੀ ਵੰਡ ਦੇ ਉੱਪਰ ਅਗਲੀ ਵੰਡ ਸੋ ਇਹ ਰਹਿ ਗਿਆ ਜੀ ਆਪਣਾ ਪੰਜਾਬ ਇਹ ਕੀ ਰਹਿ ਗਿਆ ਆਪਣਾ ਪੰਜਾਬ ਇਹ ਹੈਗਾ ਆਪਣਾ ਪੰਜਾਬ ਸਿਰਫ ਇਨਾ ਹਿੱਸਾ ਹੁਣ ਇਹਦੇ ਵਿੱਚੋਂ ਕਿਹੜਾ-ਕਿਹੜਾ ਏਰੀਆ ਨਿਕਲਿਆ ਸੋ ਇਹਦੇ ਵਿੱਚੋਂ ਕਿਹੜਾ-ਕਿਹੜਾ ਉਹ ਤੁਹਾਨੂੰ ਮੈਂ ਖੁਦ ਦੱਸੂਗਾ ਇੱਥੇ ਆਪਣੇ ਕੋਲ ਇੱਕ ਸਟੇਟ ਹੈਗੀ ਆ ਆ ਜਗ੍ਹਾ ਤੇ ਦੈਟ ਇਜ਼ ਅ ਹਰਿਆਣਾ ਕਿਹੜੀ ਨਿਕਲੀ ਇੱਥੋਂ ਦੀ ਹਰਿਆਣਾ ਇੱਥੇ ਆਪਣੇ ਕੋਲ ਹੈਗਾ ਇਹ ਹਿਮਾਚਲ ਪ੍ਰਦੇਸ਼ ਦਾ ਕੁਝ ਹਿੱਸਾ ਸੋ ਇੱਥੋਂ ਨਿਕਲੀ ਹਿਮਾਚਲ ਸੋ ਹਿਮਾਚਲ ਦਾ ਕੁਝ ਹਿੱਸਾ ਦੈਟ ਇਜ਼ ਆਪਣਾ ਪੰਜਾਬ ਕੁਝ ਆ ਵਾਲਾ ਹਿੱਸਾ ਤੇ ਹਰਿਆਣੇ ਵਾਲਾ ਹਿੱਸਾ ਸੋ ਤੁਸੀਂ ਅਗਰ ਆਪਣੇ ਪਿਛਲੇ ਵਾਲੇ ਪੰਜਾਬ ਦੇ ਵਿੱਚ ਦੇਖੋਗੇ ਆ ਵਾਲੇ ਪੰਜਾਬ ਵਿੱਚ ਅੱਜ ਦੇ ਪੰਜਾਬ ਦੇ ਵਿੱਚ ਅਗਰ ਦੇਖੀਏ ਸਿਰਫ ਅੱਜ ਦੇ ਪੰਜਾਬੇ ਦਿਖਾਵਾਂ ਤੁਹਾਨੂੰ ਮੈਂ ਸੋ ਆ ਵਾਲਾ ਹਿੱਸਾ ਦੇਖ ਆ ਹਿੱਸਾ ਆਪਣੇ ਪੰਜਾਬ ਕੋਲ ਰਹਿ ਗਿਆ ਸਿਰਫ ਇੰਨਾ ਹਿੱਸਾ ਸੋ ਆ ਵਾਲਾ ਹਿੱਸਾ ਆ ਕਿੱਥੇ ਚਲਾ ਗਿਆ ਸਾਰਾ ਇਹ ਚਲਾ ਗਿਆ ਹਰਿਆਣੇ 'ਚ ਕਿੱਥੇ ਚਲਾ ਗਿਆ ਸਾਰਾ ਹਰਿਆਣੇ ਵਿੱਚ ਆ ਕਿਧਰ ਚਲਾ ਗਿਆ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਕਿੱ데 ਲੱਗ ਗਿਆ ਹਿਮਾਚਲ ਪ੍ਰਦੇਸ਼ ਹਿਮਾਚਲ ਜੇ ਸੋ ਆ ਵਾਲਾ ਹਿਮਾਚਲ ਪ੍ਰਦੇਸ਼ ਕੋ ਚਲਾ ਗਿਆ ਆ ਵਾਲਾ ਹਿੱਸਾ ਹਿਮਾਚਲ ਪ੍ਰਦੇਸ਼ ਕੋਲ ਤੇ ਆ ਵਾਲਾ ਹਿੱਸਾ ਚਲਾ ਗਿਆ ਹਰਿਆਣਾ ਕੋਲ ਕਿੰਨੇ ਕੋਲ ਹਰਿਆਣਾ ਕੋਲ ਸੋ ਇਹ ਕਿਹੜੋ ਹੋਇਆ ਆਪਣੇ ਕੋਲ 1966 ਦੇ ਵਿੱਚ ਸੋ ਚੌਥੀ ਵੰਡ ਚੌਥੀ ਵੰਡ ਆਪਣੇ ਕੋਲ ਹੋਈ 1966 ਵਿੱਚ ਕਿਹੜੇ ਸਾਲ ਵਿੱਚ ਹੋਈ 1966 ਵਿੱਚ ਸੋ 1966 ਦੇ ਵਿੱਚ ਤਿੰਨ ਏਰੀਆਜ਼ ਨਿਕਲੇ ਜਿਹੜੇ ਬੋਲਦੇ ਸੀ ਬੰਦੇ ਪੰਜਾਬੀ ਉਹ ਤਾਂ ਪੰਜਾਬ ਦੇ ਵਿੱਚ ਆ ਗਏ ਕਿੱਥੇ ਆ ਗਏ ਪੰਜਾਬ ਦੇ ਵਿੱਚ ਆ ਗਏ ਜਿਹੜੇ 13 ਜ਼ਿਲ੍ਹੇ ਲਿਖਵਾ ਰਿਆ ਸੀ ਨਾ 13 ਜ਼ਿਲ੍ਹੇ ਤੁਹਾਨੂੰ ਮੈਂ ਉਹਦੀ ਵੰਡ ਵੀ ਹੁਣੇ ਦੱਸੂਗਾ ਕੱਲੀ-ਕੱਲੀ ਚੀਜ਼ ਕਰਾਂਗੇ ਉਹਦੇ ਵਿੱਚੋਂ ਉਹ ਵਾਲੇ 13 ਵਿੱਚੋਂ 6 ਆਪਾਂ ਰੱਖੇ ਹਰਿਆਣਾ ਕੋ ਚਲੇ ਗਏ ਕਿੰਨੇ ਜੀ ਉਹ ਵਾਲੇ 13 ਦੇ ਵਿੱਚੋਂ 5 ਤਾਂ ਲੈ ਗਿਆ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਕਿੰਨੇ ਲੱਗਿਆ ਜੀ 2 हिमाचल प्रदेश कितने रह गए 2 सो टोटल 13 डिस्ट्रिक्ट ਜਿਹੜੇ ਆਪਾਂ ਇੱਥੇ ਦੇਖਦੇ ਆਂ 올ਓਵਰ ਉਹਦੇ ਵਿੱਚੋਂ ਵੈਰੀ ਗੁੱਡ ਸ਼ਰਨ ਵੱਟੀ ਨੇ ਲਿਖਿਆ ਅਮ੍ਰਿਤਸਰ ਗੁਦਾਸਪੁਰ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਫਰੀਦਕੋਟ ਨਹੀਂ ਹੈਗਾ ਜੀ ਫਿਰੋਜ਼ਪੁਰ ਹੈਗਾ ਇੱਥੇ ਸਰਨ ਸਹੀ ਕਰ ਲੈਣਾ ਸ਼ਰਨ ਵੱਟੀ ਬਾਕੀ ਅੱਛਾ ਟਰਾਈ ਕਰਿਆ ਫਿਰੋਜ਼ਪੁਰ ਗੁੜਗਾਉਂ ਰੋहतक ਹਿਸਾਰ ਅੰਮ੍ਰਿਤਾਲਾ ਤੇ ਕਰਨਾਲ ਵੈਰੀ ਗੁੱਡ ਜੀ ਵੈਰੀ ਗੁੱਡ ਸੋ ਇਹ ਸਾਰੇ ਸੀ ਦੋ ਰਹਿ ਗਏ ਕਾਂਗੜਾ ਤੇ ਸ਼ਿਮਲਾ ਇਹ ਸਾਰੇ ਸੀ ਬਿਲਕੁਲ ਆਰ ਕੇ ਬਿਸ਼ਨੋਈ ਕਿਹਾ ਗਿਆ ਹੈ ਵੀ ਪੰਜਾਬ ਦੀ ਸ਼ੇਪ ਹੁਣ ਸਮੋਸੇ ਵਰਗੀ ਹੈ ਬਿਲਕੁਲ ਜੀ ਬਿਲਕੁਲ ਸਮੋਸੇ ਵਰਗੀ ਹੈ ਸੋ ਸਮੋਸਾ ਖਾਂਦੇ ਤੁਹਾਡੇ ਦਿਲ ਕਰ ਪਿਆ ਹੋਵੇਗਾ ਆ ਪੰਜਾਬ ਦਾ ਸਮੋਸਾ ਲਓ ਆ ਪੰਜਾਬ ਦਾ ਸਮੋਸਾ ਆ ਲਓ ਆ ਪੰਜਾਬ ਹੈ ਸਮੋਸੇ ਵਰਗਾ ਸੋ ਆਪਣਾ ਪੰਜਾਬ ਦੇ ਵਿੱਚ ਐਸ ਟਾਈਮ 1962 ਤੋਂ ਬਾਅਦ ਦੀ ਗੱਲ ਕਰਦੇ ਆ ਅੱਜ ਦਾ ਪੰਜਾਬ ਕੁਝ ਐਜਾ ਪੰਜਾਬ ਹੈ ਸੋ ਉਮੀਦ ਹੈ ਇਹ ਚਾਰ ਚੀਜ਼ਾਂ ਪਹਿਲਾਂ ਪਤਾ ਲੱਗੀਆਂ ਹੋਣਗੀਆਂ ਜਿਹੜੀਆਂ ਆਪਾਂ ਲਿਖੀਆਂ ਨੇ ਇੱਥੇ ਇਹ ਸੀ ਅੱਜ ਦੇ ਪੰਜਾਬ ਦੀ ਵੰਡ ਹਜੇ ਖਤਮ ਨਹੀਂ ਹੋਈ ਹਜੇ ਬਿਲਕੁਲ ਬੇਸਵਸਤੇ ਮੈਂ ਬਿਲਕੁਲ ਬੇਸ ਬੱਚਿਆਂ ਵਾਲਾ ਕੰਮ ਦੱਸਿਆ ਹੈ ਹਜੇ ਦਾ ਫਜ਼ਲ ਅਲੀ ਕਮਿਸ਼ਨ ਸ਼ਾ ਕਮਿਸ਼ਨ ਛੱਡੋ ਬਾਉਂਡਰੀ ਕਮਿਸ਼ਨ ਕੱਲੀ ਕੱਲੀ ਚੀਜ਼ਾਂ ਨਹੀਂ ਆ ਰੈਡਕਲੀ ਫਾਊਗਾ ਅਜੇ ਹਜੇ ਆਪਣੇ ਕੋਲ ਮੁਹੰਮਦ ਮਾਹਨੀਰ ਆਊਗਾ ਹਜੇ ਤੇਜਾ ਸਿੰਘ ਆਏਗਾ ਅੱਗੇ ਜਸਟਿਸ ਜੇਸੀ ਆਏਗਾ ਮਾਸਟਰ ਤਾਰਾ ਸਿੰਘ ਫੋਤੇ ਸਿੰਘ ਅੱਜ ਦੀ ਉਮੀਦ ਹੈ ਅੱਜ ਦੇ ਸੈਸ਼ਨ ਦੇ ਵਿੱਚ ਮੈਂ ਐਸਸੀ ਨੂੰ ਖਤਮ ਕਰੂੰਗਾ ਜੇਕਰ ਨਾ ਵੀ ਹੋਈ ਤਾਂ ਦੂਜੇ ਪਾਸੇ ਇਹ ਰਿਕਾਰਡਡ ਵੀਡੀਓ ਵੀ ਮਿਲ ਜੇਗੀ ਗੁਲਸ਼ਰ ਗੁਰਸਿਮਰਨ ਜੀ ਇਹ ਵਾਲੀ ਵੀਡੀਓ ਤੁਹਾਨੂੰ ਐਜ਼ ਇਟ ਇਜ਼ YouTube ਤੇ ਪੂਰੀ ਪਲੇਲਿਸਟ ਮਲ ਚੁੱਕੀ ਬਣ ਚੁੱਕੀ ਹੈ ਸੋ ਪੂਰੀ ਪਲੇਲਿਸਟ ਦੇ ਵਿੱਚੋਂ ਤੁਸੀਂ ਚੱਕ ਲਓ ਪੰਜਾਬ ਦੀਆਂ ਬਿਲਕੁਲ ਬਿਲਕੁਲ ਚਲੋ ਜੀ ਹੁਣ ਆਪਾਂ ਇੱਕ ਇੱਕ ਕਰਕੇ ਦੁਬਾਰਾ ਪੜਦੇ ਆ ਇਹਨੂੰ 1901 ਤੋਂ ਕਹਾਣੀ ਮੈਂ ਦੁਬਾਰਾ ਸਟਾਰਟ ਕਰੂੰਗਾ ਵੈਸੇ ਤਾਂ ਜਿਹੜੀ 1901 ਦੀ ਕਹਾਣੀ ਹੈ ਐਨੀ ਕੋਈ ਹੈ 1901 ਵਿੱਚ ਕੀ ਹੋਇਆ ਨਾਰਥ-ਵੈਸਟ ਪ੍ਰੋਵਿੰਸ ਅਲੱਗ ਹੋਇਆ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਕੀ ਹੋਇਆ ਅਲੱਗ ਹੋਇਆ ਏਰੀਆ ਬਿਯੋਂਡ ਇੰਡਸ ਸੌਰੀ ਇੱਥੇ ਮੈਂ ਏਰੀਆ ਬਿਯੋਂਡ ਇੰਡਸ ਲਿਖਣਾ ਸੀ ਏਰੀਆ ਲਿਖਤਾ ਏਰੀਆ ਬਿਯੋਂਡ ਇੰਡਸ ਮਤਲਬ ਸਿੰਧੂ ਨਦੀ ਤੋਂ ਪਰੇ ਵਾਲਾ ਏਰੀਆ ਐਂਦਾ ਮਤਲਬ ਕੀ ਹੋਇਆ ਇੰਡਸ ਤੋਂ ਪਰੇ ਵਾਲਾ ਏਰੀਆ ਸਿੰਧੂ ਨਦੀ ਤੋਂ ਪਰੇ ਵਾਲ ਉਹ ਕਿੰਦੇ ਕੋਲ ਆ ਗਿਆ ਬਾਈ ਜੀ ਉਹ ਆ ਗਿਆ ਆਪਣੇ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਕੋ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਜੇ ਸੈਸ਼ਨ ਅੱਛਾ ਲੱਗ ਰਿਹਾ ਨਾ ਲਾਈਕ ਦਾ ਬੜਾ ਦਵਾਜੇ ਕੋਈ ਹਰਜ ਨਹੀਂ ਹੁੰਦਾ 350 400 ਬੰਦੇ ਬੈਠੇ ਹੋ ਲਾਈਵ ਤੇ ਲਾਈਕ ਨੇ 250 ਹੋ ਜੇ ਫੁੱਲ ਡਿਟੇਲ ਨਾਲ ਕਰਾਂਗੇ ਫੁੱਲ ਬਿਲਕੁਲ ਪੂਰਾ ਸਿਲੇਬਸ ਫੁੱਲ ਹੋਰ ਪੂਰਾ ਡਿਟੇਲ ਨਾਲ ਚੱਲੇਗਾ ਪੂਰਾ ਜੇ ਤੁਸੀਂ ਰੋਜ਼ ਆਂਦੇ ਰਹੋਗੇ ਤਾਂ ਚਲੋ 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 ਜਦੋਂ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਬਣਿਆ ਅੱਗੇ ਚਲੀਏ 1901 ਤੋਂ ਬਾਅਦ 1911 ਲੋਡ ਹਾਰਡਿੰਗ ਨੇ ਦਿੱਲੀ ਅਲੱਗ ਕਰਤਾ ਐਨੀ ਤੱਕ ਤਾਂ ਕਹਾਣੀ ਸੋਖੀ ਸੀ ਅਗਲੀ ਕਹਾਣੀ ਨੂੰ ਹੁਣ ਮੈਂ ਪੂਰੀ ਡਿਟੇਲ ਵਿੱਚ ਕਰਵਾਉਂਗਾ ਜਿਹੜੀ ਆਈ 1947 ਦੀ ਕਿਹੜੇ ਸਾਲ ਦੀ ਆਈ 1947 ਸੋ 1947 ਦੀ ਵੰਡ ਹੋਈ ਕਿਦਾਂ ਉਹ 1947 ਦੀ ਵੰਡ ਸੋ 1947 ਦੀ ਵੰਡ ਬੜਦਿਆਂ ਪੰਜਾਬ ਦੀ ਪੰਜਾਬ ਦੀ 1947 ਦੀ ਵੰਡ ਹੁਣ ਪੂਰੀ ਡਿਟੇਲ ਸੁਣਦੇ ਰਹਿਣਾ ਬੜੇ ਹੀ ਆਰਾਮ ਨਾਲ ਤੁਸੀਂ ਗੱਲਾਂ ਹਜੇ ਸੁਨੀਆਂ ਨਹੀਂ ਹੋਣੀਆਂ ਗਾਰੰਟੀ ਹੈ ਜੇ ਪੰਜਾਬ ਦੀ ਕਿ ਤੁਸੀਂ ਪੜ੍ਹੀ ਵੀ ਹੋਈ ਹੈ ਨਾ ਤਾਂ ਕਿੰਨੀਆਂ ਚੀਜ਼ਾਂ ਹੈ ਜਿਹੜੀਆਂ ਦੱਸੂੰਗਾ ਤੁਹਾਨੂੰ ਪਤਾ ਤੱਕ ਨਹੀਂ ਹੋਣੀਆ ਸੁਣੀਆਂ ਵੀ ਨਹੀਂ ਹੋਣਗੀਆਂ 1947 ਦੀ ਵੰਡ ਹੋਈ ਪੰਜਾਬ ਦੋ ਪਾਗਾਂ ਵਿੱਚ ਵੰਡਿਆ ਗਿਆ ਈਸਟ ਪੰਜਾਬ ਤੇ ਵੈਸਟ ਪੰਜਾਬ ਪੱਛਮੀ ਪੰਜਾਬ ਦੇ ਪੂਰਬੀ ਪੰਜਾਬ ਸੋ ਜਿਹੜਾ ਪੱਛਮੀ ਪੰਜਾਬ ਸੀ ਉਹ ਪਾਕਿਸਤਾਨ ਕੋ ਚਲਾ ਗਿਆ ਜਿਹੜਾ ਪੂਰਬੀ ਪੰਜਾਬ ਸੀ ਉਹ ਆਪਣੇ ਇੰਡੀਆ ਕੋ ਲਾ ਗਿਆ ਪੂਰਬੀ ਪੰਜਾਬ ਦੇ ਵਿੱਚ ਕਿੰਨੇ ਡਿਸਟ੍ਰਿਕਟ ਆਏ ਮੈਂ ਹੁਣ ਦੱਸੇ 13 ਡਿਸਟ੍ਰਿਕਟ ਪੱਛਮੀ ਪੰਜਾਬ ਦੇ ਹਿੱਸੇ ਵਿੱਚ ਕਿੰਨੇ ਆਏ 16 ਡਿਸਟ੍ਰਿਕਟ ਜਿਹੜੀ ਆ ਵਾਲੀ ਵੰਡ ਦੀ ਗੱਲ ਕਰ ਰਹੇ ਆ ਆਪਾਂ ਇਹ ਐਕਚੁਅਲੀ ਜ ਵੰਡ ਕਰੀ ਕਿ ਡਿਵਰਸਨ 1947 ਵਿੱਚ 1947 ਵਿੱਚ ਇੱਕ ਕਮਿਸ਼ਨ ਬੈਠਾ ਸੀ ਉਹ ਕਮਿਸ਼ਨ ਤੁਸੀਂ ਲਿਖੋਗੇ ਬਾਉਂਡਰੀ ਕਮਿਸ਼ਨ ਸਭ ਤੋਂ ਪਹਿਲਾ ਕਮਿਸ਼ਨ ਮੈਂ ਦੱਸਣ ਜਾ ਰਿਹਾ ਬਾਉਂਡਰੀ ਕਮਿਸ਼ਨ ਦੀ ਗੱਲ ਕਰਨ ਜਾ ਰਿਹਾ ਕਿੰਦੀ ਗੱਲ ਕਰਨ ਜਾ ਰਿਹਾ ਬਾਉਂਡਰੀ ਕਮਿਸ਼ਨ ਸੋ ਸੀਮਾ ਆਯੋਗ ਉਹ ਸੀਮਾ ਤੁਹਾਡੇ ਮਹੱਲੇ ਵਾਲੀ ਨਹੀਂ ਹੈਗੀ ਠੀਕ ਹੈ ਸੀਮਾ ਆਯੋਗ ਸੋ ਸੀਮਾ ਆਯੋਗ ਆਪਣੇ ਕੋਲ ਬਾਉਂਡਰੀ ਕਮਿਸ਼ਨ ਬੈਠਾ ਕਿਹੜੇ ਸਾਲ ਦੇ ਵਿੱਚ 1947 ਦਾ ਤੁਹਾਨੂੰ ਪਤਾ ਹੀ ਹੈ ਯਾਰ ਜਦੋਂ ਆਪਣੇ ਇੰਡੀਆ ਦੀ ਵੰਡ ਹੋਈ ਸੀ ਨਾਲ ਪੰਜਾਬ ਵੀ ਵੰਡਿਆ ਗਿਆ ਸੀ ਥੈਂਕ ਯੂ ਹਰਦੀਪ ਹਰਪਿੰਦਰ ਗੌਰ ਜੀ ਸੋ ਹਾਂ ਬਿਲਕੁਲ ਬਿਲਕੁਲ ਡੈਲੀ ਕਰਵਾਵਾਂਗਾ ਡੈਲੀ ਡੈਲੀ ਕਰਵਾਵਾਂਗਾ ਜੇ ਡੈਲੀ ਤੁਸੀਂ ਆਓਗੇ ਤਾਂ ਜੇ ਡੈਲੀ ਕਲਾਸ ਲਗਾਓਗੇ ਤਾਂ ਮੈਂ ਡੈਲੀ ਕਰਵਾਉਂਗਾ ਅਗਰ ਤੁਸੀਂ ਬਹਿ ਕੇ ਕਰੇ ਬਿਨਾ ਕਲਾਸ ਲਾਈ ਕਹਿੰਦੇ ਬਾਅਦ ਚ ਦੇਖਦੇ ਫਿਰਾਂਗੇ ਫਿਰ ਨਹੀਂ ਮੈਂ ਡੈਲੀ ਕਰਵਾਉਂਦਾ ਠੀਕ ਹੈ ਨਾ ਚਲੋ ਹੁਣ ਬਾਉਂਡਰੀ ਕਮਿਸ਼ਨ ਨੇ ਸੀਮਾ ਆਯੋਗ ਨੇ ਕੀ ਕੀਤਾ ਪੂਰੇ ਪੰਜਾਬ ਨੂੰ 29 ਡਿਸਟ੍ਰਿਕਟ ਜਿਹੜੇ ਹੈਗੇ ਸੀ 29 ਜ਼ਿਲ੍ਹੇ ਸੀ ਉਹਨੂੰ 16 ਦੇ ਦਿਨਾਂ 'ਚ ਵੰਡਤਾ ਇਹ ਬਾਉਂਡਰੀ ਕਮਿਸ਼ਨ ਦੇ ਚੇਅਰਮੈਨ ਕੌਣ ਸੀ ਮੈਨੂੰ ਜਲਦੀ ਜਲਦੀ ਦੱਸੋ ਇਹ ਬਾਉਂਡਰੀ ਕਮਿਸ਼ਨ ਦੇ ਚੇਅਰਮੈਨ ਕੌਣ ਸੀ ਇਹ ਵਾਲੀ ਬਾਉਂਡਰੀ ਕ ਕਮੈਂਟ ਕਰਕੇ ਇਹ ਵਾਲੀ ਬਾਉਂਡਰੀ ਕਮਿਸ਼ਨ ਦੇ ਕਿਹੜੇ-ਕਿਹੜੇ ਬੰਦੇ ਚੇਅਰਮੈਨ ਸੀ ਕਿਹੜੇ-ਕਿਹੜੇ ਬੰਦੇ ਸੀ ਜਿਹੜੇ ਇਹਦੇ ਵਿੱਚ ਚੇਅਰਮੈਨ ਸੀ 1947 ਦਾ ਕਮਿਸ਼ਨ ਬਾਉਂਡਰੀ ਕਮਿਸ਼ਨ ਕਰਾਨ ਜਾ ਰਿਹਾ ਬਾਉਂਡਰੀ ਕਮਿਸ਼ਨ ਸੋ ਬਾਉਂਡਰੀ ਕਮਿਸ਼ਨ 1947 ਦਾ ਜਲਦੀ ਜਲਦੀ ਦੱਸਣਾ ਜਲਦੀ ਤੋਂ ਜਲਦੀ 1947 ਦੀ ਵੰਡ ਜਿਹੜੀ ਵੰਡ ਹੋਈ ਉਹਦੇ ਵਿੱਚ 16 ਡਿਸਟ੍ਰਿਕਟ ਇੱਕ ਪਾਸੇ ਹੋ ਗਏ ਇੱਕ ਪਾਸੇ ਹੋ ਗਏ ਆਪਣੇ 13 ਡਿਸਟ੍ਰਿਕਟ ਜਲਦੀ ਇਹਦਾ ਚੇਅਰਮੈਨ ਰੈਡਕਲੀਫ ਵੈਰੀ ਗੁੱਡ ਰੈਡਕਲੀਫ 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 ਸੋ ਚੇਅਰਮੈਨ ਗੋਨ ਹੈਗਾ ਸੀ ਅਕਸਬਾਪਤੀ ਸੀ ਪਾਜੀ ਰੈਡਕਲਿਫ ਤੁਹਾਨੂੰ ਪਤਾ ਹੋਏਗਾ ਜਿਹੜੇ ਆਪਣੇ ਪੰਜਾਬ ਜਿਹੜੇ ਆਪਣੇ ਪੰਜਾਬ ਜਾਂ ਫਿਰ ਆਪਾਂ ਇੰਡੀਆ ਦੇ ਪਾਕਿਸਤਾਨ ਦੀ ਗੱਲ ਕਰੀਏ ਦੋਨਾਂ ਦੇ ਵਿੱਚ ਇੱਕ ਲਾਈਨ ਹੈ ਉਹ ਲਾਈਨ ਦਾ ਨਾਮ ਹੈ ਰੈਡਕਲਿਫ ਕਿਉਂ ਲਾਈਨ ਦਾ ਨਾਮ ਰੈਡਕਲਿਫ ਕਿਉਂ ਰੱਖਿਆ ਗਿਆ ਹੈ ਉਹੀ ਰੈਡਕਲਿਫ ਜਿਹੜੇ ਪਰਸਨ ਨੇ ਇਹ ਲਾਈਨ ਖਿੱਚੀ ਸੀ ਤੇ ਜਿਹੜਾ ਦਰਦ ਆ ਮਾਰਾ ਪੰਜਾਬੀਆਂ ਤੋਂ ਤੇ ਇੰਡੀਅਨਸ ਲੋਕਾਂ ਤੋਂ ਭੱਜ ਕੇ ਬ੍ਰਿਟੇਨ ਬੈ ਗਿਆ ਸੀ ਮੇਰੇ ਪੈਣਗੇ ਛਿੱਤਰ ਮੇਰੇ ਭੈਣ ਕੇ ਛਿੱਤਰ ਛਿੱਤਰ ਕਿਉਂ ਕਿ ਇਹਨੇ ਦੀ ਵੰਡ ਕੀਤੀ ਸੀ ਉਹ ਬਿਨਾ ਮਤਲਬ ਤੋਂ ਟੇਢੀ ਮੇਢੀ ਵੰਡ ਐ ਮੀ ਵੰਡਤਾ ਕੋਈ ਇੱਕ ਸਟਰਕਚਰ ਨਹੀਂ ਸੀ ਕੋਈ ਇੱਕ ਰੀਜ਼ਨ ਨਹੀਂ ਸੀ ਵੀ ਆਨਲਾਈਨ ਇੱਥੋਂ ਹੀ ਕਿਉਂ ਖਿੱਚੀ ਐ ਕਿੰਨੇ ਪਿੰਡ ਅੱਧੇ ਦੇ ਵੰਡੇ ਕਿੰਨਾ ਏਰੀਆ ਅੱਧਾ ਅੱਧਾ ਵੰਡਿਆ ਗਿਆ ਸੋ ਆਪਣਾ ਪੰਜਾਬ ਦੇਖ ਲਓ ਤੁਸੀਂ ਉਹ 16 ਡਿਸਟ੍ਰਿਕਟ ਉਹਨਾਂ ਕੋ ਚਲੇ ਗਏ ਆਪਣੇ ਕੋਲ ਕਿੰਨੇ ਆਏ ਸਿਰਫ ਤੇ ਸਿਰਫ 13 ਘੱਟ ਘੱਟ 60% ਹਿੱਸਾ ਪੰਜਾਬ ਦਾ ਪਾਕਿਸਤਾਨ ਕੋ ਚਲਾ ਗਿਆ ਆਪਣੇ ਕੋਲ ਕਿੰਨਾ ਆਇਆ ਸਿਰਫ 40% ਹਿੱਸਾ ਇਹੀ ਜੇ ਪਾਕਿਸਤਾਨ ਨਾਲ ਹੋਈ ਹੁੰਦੀ ਤਾਂ ਸ਼ਾਇਦ ਸ਼ਾਇਦ ਉਹ ਵਾਲੇ ਪਰਸਨ ਨੇ ਰੋੜਾ ਪਾ ਕੇ ਪ ਮੁਹੰਮਦ ਮਾਨੀਰ ਮਹਰਜੰਦ ਬਿਲਕੁਲ ਜੀ ਬਿਲਕੁਲ ਅੱਛਾ ਹੋਰ ਚੀਜ਼ ਐਂਦੇ ਵਿੱਚ ਰੈਡਕਲਿਫ ਦੇ ਨਾਲ ਚਾਰ ਬੰਦੇ ਸੀ ਚਾਰ ਮੈਂਬਰ ਸੀ ਕੌਣ ਸੀ ਚਾਰ ਮੈਂਬਰ ਉਹ ਵਾਲੇ ਚਾਰ ਸਦਸੇ ਆ ਕੌਣ ਸੀ ਸੋ ਜਸਟ ਤੁਸੀਂ ਕਹੋਗੇ ਸਰ ਯਾਦ ਤਾਂ ਹੁੰਦੀਆਂ ਨਹੀਂ ਆ ਚੀਜ਼ਾਂ ਅਸੀਂ ਪੜ-ਪੜ ਥੱਗੇ ਐਂਦੇ ਚਾਰ ਮੈਂਬਰ ਸੀ ਮੈਂ ਇੱਥੇ ਲਿਖਦਾ ਕਿਹੜੇ-ਕਿਹੜੇ ਮੁਹੰਮਦ ਮਾਨੀਰ ਕਿਹੜੇ-ਕਿਹੜੇ ਸੀ ਜੀ ਮੁਹੰਮਦ ਮਾਨੀਰ ਸਭ ਤੋਂ ਪਹਿਲਾ ਬੰਦਾ ਸੀ ਮੁਹੰਮਦ ਮਾਨੀਰ ਪੰਜਾਬੀ ਦੇ ਵਿੱਚ ਸੀ ਮਾਨੀਰ ਨੂੰ ਮਾਨੀਰ ਲਿਖਾਂਗੇ ਕੋਈ ਕੁਤੂ ਮੀਨਾਰ ਨਾ ਬਣਾ ਦੇ ਜੀ ਦੂਜਾ ਆਪਣੇ ਕੋਲ ਹੈਗਾ ਆਪਣੇ ਕੋਲ ਮਹਿਰਚੰਦ ਕਿਹੜਾ ਜੀ ਮਹਿਰਚੰਦ ਸੋ ਦੂਸਰਾ ਬੰਦਾ ਮਹਿਰਚੰਦ ਕਈ ਜਣੇ ਕਹਿੰਦੇ ਸਰ ਪੰਜਾਬੀ ਦੇ ਵਿੱਚ ਲਿਖ ਦਿਓ ਸੋ ਪੰਜਾਬੀ ਦੇ ਵਿੱਚ ਮਹਿਰਚੰਦ ਮਹਿਰਚੰਦ ਹੀ ਰਹੂਗਾ ਕਿ ਮਹਿਰ ਮਿੱਤਰ ਨਹੀਂ ਬਣ ਜੂਗਾ ਸੋ ਤੀਸਰਾ ਬੰਦਾ ਆਪਣੇ ਕੋਲ ਹੈਗਾ ਦਿਨ ਮੁਹੰਮਦ ਕਿਹੜਾ ਹੈਗਾ ਜੀ ਦਿਨ ਮੁਹੰਮਦ ਤੇ ਚੌਥਾ ਬੰਦਾ ਆਪਣੇ ਕਾਫੀ ਤੇਜ ਹੈ ਕਾਫੀ ਤੇਜ ਬੋਲੇ ਤੋਂ ਆਪਣੇ ਤੇਜਾ ਸਿੰਘ ਕਿਹੜਾ ਜੀ ਤੇਜਾ ਸਿੰਘ ਸੋ ਤੇਜਾ ਸਿੰਘ ਹੋਗੇ ਆਪਣੇ ਚੌਥੇ ਬੰਦੇ ਸੋ ਇਹ ਚਾਰ ਬੰਦੇ ਚਾਰ ਬੰਦੇ ਪੱਲੇਬਾਨ ਲੋ ਕਿਹੜੇ ਕਿਹੜੇ ਮੁਹੰਮਦ ਮਨੀਰ ਮੇਹਰਚੰਦ ਦਿਨ ਮੁਹੰਮਦ ਤੇ ਚੌਥਾ ਬੰਦਾ ਆਪਣੇ ਕੋਲ ਕਿਹੜਾ ਹੋ ਗਿਆ ਤੇਜਾ ਸਿੰਘ ਵੈਰੀ ਗੁੱਡ ਕਿਨ ਕੀ ਬਾਤ ਕਰ ਰਹੇ ਹੋ ਪ੍ਰਜਾਪਤੀ ਜੀ ਕਿਨ ਕੀ ਬਾਤ ਕਰ ਰਹੇ ਹੋ ਮੁੱਦਤ ਮੁੱਦਤ ਮਨੀਰ ਤੇ ਮੇਹਰ ਕਿੰਨੀ ਤੇਜੇ ਨੇ ਹਾਂ ਕਹ ਸਦੇਓ ਸਾਰਾ ਦਿਨ ਮੁਨੀਰ ਤੇ ਮੇਹਰ ਕੀਤੀ ਸਾਰਾ ਦਿਨ ਐਦਾਂ ਯਾਦ ਕਰਨਾ ਐਦਾਂ ਕਰ ਲਓ ਲੇਕਿਨ ਤੁਹਾਨੂੰ ਐਨੇ ਨਾਲ ਸੁੱਖਾ ਦੱਸੂਗਾ ਕਹਾਣੀਆਂ ਬਣਾਓ ਟ੍ਰਿਕਸ ਬਣਾਓ ਆਪ ਦੀਆਂ ਸਾਰਾ ਦਿਨ ਕਹਿੰਦੇ ਮਿਹਰ ਕੀਤੀ ਮੈਨੇਹਰ ਕੀਤੀ ਕਿੰਨੇ ਕਿੰਦੇ ਉਤੇ ਮਨੀਰ ਨੇ ਕਿੰਦੇ ਉਤੇ ਕੀਤੀ ਤੇਜੇ ਨੇ ਕਈ ਜਗ੍ਹਾ ਨਹੀਂ ਉੱਥੇ ਜਾ ਕੇ ਇਹਨੂੰ ਬਦਲ ਦੇਣਗੇ ਕਿੰਨੇ ਕਿੰਨੇ ਕੀਤੀ ਸੀ ਜੀ ਕਿੰਨੇ ਮਿਹਰ ਕੀਤੀ ਸੀ ਯਾਦ ਹੀ ਨਹੀਂ ਰਹਿਣਾ ਮਿਹਰ ਦਾ ਯਾਦ ਰਹੇਗਾ ਤੇਜੇ ਦੀਗਾ ਤੇ ਭੇਜਾ ਬਣਾਦਾ ਫਿਰ ਤੁਸੀਂ ਹਨਾ ਸੋ ਇੱਥੇ ਸਿੱਧਾ ਸਿੱਧਾ ਚੱਕੋ ਕਹਿੰਦੇ 1947 ਦੀ ਵੰਡ ਆਪਣੇ ਇੰਡੀਅਨਸ ਜਿਹੜੇ ਸੀ ਆਪਣੇ ਜਿਹੜੇ ਪੰਜਾਬੀ ਲੋਕ ਸੀ ਆਪਣੇ ਇੰਡੀਅਨਸ ਇੰਨੀ ਜ਼ਿਆਦਾ ਉਡੀਕ ਰੇ ਸੀ ਬੜਾ ਉਡੀਕ ਰੇ ਸੀ ਵੀ ਇੰਡੀਆ ਦੀ ਇੰਡੀਆ ਨੂੰ ਆਜ਼ਾਦੀ ਮਿਲ ਜੇ ਤੇ ਮੁਸਲਮਾਨ ਇਹ ਉਡੀਕ ਰੇ ਸੀ ਆਪਣੀ ਵੰਡ ਹੋ ਜੇ ਮੁਸਲਮਾਨ ਕੀ ਉਡੀਕ ਰੇ ਸੀ ਆਪਣੀ ਵੰਡ ਹੋ ਜੇ ਸੋ 1947 ਦੀ ਤਾਂ ਵੰਡ ਹੋਈ ਐਦਾ ਸਮਝੋ 1947 ਦੀ ਵੰਡ ਪਾਕਿਸਤਾਨੀਆਂ ਨੂੰ ਮੁਸਲਮਾਨਾਂ ਨੂੰ ਤੇ ਆਪਣੇ ਇੰਡੀਅਨਸ ਨੂੰ ਆਜ਼ਾਦੀ ਬੜੀ ਹੀ ਮੁੱਦਤ ਤੋਂ ਬਾਅਦ ਮਿਲੀ ਸੀ ਕਿੰਨੇ ਦੌਰ ਬੜੀ ਮੁੱਦਤ ਤੋਂ ਬਾਅਦ ਮਿਲੀ ਮੁੱਦਤ ਤੋਂ ਬਾਅਦ ਮਿਲੀ ਕਾਫੀ ਮੁੱਦਤ ਤੋਂ ਬਾਅਦ ਕਾਫੀ ਮੁੱਦਤੋਂ ਬਾਅਦ ਆਪਾਂ ਨੂੰ ਕੀ ਮਿਲੀ ਹੈ ਜੀ ਆਜ਼ਾਦੀ ਮਿਲੀ ਹੈ ਕਾਫੀ ਮੁੱਦਤੋਂ ਬਾਅਦ ਆਪਾਂ ਨੂੰ ਆਜ਼ਾਦੀ ਮਿਲੀ ਹੈ ਬਿਲਕੁਲ ਬਿਲਕੁਲ ਦੱਬ ਕੇ ਕਰ ਦਿਓ ਸ਼ੇਅਰ ਕਰ ਦਿਓ ਸੋ ਮੁੱਦਤੋਂ ਬਾਅਦ ਆਜ਼ਾਦੀ ਮਤਲਬ ਕੀ ਹੈ ਆਪਣੇ ਕੋਲ ਐਮਤੋਂ ਮੋਂ ਤੋਂ ਦੋ ਬੰਦੇ ਹੋ ਗਿਆ ਹੈ ਦੋ ਬੰਦੇ ਕਿਹੜੇ-ਕਿਹੜੇ ਐਮਤੋਂ ਮੋਂ ਤੋਂ ਪਹਿਲਾ ਆਪਣੇ ਕੋਲ ਹੈ ਗਿਆ ਮੁਹੰਮਦ ਮਨੀਰ ਕੌਣ ਲਿਖਿਆ ਸੀ ਆਪਾਂ ਮੁਹੰਮਦ ਮਨੀਰ ਮੈਂ ਫਿਰ کہہ ਰਿਹਾ ਕੱਲੀ-ਕੱਲੀ ਚੀਜ਼ ਯਾਦ ਕਰਵਾ ਦੂੰਗਾ ਤੁਹਾਡਾ ਡਰ ਨਿਕਲ ਜਾਏਗਾ ਵੀ ਜੀਕੇ ਯਾਦ ਕਿਵੇਂ ਹੁੰਦੀ ਹੈ ਦੂਜਾ ਬੰਦਾ ਆਪਣੇ ਕੋਲ ਹੈ ਗਿਆ ਮਿਹਰਜੰਦ ਕਿਹੜਾ ਹੈਗਾ ਮਿਹਰਚੰਦ ਤੇ ਤੀਸਰਾ ਬੰਦਾ ਆਪਣੇ ਕੋਲ ਕੌਣ ਹੈਗਾ ਤੀਜਾ ਬੰਦਾ ਆਪਣੇ ਕੋਲ ਹੈਗਾ ਡੀ ਤੋਂ ਦਿਨ ਮੁਹੰਮਦ ਕਿਹੜਾ ਜੀ ਦਿਨ ਮੁਹੰਮਦ ਅਗਰ ਤੁਸੀਂ ਪੰਜਾਬੀ ਵਿੱਚ ਲਿਖੋਗੇ ਪੰਜਾਬੀ ਦੇ ਵਿੱਚ ਲਿਖ ਲਓ ਮੁਹੰਮਦ ਮਾਨੀਰ ਮਿਹਰਚੰਦ ਮਾ ਤੋਂ ਹੀ ਬਨੇਗਾ ਦ ਤੋਂ ਦਿਨ ਮੁਹੰਮਦ ਬਨੇਗਾ ਤੇ ਚੌਥਾ ਤ ਤੋਂ ਆਏਗਾ ਭਾਜੀ ਤੇਜਾ ਸਿੰਘ ਜੀ ਆਪਣੇ ਤੇਜਾ ਸਿੰਘ ਚਾਹੇ ਤੁਸੀਂ ਅੰਗਰੇਜ਼ੀ ਪਾਸ਼ਾ ਦੇ ਵਰਡ ਲਿਖ ਲਓ ਚਾਹੇ ਤੁਸੀਂ ਪੰਜਾਬੀ ਦੇ ਲਿਖ ਲਓ ਮੁਹੰਮਦ ਮਾਨੀਰ ਮਿਹਰਚੰਦ ਦਿਨ ਮੁਹੰਮਦ ਦੇ ਤੀ ਤੋਂ ਤੇਜਾ ਸਿੰਘ ਇਹ ਚਾਰ ਬੰਦੇ ਜੀ ਚਾਰ ਬੰਦੇ ਕਹਿੰਦਾ ਤੇਜਾ ਮੇਰ ਕੋਈ ਦਿਨ ਚ ਮੁਹੰਮਦ ਨੇ ਕੀਤੀ ਐਦਾਂ ਲਗਾਣਾ ਐਦਾਂ ਕਰ ਲੋ ਮਿਸ ਕੋਰ ਜੀ ਤੁਹਾਨੂੰ ਇਨੀ ਲੰਬੀ ਲਾਈਨ ਯਾਦ ਰਹਿੰਦੀ ਹੈ ਤਾਂ ਉਹਦਾ ਕਰ ਲੋ ਅਗਰ ਇੱਕ ਵਰਡ ਕਰ ਲੋਗੇ ਯਾਦ ਉਹਦਾ ਵੀ ਹੋ ਜਾਏਗਾ ਠੀਕ ਹੈ ਐਨਾ ਸਮਝ ਆ ਗਿਆ ਸਭ ਨੂੰ ਕਿ ਨਹੀਂ ਆਇਆ ਜਲਦੀ ਜਲਦੀ ਕਮੈਂਟ ਕਰਕੇ ਦੱਸੋ ਮੈਨੂੰ 1947 ਵਾਲਾ ਬਾਉਂਡਰੀ ਕਮਿਸ਼ਨ ਅਸੀਂ ਤੁਹਾਡੀ YouTube ਕਲਾਸ ਪਾਣੀ ਚ ਘੋਲ ਕੇ ਪੀ ਲੈਣੀ ਹੈ ਟੈਨਸ਼ਨ ਨਾ ਲਓ ਰਜ਼ੀਆ ਬੇਗਮ ਪਾਣੀ ਵਿੱਚ ਘੋਲ ਕੇ ਪੀਣ ਦੀ ਲੋੜ ਹੀ ਨਹੀਂ ਪੈਗੀ ਸੁਣ ਲਓ ਐਦਾਂ ਹੀ ਘੁਲ ਜਾਏਗੀ ਦਿਮਾਗ ਦੇ ਵਿੱਚ ਦਿਮਾਗ ਦੇ ਵਿੱਚ ਘੁਲ ਜਾਏਗੀ ਦਿਮਾਗ ਦੇ ਵਿੱਚ ਮੈਂ ਗਰੰਟੀ ਨਾਲ ਕਹਿੰਨਾ ਤੁਸੀਂ ਇੱਕ ਵਾਰ ਪੰਜਾਬ ਜੀ ਕੇ ਕਰ ਲੈਣਾ ਤੁਹਾਨੂੰ ਲੋੜ ਨਹੀਂ ਪੈਣੀ ਜੇ ساری ਉਮਰ ਤੁਸੀਂ ਪੰਜਾਬ ਜੀ ਕੇ ਦੁਆਰਾ ਮੰਗਦੇ ਰਹੋਗੇ ਤਾਂ ਮੈਨੂੰ ਦੱਸ ਦਿਆ ਜੇ ਜਿਹੜੀ ਚੀਜ਼ ਜੀ ਕੇ ਦੇ ਵਿੱਚ ਹਿਸਟਰੀ ਜੀਓਗ੍ਰਾਫੀ ਪੋਲੀਟੀ ਇਕਨੋਮੀ ਜੇ ਨਹੀਂ ਯਾਦ ਹੁੰਦੀ ਜੇ ਨਹੀਂ ਯਾਦ ਹੁੰਦੀ ਮੈਨੂੰ ਦੱਸੋ ਕਮੈਂਟ ਸੈਕਸ਼ਨ ਦੇ ਦੋਸਤ ਸਰ ਆਹ ਵਾਲੀ ਗੱਲ ਨਹੀਂ ਯਾਦ ਹੁੰਦੀ ਇਹਦੀ ਟ੍ਰਿਕ ਬਣਾ ਦਿਓ ਇਹ ਚੀਜ਼ ਕੱਲੇ ਦਿਮਾਗੇ ਬੈਠੀ ਨਹੀਂ ਹੈ ਇਹ ਬਣਾ ਦਿਓ ਕਹਿੰਦਾ mohabbat ਬੜੀ ਮੁੱਦਤ ਤੋਂ ਬਾਅਦ ਮਿਲੀ ਆਰਕੇ ਬਿਸ਼ਨੋਈ ਕਹਿੰਦੇ mohabbat ਅਜਿਹਾ ਕਲ ਆਰਕੇ ਬਿਸ਼ਨੋਈ ਜੀ ਸ਼ਾਇਰ ਬਣੇ ਹੋਏ ਐ ਤੋਂ ਗਾਣਾ ਵੀ ਬੋਲਦੇ ਕਹਿੰਦਾ ਮੈਂ ਸ਼ਾਇਰ ਤੋਂ ਨਹੀਂ ਲੇਕਿਨ ਜਬਸੇ ਦੇਖਾ ਤੁਝ ਕੋ ਮੁਝ ਕੋ ਸ਼ਾਇਰੀ ਆ ਗਈ ਚਲੋ ਇਹਨਾਂ ਨੂੰ mohabbat ਮਿਲ ਗਈ ਮੁੱਦਤ ਤੋਂ ਬਾਅਦ ਤੇ ਅੱਜ ਰੋਜ਼ ਦੇ ਤੇ ਇਹ ਰੋਜ਼ ਪਕੜਾਉਂਦੇ ਹੋਏ ਫੜੇ ਗਏ ਨੇ ਤੇ ਇਹਨਾਂ ਦੇ ਚਿੱਤਰ ਪੈਂਦੇ ਪੈਂਦੇ ਬਸੇ ਨੇ ਉਮੀਦ ਹੈ ਹਣਾ ਬਿਸ਼ਨੋਈ ਸਾਹਿਬ ਠੀਕ ਹੈ ਠੀਕ ਹੈ ਪੋਲੀਟੀ ਵੀ ਲੈ ਕੇ ਆਵਾਂਗੇ ਲੈ ਕੇ ਆਵਾਂਗੇ ਜ਼ਰੂਰ ਲੈ ਕੇ ਆਵਾਂਗੇ ਚਲੋ ਹੁਣ 1947 ਦਾ ਕੀ ਹੋਇਆ ਬਾਉਂਡਰੀ ਕਮਿਸ਼ਨ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਪਹਿਲੀ ਵੰਡ ਹੋਈ ਮੈਂ ਕੱਲੀ ਕੱਲੀ ਚੀਜ਼ ਹਟਾ ਦੇਣੀ ਤੁਹਾਨੂੰ ਭਾਵੇਂ 10 ਵਾਰੀ ਕਰਵਾਉਣੀ ਪਏ ਪਹਿਲੀ ਵੰਡ ਹੋਈ 1901 ਵਿੱਚ 1901 ਵਿੱਚ ਕਿਹੜਾ ਵੰਡਿਆ ਗਿਆ ਨਾਰਥ-ਵੈਸਟ ਫਰੰਟੀਅਰ ਪ੍ਰਵਿੰਸ 1911 ਵਿੱਚ ਲੋੜ ਹਾਰਡਿੰਗ ਆ ਗਿਆ ਕਿਹੜਾ ਅਲੱਗ ਕਰਦਾ ਜੀ ਦਿੱਲੀ 1947 ਵਿੱਚ ਕੀਤਾ ਗਿਆ ਜੀ ਹੁਣ ਬਾਉਂਡਰੀ ਕਮਿਸ਼ਨ ਆ ਗਿਆ ਸੋ ਬਾਉਂਡਰੀ ਕਮਿਸ਼ਨ ਨੇ ਕੀ ਕਰਤਾ ਰੈਡਕਲੀਫਨ ਦੇ ਵਿੱਚ ਬੰਦਾ ਸੀ ਸੋ ਮੁੱਦਤ ਤੋਂ ਬਾਅਦ ਆਪਣੇ ਕੋਲ ਆਈ ਮੁਹੰਮਦ ਮਾਨੀਰ ਮਹਿਰਚੰਦ ਦੈਨ ਦਿਨ ਮੁਹੰਮਦ ਤੇ ਤੇਜਾ ਸਿੰਘ ਆਪਣੇ ਕੋਲ ਆ ਹੀ ਆਇਆ ਆਹੀ ਸੀ ਐਨੇ ਕੀ ਕੀਤਾ ਆਪਣੇ ਪੰਜਾਬ ਦੇ 29 ਡਿਸਟ੍ਰਿਕਟ ਸੀ 16 ਪਾਕਿਸਤਾਨ ਨੂੰ ਦੇਤੇ ਤੇ 13 ਆਪਣੇ ਪੰਜਾਬ ਇੰਡੀਆ ਵਾਲੇ ਦੇਤੇ ਕਿਹਨੂੰ ਦੇਤੇ ਇੰਡੀਆ ਦੇ ਪੰਜਾਬ ਨੂੰ ਦੇਤੇ ਸੋ ਐਨੇ ਹੀ ਗੱਲ ਸੀ ਯਾਰ ਉਹ 13 ਡਿਸਟ੍ਰਿਕਟ ਹੈਗੇ ਕਿਹੜੇ ਸੀ ਉਹ ਤੁਹਾਨੂੰ ਹੁਣ ਮੈਂ ਦੱਸੂਗਾ ਉਹ 13 ਡਿਸਟ੍ਰਿਕਟ ਕਿਹੜੇ ਸੀ ਉਹ ਹੁਣੇ ਦੱਸੂਗਾ ਹੁਣੇ ਖਿੱਚ ਕੇ ਰੱਖੋ ਕਹਿੰਦੇ ਖਿੱਚ ਕੇ ਰੱਖੋ ਸੁਦੇਸ਼ ਸਿੰਘ ਜੀ ਕਹ ਰਿਹਾ ਸੁਦੇਸ਼ ਪਾਜੀ ਖਿੱਚ ਕੇ ਹੀ ਹੈ ਤੁਹਾਡੇ ਵੱਲੋਂ ਥੋੜੀ ਜੀ ਆ ਰਹੀ ਹੈ ਕਮੀ ਤੁਸੀਂ ਕਰੋ ਸ਼ੇਅਰ ਦਬ ਕੇ ਸਾਰੇ ਜਣੇ ਬਿਸ਼ਨੋਈ ਸਾਹਮਣੇ ਮੈਨਾਂ ਕੋ ਜਵਾਬ ਨਹੀਂ ਦਿੰਦਾ ਹੋ ਗਿਆ ਚਲੋ ਹੁਣ ਆਪਾਂ ਆ ਵਾਲੇ 13 ਡਿਸਟ੍ਰਿਕਟ ਦੇਖ ਦਿਆ ਮੈਂ ਕਿੰਨਾ ਨਜ਼ਾਰੇ ਬਣਦੇ ਨੇ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਹੋਣੀ ਉਹ 13 ਦੇ 13 ਡਿਸਟ੍ਰਿਕਟ ਯਾਦ ਕਰਨ ਦੀ ਸੋ ਜਿਨੇ ਕਲਾਸ ਲਗਾਈ ਹੈ ਮੇਰੀ ਉਹਨੂੰ ਤਾਂ 13 ਦੇ 13 ਰਟੇ ਪਿਆ ਕੀ ਰਟੇ ਪਿਆ 13 ਦੇ 13 ਡਿਸਟ੍ਰਿਕਟ ਉਹ 13 ਡਿਸਟ੍ਰਿਕਟ ਕਿਹੜੇ ਨੇ ਜਿਹੜੇ 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 ਆਪਣੇ ਪੰਜਾਬ ਨੂੰ ਮਿਲੇ ਸੀ 1947 ਦੇ ਵਿੱਚ ਤੁਸੀਂ ਇਹ ਨਾ ਕਹਿਣਾ ਸਰ ਅੱਜ ਦਾ ਹੈ ਹੀ ਨਹੀਂ ਮੈਂ 47 ਦੀ ਗੱਲ ਕਰ ਰਿਹਾ 1947 ਦੀ 1966 ਤੱਕ ਦੀ ਬਿਲਕੁਲ ਬੀ ਪ੍ਰਜਾਪਤੀ ਨੇ ਪਹਿਲਾਂ ਹੀ ਮੇਰਾ ਰਾਜ ਖੋਲ ਕੇ ਰੱਖਤਾ ਕਹਿੰਦਾ ਉਹਦੇ ਸਰ ਤੁਸੀਂ ਖੜੇ ਖੜੇ ਇੱਕ ਟ੍ਰਿਕ ਬਣਾਈ ਸੀ ਭਾਵੇਂ ਭੁੱਲ ਜਾਵਾਂ ਮੈਂ ਸ਼ਹਿਰ ਤੇਰੇ ਨੂੰ ਕੁਝ ਗੱਲਾਂ ਚੇਤੇ ਆਉਣਗੀਆਂ ਕਰੇ ਉੱਤੇ ਥੋੜਾ ਜਾ ਬਿਸ਼ਨੋਈ ਸਾਹਿਬ ਦੀਆਂ ਦੇਖੋ ਹੁਣ ਸ਼ਾਇਰੀਆਂ ਸਟਾਰਟ ਹੋ ਚੁੱਕੀਆਂ ਨੇ ਕਹਦੇ ਭਾਵੇਂ ਭੁੱਲ ਜਾਵਾਂ ਮੈਂ ਸ਼ਹਿਰ ਤੇਰੇ ਨੂੰ ਪਰ ਕੁਝ ਗੱਲਾਂ ਚੇਤੇ ਆਉਣਗੀਆਂ ਅਜੀਤ ਰੋਡ ਤੇ ਬਹਿ ਕੇ ਪੀਤੀਆਂ ਉਹ ਚਾਹਾਂਵਾਂ ਚੇਤੇ ਆਉਣਗੀਆਂ ਪੋਜੀ ਚੌਂਗ ਤੋਂ ਘੋੜਾ ਚੌਂਗ ਵੱਲ ਜਾਂਦੀਆਂ ਉਹ ਰਾਵਾਂ ਚੇਤੇ ਆਉਣਗੀਆਂ ਭਾਵੇਂ ਭੁੱਲ ਜਾਵਾਂ ਮੈਂ ਸ਼ਹਿਰ ਤੇਰੇ ਨੂੰ ਪਰ ਕੁਝ ਗੱਲਾਂ ਚੇਤੇ ਆਉਣਗੀਆਂ ਮਤਲਬ ਬਿਸ਼ਨੋਈ ਸਾਹਿਬ ਇੱਕ ਬਹੁਤ ਹੀ ਆਪਣੇ ਜਿਹੜੇ ਅਜੀਤ ਰੋਡ ਨਾਲ ਬਠਿੰਡੇ ਨਾਲ ਬੜੇ ਹੀ ਦਿਲੋ ਜੁੜੇ ਹੋਏ ਨੇ ਸੋ ਉਹਨਾਂ ਨੇ ਚਾਹਾਂ ਪੀਤੀਆਂ ਫਲੈਟ ਦੇ ਵਿੱਚ ਪਤਾ ਨਹੀਂ ਕੀ ਕੀ ਪੀਤਾ ਇਹਨਾਂ ਨੇ ਇਹ ਕਹਿ ਰਹੇ ਨੇ ਤੇ ਉਹਨਾਂ ਨੇ ਜਿਹੜੀਆਂ ਰਾਵਾਂ ਨੇ ਆਪਣੀਆਂ ਪੂਰੀਆਂ ਕੀਤੀਆਂ ਗੇੜੀਆਂ ਲਾ ਲਾ ਕੇ ਫੋਜੀ ਚੌਂਕ ਤੋਂ ਲੈ ਕੇ ਕੋੜਾ ਚੌਂਕ ਤੱਕ ਉਹ ਰਾਵਾਂ ਇਹਨਾਂ ਨੂੰ ਚੇਤੇ ਜਾਂਦੇ ਰਹਿਣ ਗਿਆ ਬਟ ਮੈਨੂੰ ਪਤਾ ਨਹੀਂ ਹੈ ਵੀ ਇਹ ਰਾਹ ਦੇ ਵਿੱਚ ਇਹਨਾਂ ਨੂੰ ਇਹੋ ਜਿਹਾ ਕੀ ਮਿਲਿਆ ਸੀ ਜਿਹੜਾ ਇਹਨਾਂ ਨੂੰ ਚੇਤੇ ਆਊਗਾ ਇਹ ਨਹੀਂ ਪਤਾ ਮੈਨੂੰ ਹਣ ਨਾਲੇ ਇਹ ਕਹਿ ਰਿਹਾ ਕੁਝ ਗੱਲਾਂ ਤੇਰੇ ਸ਼ਹਿਰ ਦੀਆਂ ਮਤਲਬ ਇਹਨਾਂ ਦੀ ਉਹ ਵਾਲੀ ਜਿਹੜੀ ਸੇਲੀ ਆ ਉਹ ਬਠਿੰਡੇ ਦੀ ਹੈ ਤੇਰੇ ਸ਼ਹਿਰ ਦੀਆਂ ਗੱਲਾਂ ਤੇ ਤੇ ਆਉਣ ਗਿਆ ਜੇ ਅਗਰ ਉਹ ਵੀ ਸੁਣ ਰਹੀ ਹੈ ਤਾਂ ਯਾਦ ਰੱਖਿਓ ਮਤਲਬ ਇਹ ਆਪਦੀ ਫੀਲਿੰਗ ਸ਼ੇਅਰ ਕਰ ਰਿਹਾ ਹੈ ਕੋਕਾ ਜੀ ਕੋਕਾ ਕਹਿੰਦੇ ਲਾ ਤੇ ਜੜ ਤੇ ਕੋਕੇ ਰੋਸ਼ਨੀ ਕੋਰ ਨੇ ਵੀ ਕਹਤਾ ਕੰਦੇ ਬਿਸ਼ਨੋਈ ਜੀ ਰਾਈਟਰ ਵਾਹ ਜੀ ਵਾਹ ਲੁਧਿਆਣਾ ਮਾਲਾ ਫਰੀਦਬੁਰ ਬਿਲਕੁਲ ਬਿਲਕੁਲ ਵਾਹ ਜੀ ਵਾਹ ਸਿਰ ਬਿਸ਼ਨੋਈ ਸਾਹਿਬ ਸਿਰਾ ਗੱਲ ਹੈ ਸੋ ਬਿਸ਼ਨੋਈ ਸਾਹਿਬ ਚਲੋ ਬਿਸ਼ਨੋਈ ਸਾਹਿਬ 13 ਡਿਸਟ੍ਰਿਕਟ ਬਣ ਲੀਏ ਫਿਰ ਆਪਾਂ ਹਣਾ ਯਾਦ ਕਰਾਂਗੇ ਉਹਨਾਂ ਦੀਆਂ ਗੱਲਾਂ ਸਾਰੀਆਂ ਦੀਆਂ ਸਾਰੀਆਂ ਜ਼ਰੂਰ ਸੋ 13 ਡਿਸਟ੍ਰਿਕਟ ਕਿਹੜੇ-ਕਿਹੜੇ ਨੇ ਉਹ 13 ਡਿਸਟ੍ਰਿਕਟ ਕਿਹੜੇ-ਕਿਹੜੇ ਨੇ ਆਪਾਂ ਉਹ ਦੇਖਦੇ ਹਾਂ ਸੋ 13 ਡਿਸਟ੍ਰਿਕਟ ਜਿਹੜੇ ਸੀਗੇ ਉਹਦੇ ਵਿੱਚੋਂ ਮੈਂ ਦੱਸਿਆ ਤੁਹਾਨੂੰ 6 ਤਾਂ ਹੈਗੇ ਨੇ ਅੱਜ ਦੇ ਪੰਜਾਬ ਦੇ ਵਿੱਚ ਕਿੱਥੇ ਨੇ ਜੀ ਅੱਜ ਦੇ ਪੰਜਾਬ ਦੇ ਵਿੱਚ ਤੇ ਪੰਜ ਕੌਣ ਲੈ ਗਏ ਆਪਣੇ ਹਰਿਆਣਾ ਵਾਲੇ ਕੌਣ ਲੈ ਗਏ ਜੀ ਹਰਿਆਣਾ ਵਾਲੇ ਤੇ ਦੋ ਆਪਣੇ ਕੋਲ ਕਿੱਥੇ ਚਲੇ ਗਏ ਦੋ ਚਲੇ ਗਏ ਹਿਮਾਚਲ ਦੇ ਵਿੱਚ ਕਿੱਥੇ ਚਲੇ ਗਏ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੱਥੇ ਚਲੇ ਗਏ ਹਿਮਾਚਲ ਪ੍ਰਦੇਸ਼ ਦੇ ਵਿੱਚ ਸੋ ਐਦਾਂ ਦੀ ਵੰਡ ਹੋਈ ਹੈ ਉਹ ਵਾਲੇ ਡਿਸਟ੍ਰਿਕਟ ਦੀ ਹੁਣ ਦੀ ਗੱਲ ਦੱਸਾਂ ਹੁਣ ਦੀ ਦਬ ਦੋ ਦਬ ਦੋ ਸ਼ੇਅਰ ਕਰ ਦਿਓ ਪੁਨੀਤ ਸਰ ਨੇ ਵੀ ਆ ਚੁੱਕੇ ਨੇ ਵਿੱਚੇ ਪੁਨੀਤ ਬਰਾਰ ਜੀ ਤੇ 20 ਮਿੰਟ ਦੇ ਵਿੱਚ ਹਨੇਰੀ ਲੈ ਆਉਂਦੇ ਆ ਪੁਨੀਤ ਬਰਾਰ ਸਾਢੇ 7 ਕਲਾਸ ਨਹੀਂ ਕਿ 7 ਵਜੇ ਸਰ ਦੀ 7 ਤੋਂ 7 20 ਤੱਕ ਸਿਰਫ 20 ਮਿੰਟ ਦੇ ਦਿਆ ਕਰੋ ਆਪਦੇ ਪੁਨੀ ਸਰ ਨੂੰ 19 ਸਰ ਪੰਜਾਬੀ ਵਾਲੇ ਖਿੱਚ ਕੇ ਰੱਖਿਆ ਕਰੋ 20 7 ਤੋਂ 7 20 20 ਮਿੰਟ ਦੇ ਵਿੱਚ ਇੱਕ ਗੱਡੀ ਆਉਂਦੀ ਹੈ ਗੱਡੀ ਤਰਫ ਭੱਜਦੇ ਜਾਂਦੇ ਤੇ ਉੱਡਦੇ ਹੀ ਜਾਂਦੇ ਨੇ ਵਾਪਿਸ ਠੀਕ ਹੈ ਚਲੋ ਹਾਂ ਪੰਜਾਬ ਦਾ ਮੇਲਾ ਗੱਡੀ ਦਾ ਨਾਮ ਰੱਖਿਆ ਇਹਨਾਂ ਨੇ ਸੋ 2 ਆਪਣੇ ਕੋਲ ਹਿਮਾਚਲ ਪ੍ਰਦੇਸ਼ 6 ਪੰਜਾਬ ਤੇ ਆਪਣੇ ਕੋਲ 5 ਹਰਿਆਣਾ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਅੱਜ ਦੇ ਪੰਜਾਬ ਦੀ ਗੱਲ ਅੱਜ ਦੇ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਏਰੀਆਜ਼ ਨੇ ਇੱਕ ਮਾਝਾ ਇੱਕ ਦੁਆਬਾ ਤੇ ਇੱਕ ਮਾਲਵਾ ਕਾਫੀ ਜਣ ਕਹਿਣਗੇ ਸਰ ਸਾਨੂੰ ਤਾਂ ਅੱਜ ਤੱਕ ਇਹ ਨਹੀਂ ਯਾਦ ਹੋਇਆ ਇਹ ਕਿੱਥੇ-ਕਿੱਥੇ ਹੈ ਇਹ ਕਿੱਥੇ-ਕਿੱਥੇ ਹੈ ਮਾਝਾ ਦੁਆਬਾ ਮਾਲਵਾ ਸਰ ਸਾਨੂੰ ਕੀ ਪਤਾ ਤੁਸੀਂ ਤਾਂ ਐਵੇਂ ਰੱਟੇ ਮਾਰ ਕੇ ਬੈਠਿਓ ਸਾਨੂੰ ਤਾਂ ਪੜ੍ਹਾਓ ਸਾਨੂੰ ਤਾਂ ਯਾਦ ਕਰਵਾਓ ਲੋ ਫਿਰ ਯਾਦ ਕਰੋ ਅੱਜ ਯਾਦ ਕਰੋ ਅੱਜ ਆਪਣਾ ਪੰਜਾਬ ਆਪਣਾ ਪੰਜਾਬ ਸਮੋਸੇ ਦੀ ਸ਼ੇਪ ਵਾਲਾ ਪੰਜਾਬ ਯਾਦ ਕਰੋ ਥੋੜਾ ਜਾ ਹੁਣ ਇਹ ਤੇ ਧਿਆਨ ਨਾਲ ਦੇਖਣਾ ਇੱਕ ਚੀਜ਼ ਦੇਖਣਾ ਪੰਜਾਬ ਬਾਰੇ ਸੋ ਪੰਜਾਬ ਬਾਰੇ ਇੱਕ ਚੀਜ਼ ਤੁਹਾਨੂੰ ਦੱਸਦਾ ਮੈਂ ਕਈ ਜਣੇ ਨੂੰ ਇਹ ਯਾਦ ਨਹੀਂ ਹੁੰਦਾ ਇੱਥੇ ਫਾਜ਼ਿਲਕਾ ਕੀ ਆ ਫਾਜ਼ਿਲਗਾਏ تھے ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਆਈ ਹੈ ਥੈਨ ਫਾਜ਼ਿਲਕਾ ਤੋਂ ਅੱਗੇ ਚੱਲੀਏ ਮੁਕਸਰ ਸਾਹਿਬ ਥੈਨ ਉਹਦੇ ਤੋਂ ਬਾਅਦ ਆਪਣੇ ਕੋਲ ਬਠਿੰਡਾ ਬਠਿੰਡੇ ਤੋਂ ਬਾਅਦ ਮਾਨਸਾ ਮਾਨਸਾ ਤੋਂ ਬਾਅਦ ਆਪਣੇ ਕੋਲ ਸੰਗਰੂਰ ਸੰਗਰੂਰ ਤੋਂ ਬਾਅਦ ਪਟਿਆਲਾ ਪਟਿਆਲਾ ਤੋਂ ਬਾਅਦ ਐਸਏ ਐਸਨਗਰ ਮੁਹਾਲੀ ਐਵੇਂ ਹੈ ਇੱਥੇ ਨਵਾਂ ਸ਼ਹਿਰ ਇੱਥੇ ਹੁਸ਼ਿਆਰਪੁਰ ਇਧਰ ਜਲੰਧਰ ਇਧਰ ਕਪੂਰਥਲਾ ਕੁਝ ਆਹੀ ਚੀਜ਼ਾਂ ਦੇ ਵਿੱਚ ਵੰਡਿਆ ਹੋਇਆ ਹੈ ਇਧਰ ਜਾਓਗੇ ਫਿਰੋਜ਼ਪੁਰ ਫਾਜ਼ਿਲਕਾ ਆਪਣੇ ਕੋਲ ਆ ਗਿਆ ਇਧਰ ਆ ਗਿਆ ਫਿਰੋਜ਼ਪੁਰ ਫਿਰੋਜ਼ਪੁਰ ਦਵਾਦ ਆ ਗਿਆ ਮੋਗਾ ਮੋਗਾ ਤੋਂ ਇੱਥੇ ਆ ਗਿਆ ਨਾ ਫਰੀਦਕੋਟ ਇੱਥੇ ਆ ਗਿਆ ਬਰਨਾਲਾ ਮੋਗਾ ਦਵਾਦ ਆ ਗਿਆ ਲੁਧਿਆਣਾ ਸੰਗਰੂਰ ਤੋਂ ਅਲੱਗ ਹੋਇਆ ਮਲੇਰ ਕੋਟਲਾ ਆਹੀ ਹੈ ਯਾਰ ਪੰਜਾਬ ਕੁਝ ਨਹੀਂ ਹੈਗਾ ਪੰਜਾਬ ਇਹ ਵੀ ਮੈਂ ਗਾਰੰਟੀ ਲੈਣਾ ਅੱਜ ਤੋਂ 4-5 ਦੇਣੇ ਬਾਅਦ ਤੁਸੀਂ ਸਾਰਾ ਪੰਜਾਬ ਬਣਾਓਗੇ ਆਪਣੀ ਕਾਪੀ ਤੇ ਮੇਰੀ ਗਾਰੰਟੀ ਹੈ ਮੇਰੀ ਗਾਰੰਟੀ ਹੈ ਸੋ ਇਹ ਆਪਣੇ ਕੋਲ ਟੋਟਲ ਤੇ 80 ਸੀਗਨੇ ਆਪਣਾ ਅਗਰ ਤੁਸੀਂ ਨਦੀਆਂ ਦੀ ਮੰਡ ਦੇਖੋਗੇ ਸੋ ਆਪਣੀ ਆ ਚੱਲੀ ਆ ਰਾਵੀ ਰਿਵਰ ਕਿਹੜੀ ਆ ਰਾਵੀ ਅੰਦੇ ਤੋਂ ਬਾਅਦ ਅਗਰ ਇੱਥੋਂ ਦੀ ਗੱਲ ਕਰੀਏ ਆਪਣੇ ਕੋਲ ਚੱਲਦੀ ਹੈ ਬਿਆਸ ਇੱਥੋਂ ਦੀ ਆ ਕਿਹੜੀ ਹੈ ਬਿਆਸ ਤੇ ਆਪਣੇ ਕੋਲ ਸੋਰੀ ਆ ਹੋਗੀ ਸੋਰੀ ਸੋਰੀ ਆ ਹੋਗੀ ਰਾਵੀ ਆ ਹੋਗੀ ਬਿਆਸ ਆ ਹੋਗੀ ਸਤਲੁਜ ਸੋ ਇੱਥੇ ਮਿਲਦੀਆਂ ਨੇ ਤਰਨਧਰਾਂ ਦੇ ਵਿੱਚ ਹਰੀਗੇ ਪਤੰਦਾਂ ਨੂੰ ਪਤਾ ਹੋਵੇਗਾ ਬਿਆਸ ਸਤਲੁਜ ਪੜਿਆ ਵੀ ਹੋਵੇਗਾ ਤੁਸੀਂ ਸੋ ਹੁਣ ਮੇਰੀ ਗੱਲ ਸੁਣੋ ਮੈਂ ਦੱਸਣਾ ਕੀ ਚਾਹਨਾ ਮੈਂ ਦੱਸਣਾ ਚਾਹਨਾ ਆ 6 ਡਿਸਟ੍ਰਿਕਟ ਕਿਹੜੇ-ਕਿਹੜੇ ਸੀ ਪੰਜਾਬ 'ਚ ਪਹਿਲਾਂ ਮੈਂ ਪਹਿਲਾਂ ਆ ਦੱਸਣਾ ਚਾਹਨਾ ਸੋ ਅਗਰ ਤੁਸੀਂ ਮਾਝੇ ਏਰੀਆ ਦੇ ਵਿੱਚ ਜਾਓਗੇ ਮਾਝੇ ਏਰੀਆ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਆ ਦੋਹੀ ਸੀ ਆ ਦੋਹੀ ਸੀ ਅੰਮ੍ਰਿਤਸਰ ਤੇ ਗੁਰਦਾਸਪੁਰ ਕੰਚਨਜੀ ਕਰਿਆ ਨજર ਨਾ ਲੱਗੇ ਸਰ ਤੋਂ ਨੂੰ ਨજર ਲਾਣ ਵਾਲੇ ਬਥੇਰੇ ਬੈਠੇ ਆ ਪਰ ਮੇਰੀ ਮੰਮੀ ਨજર ਉਤਾਰ ਦਿੰਦੀ ਮੈਂ ਕੀ ਕਰਾਂ ਅੰਮ੍ਰਿਤਸਰ ਦੇ ਗੁਰਦਾਸਪੁਰ ਉੰਦੇ ਤੋਂ ਬਾਅਦ ਆਪਣੇ ਕੋਲ ਇੱਧਰ ਆਈਏ ਜਲੰਧਰ ਤੇ ਹੁਸ਼ਿਆਰਪੁਰ ਕਿਹੜਾ ਜੀ ਜਲੰਧਰ ਤੇ ਹੁਸ਼ਿਆਰਪੁਰ ਦੋ ਉੱਤੋਂ ਇਹੋ ਹੋ ਗਏ ਮਾਝੇ ਵਿੱਚੋਂ ਦੋ ਹੋ ਗਏ ਦੁਆਬੇ ਵਿੱਚੋਂ ਤੇ ਦੋ ਹੀ ਆਣਗੇ ਆਪਣੇ ਕੋਲ ਫਿਰੋਜ਼ਪੁਰ ਤੇ ਲੁਧਿਆਣਾ ਇਹ ਕਿੱਥੋਂ ਆਣਗੇ ਆਪਣੇ ਕੋਲ ਇਹ ਆਣਗੇ ਮਾਲਵੇ ਵਿੱਚੋਂ ਸੋ ਦੋ ਮਾਝੇ ਵਿੱਚੋਂ ਦੋ ਮਾਲਵੇ ਵਿੱਚੋਂ ਦੋ ਦੁਆਬੇ ਵਿੱਚੋਂ ਮੈਂ ਇਹ ਨਹੀਂ ਕਹਿ ਰਿਹਾ ਵੀ ਅੱਜ ਦੇ ਟਾਈਮ ਦੀ ਗੱਲ ਨਹੀਂ ਕਰ ਰਿਹਾ ਅੱਛਾ ਇੱਥੇ ਰੋਪੜ ਰਹਿ ਗਿਆ ਸੋਰੀ ਅਰੋਪੜ ਰਹਿ ਗਿਆ ਸੀ ਸੋ ਅੱਜ ਦੀ ਗੱਲ ਨਹੀਂ ਕਰ ਰਿਹਾ ਆ ਇਹ ਵਾਲੇ ਪੰਜਾਬ ਦੇ ਵਿੱਚੋਂ ਜਦੋਂ ਆਪਣੇ 1947 ਵਿੱਚ ਆਪਾਂ ਨੂੰ ਪੰਜਾਬ ਮਿਲਿਆ ਉਹ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਸੀ ਹੁਣ ਯਾਦ ਕਰਾਂਗੇ ਹੁਣ ਤੁਸੀਂ ਭੁੱਲੋਗੇ ਨਹੀਂ ਮੈਂ ਗਰੰਟੀ ਨਾਲ ਕਹਿੰਦਾ ਮੈਂ ਗਰੰਟੀ ਨਾਲ ਕਹਿੰਦਾ ਹੁਣ ਨਹੀਂ ਭੁੱਲੋਗੇ ਆਪਾਂ ਉੱਤੇ ਦੇਖਿਆ ਮਾਝਾ ਏਰੀਆ ਤਰਨਤਾਰਨ ਅਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਆਹੀ ਸੀ ਆਹੀ ਸੀ ਗਰੰਟੀ ਨਾਲ ਆਹੀ ਸੀ ਮੈਂ ਕਹਿੰਦਾ ਫਿਰ ਯਾਦ ਨਹੀਂ ਹੋਏਗਾ ਤੁਹਾਨੂੰ ਅੰਦੇ ਤੋਂ ਬਾਅਦ ਅਗਰ ਤੁਸੀਂ ਅੱਜ ਨਹੀਂ ਯਾਦ ਕੀਤਾ ਤਾਂ ਸੋ ਅਮ੍ਰਿਤਸਰ ਅਮ੍ਰਿਤਸਰ ਤੇ ਦੂਜਾ ਕਿਹੜਾ ਸੀ ਜੀ ਗੁਰਦਾਸਪੁਰ ਕਿਹੜਾ ਸੀ ਗੁਰਦਾਸਪੁਰ ਅੱਗੇ ਚਲੀਏ ਅਮ੍ਰਿਤਸਰ ਗੁਰਦਾਸਪੁਰ ਤੋਂ ਬਾਅਦ ਹੁਸ਼ਿਆਰਪੁਰ ਹੁਸ਼ਿਆਰਪੁਰ ਤੇ ਦੂਜਾ ਕਿਹੜਾ ਸੀ ਆਪਣੇ ਕੋਲ ਜਲੰਧਰ ਹੋਂਦ ਆ ਤੀਜਾ ਵੇਖੀਏ ਤੀਜਾ ਮੈਨੂੰ ਤੁਸੀਂ ਦੱਸੋਗੇ ਹੁਣੇ ਕਮੈਂਡ ਵਿੱਚ ਜਿਵੇਂ ਹੁਣੇ-ਹੁਣੇ ਪੜਾਇਆ ਜੇ ਧਿਆਨ ਨਾਲ ਸੁਣ ਰਹੇ ਹੋ ਜੇ ਧਿਆਨ ਨਾਲ ਲੈਕਚਰ ਲਾ ਰਹੇ ਹੋ ਤਾਂ ਗਰੰਟੀ ਹੈ ਤੁਸੀਂ ਇਹਦਾ ਜਵਾਬ ਦੇ ਕੇ ਜਾਓਗੇ ਮਿਰਚਾ ਵਾਰ ਕੇ ਰਖਦੇ ਆ ਸਰਦੀ ਮਮਾ ਜੀ ਬਿਲਕੁਲ ਜੀ ਚਲ ਅੰਦਰ ਅਮ੍ਰਿਤਸਰ ਗੁਰਦਾਸਪੁਰ ਸ਼ਾਰਪੁਰ ਬਿਲਕੁਲ 2 10 2 ਦੋ ਕਿਹੜੇ-ਕਿਹੜੇ ਸੀ 2 10 2 ਬਿਲਕੁਲ ਓ ਫਤੇਗੜ ਰਹਿ ਗਿਆ ਓਹੋ ਫਤੇਗੜ ਸਾਹਿਬਲੇ ਗੁੱਸਾ ਨਾ ਕਰ ਜਨ ਐਸ ਐਸ ਫਤੇਗੜ ਸਾਹਿਬ ਪਟਿਆਲਾ ਸਿਰ ਨੂੰ ਲੋ ਜੀ ਹੋ ਗਈ ਪੂਰੇ ਜਲਦੀ ਜਲਦੀ ਦੱਸੋ ਹੁਣ ਕਿਹੜੇ ਕਿਹੜੇ ਦੋਏ ਦੇ ਰਹਿ ਗਏ ਕਿਹੜੇ ਕਿਹੜੇ ਰਹਿ ਗਏ ਫਿਰੋਜ਼ਪੁਰ ਲੁਧਿਆਣਾ ਫਿਰੋਜ਼ਪੁਰ ਲੁਧਿਆਣਾ ਆਜੋ ਆਜੋ ਲੁਧਿਆਣੇ ਵਾਲਿਓ ਬੱਸਾਂ ਜਾਉਣਾ ਬੁਧਾ ਲੁਧਿਆਣਾ 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 ਗੁਰਮੀਤ ਮਿਰੋਗ ਜੀ ਕਹਿੰਦੇ ਸਰ ਜੀ ਤੁਸੀਂ ਮੇਰੇ ਚਾਚੇ ਵਰਗੇ ਹੋ ਜੀ ਸੇਮ ਟੂ ਸੇਮ ਡਿੱਟੋ ਹੁਣ ਚਾਚਾ ਨੂੰ ਮਿਲਦਾ ਬਣਾ ਤੁਹਾਡੇ ਆਕੇ ਮਿਲਦਾ ਫੋਟੋ ਕਰਵਾਣੀ ਤਾਂ ਬੰਦੀ ਉਹਨਾਂ ਨਾਲ ਫਿਰ ਇੱਕ ਹੋਰ ਛੋਟੀ ਜੀ ਸ਼ਾਇਰੀ ਆਈ ਹੈ ਪੜੋਗੇ ਥੋੜਾ ਜਿਹਾ ਉਹ ਥੋੜਾ ਜਿਹਾ ਉੱਪਰ ਕਰਨਾ ਥੋੜੀ ਜੀ ਇੱਕ ਛੋਟੀ ਜੀ ਹਿੰਦੀ ਵਿੱਚ ਲਿਖੀ ਹੋਈ ਸੀ ਇੱਕ ਲਾਈਨ ਮਿੱਤਰ ਵਹੀ ਹੈ ਭੀੜ ਮੇ ਜੋ ਖੋਨੇ ਨਾ ਦੇ ਲਖਸ਼ਿਆ ਵਹੀ ਹੈ ਜੋ ਰਾਤ ਕੋ ਸੁਨੇ ਦੇ ਬਿਲਕੁਲ ਮਿੱਤਰ ਦਾ ਤੁਸੀਂ ਐਜੇ ਬਣਾਓ ਆਪਦੇ ਯਾਰ ਵੇ ਲਈ ਆਪਣੀ ਆਪਣੇ ਯਾਰ ਵੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਐਜੇ ਬਣਾਉਣੇ ਚਾਹੀਦੇ ਆ ਕਿ ਜੇ ਤੁਸੀਂ ਕਿਸੇ ਚੀਜ਼ ਵਿੱਚ ਕਮਜ਼ੋਰ ਹੋ ਸਾਹਮਣੇ ਵਾਲਾ ਉਸ ਚੀਜ਼ ਸਟਰੋਂਗ ਹੋਏ ਥੈਟ ਮੀਨਸ ਤੁਹਾਡੀ ਜਿਹੜੀ ਆਪਣੇ ਕੋਲ ਸਟਰੈਂਥ ਹੈ ਉਹਨ ਦੀ ਵੀਕਨੈਸ ਹੋਏ ਤੇ ਉਹਨ ਦੀ ਜਿਹੜੀ ਸਟਰੈਂਥ ਹੈ ਤੁਹਾਡੀ ਵੀਕਨੈਸ ਹੋਣੀ ਚਾਹੀਦੀ ਹੈ ਲੋ ਜੀ ਪੁਨੀਤ ਬਰਾੜ ਸਾਹਿਬ ਨੇ ਇੱਕ ਕਮੈਂਟ ਮਾਰਿਆ ਪੜਾਉਣ ਦਾ ਰੱਖਦੇ ਨੇ ਵੱਖਰਾ ਅੰਦਾਜ਼ ਇੱਕ ਵਾਰੀ ਪੜ ਕੇ ਤੁਸੀਂ ਬਣਾਓਗੇ ਪੰਜਾਬ ਬਿਲਕੁਲ ਬਿਲਕੁਲ ਪੰਜਾਬ ਬਣਵਾ ਦਾਂਗੇ ਜੀ ਪੁਣੀ ਜੀ ਪੰਜਾਬ ਬਣਵਾ ਦਾਂਗੇ ਠੋਕੇ ਬਣਾ ਦਾਂਗੇ ਸਾਰਿਆਂ ਦਾ ਕਮੈਂਟ ਸਹੀ ਆਇਆ ਦਰਮੀ ਸਾਰੇ ਜਣੇ ਸਾਰੇ ਜਣੇ ਬਹੁਤ ਹੀ ਅੱਛੇ ਤਰੀਕੇ ਨਾਲ ਧਿਆਨ ਨਾਲ ਲੈਕਚਰ ਨੂੰ ਸੁਣ ਰਹੇ ਨੇ ਅਗਰ ਲੈਕਚਰ ਅੱਛਾ ਲੱਗ ਰਿਹਾ ਨਾ ਫਿਰ ਜਿੰਨੇ ਜਣੇ ਬੈਠੇ ਹੋ ਨਾ 400 450 ਬੰਦੇ ਲਾਈਕ ਦਾ ਬਟਨ ਦਬਾ ਦਿਓ ਲਾਈਕ ਦਾ ਬਟਨ ਦਬਾ ਦਿਓ ਹਜੇ ਲਾਈਕ ਘਟਾ ਤੁਹਾਡੇ ਵੱਲੋਂ ਤੇ ਸਾਰੇ ਦੇ ਸਾਰੇ ਖਿੱਚ ਕੇ ਰੱਖਿਆ ਜੇ ਚਲੋ 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 ਗੁਰਦਾਸਪੁਰ ਵਾਲੇ ਗੁਰਦਾਸਪੁਰ ਵਾਲੇ ਆਗੇ ਜੀ ਸਿਰਾ ਕਰਵਾਤਾ ਜੀ ਤੱਕ ਪਾਦੀ ਤੱਕ ਆਪਾਂ ਰੋਜ਼ ਪਾਇ ਆਦੀ ਪੰਜਾਬ ਦੇ ਵਿੱਚ ਦਾ ਆਹੀ ਐ ਆ ਜਿਹੜੇ ਪੰਜਾਬ ਦੇ ਵਿੱਚ ਹੈ ਨਾ 6 ਤੋਂ ਅੱਗੇ ਕਿੰਨੇ ਬਣ ਗਏ ਅਗਰ ਪਿੱਛੇ ਮੈਂ ਵਾਪਸ ਦਿਖਾਵਾਂ ਤੁਹਾਨੂੰ ਆਪਾਂ ਹੁਣੇ ਕੀ ਪੜਿਆ ਆ ਸਾਰਾ ਸੀ ਮਾਝਾ ਦੋਆਬਾ ਮਾਲਵਾ ਆਹੀ ਸੀ ਨਾ ਅਜਦਾ ਮਾਝਾ ਦੋਆਬਾ ਮਾਲਵਾ ਸੋ ਮਾਝ ਦੋਆਬੇ ਮਾਲਵੇ ਦੇ ਵਿੱਚ ਆਪਣੇ ਪੰਜਾਬ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਫਿਰੋਜ਼ਪੁਰ ਲੁਧਿਆਣਾ ਦੇ ਫਿਰੋਜ਼ਪੁਰ ਇੱਥੇ ਆਰ ਪੁਰਾਣੀ ਪਿਆ ਚਲੋ ਹੁਣ ਅੱਗੇ ਜਲਦੀਆ ਹਰਿਆਣੇ ਵਾਲੇ ਭਾਜੀ ਤੁਸੀਂ ਐਦਾਂ ਯਾਦ ਕਰੋ ਪੰਜਾਬੀ ਉਹ ਪੰਜਾਬੀ ਕਹਿੰਦੇ ਹਰਿਆਣਾ ਵਾਲੇ ਜਾਟ ਹੁੰਦੇ ਹੈ ਕੋਈ ਗੱਲ ਨਹੀਂ ਹਰਿਆਣਾ ਵਾਲੇ ਜਾਟ ਦੇ ਪੰਜਾਬੀ ਕਿਹ ਸੋ ਐਦਾਂ ਲਿਖੋ ਆਪਣੇ ਹਰਿਆਣਾ ਵਾਲੇ ਹਰਿਆਣਾ ਵਾਲੇ ਦੇਖੋ ਇਹ ਮੈਂ ਕਮੈਂਟ ਕਿਸੇ ਸਰਕਾਰ ਨੂੰ ਜਾਂ ਕਿਸੇ ਬੰਦੇ ਨੂੰ ਨਹੀਂ ਮਾਰ ਰਿਆ ਹਰਿਆਣਾ ਵਾਲੇ ਆਪਣਾ ਘਰ ਖਾ ਗਏ ਐਦਾਂ ਯਾਦ ਕਰ ਲਓ ਯਾਦ ਕਰਨਾ ਸਿਹ ਹੈ ਜਵਾਕਾਂ ਨੂੰ ਯਾਦ ਹੀ ਕਰਵਾਣਾ ਆਪਾਂ ਸੋ ਆਪਾਂ ਲਿਖ ਸਕਦੇ ਆ ਹਰਿਆਣਾ ਵਾਲੇ ਕੀ ਕਰ ਗਏ ਆਪਣਾ ਘਰ ਖਾ ਗਏ ਕੀ ਕਰ ਗਏ ਘਰ ਖਾ ਗਏ ਘਰ ਖਾ ਗਏ ਘਰ ਖਾਲੀ ਕਰ ਗਏ ਅੱਧਾ ਰਹਿ ਗਿਆ ਦੇਖੋ 6 ਆਪਣੇ ਕੋਲ ਆ 5 ਤਾਂ ਉਹੀ ਲੈ ਗਏ 7 ਤਾਂ ਬਾਹਰ ਚਲੇ ਗਏ 6 ਹੀ ਰਹਿ ਗਏ ਨਾ 2 ਆਪਣੇ ਕੋਲ ਹਿਮਾਚਲ ਕੋ ਚਲੇ ਗਏ 5 ਹਰਿਆਣੇ ਕੋ ਚਲੇ ਗਏ ਕਰ ਖਾਗੇ ਦਾ ਮਤਲਬ ਆਪਣੇ ਕੋਲ ਕੀ ਹੋ ਗਿਆ ਇੱਥੋਂ ਯਾਦ ਕਰੋ ਗੁਰੂਗ੍ਰਾਮ ਹਿਸਾਰ ਅੰਬਾਲਾ ਰੋहतक ਕਰਨਾਲ ਇਹੀ ਤਾਂ ਆਪਣੇ ਕੋਲ ਡਿਸਟ੍ਰਿਕਟ ਸੀ ਇਹੀ ਤਾਂ ਸੀ ਜਿਹੜੇ ਆਪਣੇ ਕੋਲ ਅੱਜ ਦੇ ਟਾਈਮ ਤੇ ਕਿੱਥੇ ਹੈ ਕਈਆਂ ਨੂੰ ਤਾਂ ਇਹ ਨਹੀਂ ਪਤਾ ਸਰ ਅੰਬਾਲਾ ਪੰਜਾਬ ਚ ਜਾਂਦਾ ਹਰਿਆਣੇ ਜਾਂਦਾ ਕਿੱਥੇ ਜਾਂਦਾ ਬਠਿੰਡੇ ਵਾਲਿਓ ਪੀਬੀ03 ਵਾਲੇ ਘਟਨੀਆ ਸੀ ਆਹੋ ਘਟਨੀ ਤੁਸੀਂ ਤਾਂ ਮੈਨੂੰ ਪਤਾ ਬਠਿੰਡੇ ਵਾਲਿਆਂ ਦਾ ਕਿਦਾਂ ਦੀ ਤੁਸੀਂ ਗੱਲਾਂ ਕਰਦੇ ਹੋ ਚਲੋ ਸੋ ਜੀ ਤੇ ਆਪਣੇ ਕੋਲ ਕਿਹੜਾ ਹੈ ਗੁਰੂਗ੍ਰਾਮ ਗੁਰੂਗ੍ਰਾਮ ਹੁਣ ਬੋਲਦੇ ਪਹਿਲਾਂ ਬੋਲਦੇ ਸੀ ਗੁੜਗਾਓ ਐਚ ਤੋਂ ਆਪਣੇ ਕੋਲ ਕੀ ਹੈਗਾ ਜੀ ਹਿਸਾਰ ਕੀ ਹੈਗਾ हिसार ए ਤੋਂ ਆਪਣੇ ਕੋਲ ਕੀ ਹੈਗਾ ਅੰਬਾਲਾ ਕੀ ਹੈ ਜੀ ਅੰਬਾਲਾ ਆਰ ਤੋਂ ਆਪਣੇ ਕੋਲ ਕੀ ਹੈ ਰੋहतक ਕੀ ਹੈ ਜੀ ਰੋहतक ਤੇ ਕੇ ਤੋਂ ਆਪਣੇ ਕੋਲ ਹੈਗਾ ਕਰਨਾਲ ਭਾਜੀ ਐਦਾਂ ਯਾਦ ਕਰ ਲਾਂਗੇ ਆਪਾਂ ਕੱਲੀ-ਕੱਲੀ ਚੀਜ਼ ਐਦਾਂ ਹਜੇ ਆਪਾਂ 1947 ਦੇ ਪਹੁੰਚੇ ਆ ਸੋ ਮੈਂ ਫਿਰ ਕਹਿ ਰਿਹਾ ਕਹਾਣੀ ਚੱਲੇਗੀ 1966 ਤੱਕ ਦੀ ਕਉਧਰ ਚੱਲੇਗੀ 1966 ਤੱਕ ਦੀ ਉਹ ਚਾਹੇ ਅੱਜ ਪੂਰੀ ਹੋਏ ਚਾਹੇ ਕੱਲ ਪੂਰੀ ਹੋਏ 1966 ਤੱਕ ਕਹਾਣੀ ਨੂੰ ਲੈ ਕੇ ਜਾਊਂਗਾ ਮੈਂ ਅੰਬਾਲਾ हिसार ਕਰਨਾਲ ਰੋहतक ਗੁਰਦਾਉਂ ਮਜ਼ਾ ਆ ਰਿਹਾ ਕਿ ਨਹੀਂ ਮਜ਼ਾ ਆ ਰਿਹਾ ਮੈਨੂੰ ਪਹਿਲਾਂ ਇਹ ਦੱਸੋ ਸੈਸ਼ਨ ਲਗਾਉਣ ਦਾ ਮਜ਼ਾ ਆ ਰਿਹਾ ਕਿ ਨਹੀਂ ਮਜ਼ਾ ਆ ਰਿਹਾ ਸੋ ਗੁਰੂਗ੍ਰਾਮ ਹਿਸਾਰ ਅੰਬਾਲਾ ਰੋहतक ਕਰਨਾਲ ਅੱਗੇ ਦੋ ਹਿਮਾਚਲ ਪ੍ਰਦੇਸ਼ ਖਾ ਗਿਆ ਪਾਜੀ ਜਿੱਥੇ ਤੁਸੀਂ ਜਾਂਦੇ ਹੋ ਨਾ ਘੁੰਮਣ ਆਸੇ ਬਿਊਟੀ ਵੇਖਣ ਆਸੇ ਬਿਊਟੀ ਆਫ ਨੇਚਰ ਉਹੀ ਦਾ ਚੀਜ਼ਾਂ ਨੇ ਕਿਹੜੇ ਕਿਹੜੇ ਅੱਛਾ ਚਲੋ ਮੈਨੂੰ ਤੁਸੀਂ ਦੱਸੋ ਮੈਂ ਲਿਖਦਾ ਹੀ ਨਹੀਂ ਹਿਮਾਚਲ ਕਿਹੜੇ ਕਿਹੜੇ ਦੋ ਖਾ ਗਿਆ ਆਪਣੇ ਉਹ ਪੁਨੀਤ ਸ਼ਰਮਾ ਜੀ ਕੱਲੀ ਕੱਲੀ ਚੀਜ਼ ਯਾਦ ਕਰਾ ਦਾਂਗੇ ਫਾਇਲ ਘਾਲੇ ਵੀ ਆਗੇ ਗੁਰਜੀਤ ਪਵਾਰ ਕਹ ਰਿਹਾ ਫਾਇਲ ਘਾਲਾ ਦਾ ਪਹਿਲਾਂ ਹੀ ਖੜਾ ਤੁਹਾਡੇ ਸਾਹਮਣ ਕਰਦੇ ਹੋ ਸ਼ੇਰ ਦੀ ਕਰਦੇ ਹੋ ਕੰਮ ਖਿੱਚ ਕੇ ਰੱਖੋ ਫਾਇਲਗਾ ਵਾਲਿਓ ਜਿੰਦਾਬਾਦ ਜਿੰਦਾਬਾਦ ਚਲੋ ਜੀ ਹਾਂਜੀ ਹਾਂਜੀ ਫੁੱਲ ਮਜ਼ਾ ਆ ਰਿਹਾ ਹੈ ਪੂਰਾ ਮਜ਼ਾ ਆਣਾ ਜੇ ਮੈਂ ਕਹਿੰਨਾ ਕੱਲੀ ਕੱਲੀ ਚੀਜ਼ ਪੰਜਾਬ ਦੀ ਜੀਕੇ ਇੱਕ ਹੁੰਦਾ ਕਾਫੀ ਸਟੂਡੈਂਟ ਕਹਿੰਦੇ ਆ ਤੇ ਇਵਨ ਕੀ ਮੈਨੂੰ ਕਈ ਟੀਚਰਸ ਨੇ ਵੀ ਅੱਜ ਤੱਕ ਕਿਹਾ ਕਹਿੰਦੇ ਆ ਆਪਾਂ ਐਜੇ ਬੰਦੇ ਆ ਵੀ ਆਪਾਂ ਸਾਰਾ ਡਾਟਾ ਨਹੀਂ ਦੇਣਾ ਹੁੰਦਾ ਸਟੂਡੈਂਟ ਨੂੰ ਮੈਂ ਕਿਹਾ ਕਾ ਤੋ ਨਹੀਂ ਦੇਣਾ ਸਟੂਡੈਂਟਸ ਦਾ ਪੇਪਰ ਕਲੀਅਰ ਕਰਵਾਣਾ ਐਸਪੀਰੈਂਟਸ ਐਨੀ ਮਿਹਨਤ ਕਰ ਰਿਹਾ ਜੇ ਆਪਾਂ ਹੀ ਉਹਨਾਂ ਨੂੰ 70% ਦੇਵਾਂਗੇ 60% ਦੇਵਾਂਗੇ ਅਗਲੇ 50% ਯਾਦ ਕਰਕੇ ਜਾਣਗੇ ਤੇ ਪੇਪਰ ਦੇ 40% ਕਰਨਗੇ ਸੋ ਉਹ ਡਾਟਾ ਘਟ ਨਹੀਂ ਲੈਣਾ ਆਪਾਂ ਡਾਟਾ ਪੂਰਾ ਖੁੱਲ ਕੇ ਲੰਗਰ ਖੁੱਲਾ ਲੰਗਰ ਖੁੱਲਾ ਚਲੋ ਜੀ ਚਲੋ Shimla Kangra ਚਲੋ ਦੇਖੋ ਕੋ ਮਨ ਜਾਂਦੇ ਨਾ ਕਾਂਗੜਾ ਕਾਂ ਪੋਨੀ ਵਾਲੀ ਨਾਲ ਤੁਸੀਂ ਸ਼ਿਮਲਾ ਦਾ ਵੇਖਿਆ ਹੀ ਹੋਊਗਾ ਲੋ ਜੀ ਸ਼ਿਮਲਾ ਸੋ ਸ਼ਿਮਲਾ ਕਾਂਗੜਾ ਦੋ ਚਲੇ ਗਏ ਹਿਮਾਚਲ ਕੋਲ ਦੋ ਉਹ ਸੀ ਪੰਜ ਆਪਣੇ ਕੋਲ ਆ ਸੀ 6 ਤੁਹਾਡੇ ਸਾਹਮਣੇ ਆ ਇਹ ਹੀ 13 ਡਿਸਟ੍ਰਿਕਟ ਆਪਾਂ ਨੂੰ 1947 ਦੇ ਬਾਉਂਡਰੀ ਕਮਿਸ਼ਨ ਨੇ ਦਿੱਤੇ ਸੀ ਇਹ ਹੀ 13 ਡਿਸਟ੍ਰਿਕਟ ਇਹ ਹੀ 13 ਡਿਸਟ੍ਰਿਕਟ ਆਪਾਂ ਨੂੰ ਦਿੱਤੇ ਸੀ ਕਿਹਨੇ ਦਿੱਤੇ ਸੀ ਆਪਣੇ 1947 ਦੇ ਪੰਜਾਬ ਦੀ ਬਾਉਂਡਰੀ ਕਮਿਸ਼ਨ ਵੀ ਨਹੀਂ ਕਿ ਇੰਡੀਆ ਲੈਵਲ ਦਾ ਬਾਉਂਡਰੀ ਕਮਿਸ਼ਨ ਜਿਹੜਾ ਆਇਆ ਸੀ ਮਜ਼ਾ ਆ ਗਿਆ ਬिडੂ ਬिडੂ ਨੂੰ ਮਜ਼ਾ ਆ ਗਿਆ ਅਜ ਲਾਲਾਬਾਦ ਵਾਲੇ ਆ ਗਏ ਜੀ ਲਾਲਾਬਾਦ ਵਾਲੇ ਉਹ ਹਿਮਾਚਲ ਪ੍ਰਦੇਸ਼ ਆ ਗਿਆ Shimla ਦੇ ਕਾਂਗੜਾ ਵਾਲਿਆਤ ਬੋਲਦੇ ਸਾਡੇ ਏਰੀਆ ਚ ਜਦਾਬਾਦ ਨੂੰ ਬੋਲਿਆਤ ਕਹਿੰਦੇ ਮੋੜ ਸਰ ਤੁਸੀਂ ਬੋਲ ਕੇ ਵਿਖਾਓ ਫਾਜ਼ਿਲਕਾ ਵਾਲਿਆਂ ਵੱਲੋਂ ਮੈਂ ਨਹੀਂ ਬੋਲਦਾ ਓਵੇਂ ਬਿਲਕੁਲ ਸਰ ਕਿਹਾ ਡੱਕ ਦੇਣਾ ਡੱਕ ਦਬ ਦੋ ਦਬ ਦੋ ਦਬ ਦੋ ਖਿੱਚ ਕੇ ਰੱਖੋ ਖਿੱਚ ਕੇ ਮੈਂ ਇਹਨਾਂ ਦੱਬਣਾ ਨਹੀਂ ਆਪਾਂ ਆਪਾਂ ਪੰਜਾਬ ਵੰਡਤਾ ਚੱਕ ਕੇ ਇੱਕ ਮਿੰਟ ਲਾਇਆ ਕਿ ਕਿਸੇ ਪੰਜਾਬ ਵਿੱਚ ਕੁਝ ਨਹੀਂ ਸੀ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਚੱਕ ਲਮਾਜਾ ਇਧਰ ਨਵਾਂਸ਼ਹਿਰ ਹੁਸ਼ਿਆਰਪੁਰ ਜਲੰਧਰ ਗੁਰਦਾ ਚੱਲ ਦੋਆਬਾ ਇਧਰ ਆਪਣੇ ਕੋਲ ਫਾਜ਼ਿਲਕਾ ਮੁਕਸਰ ਬ੍ਰਿੰਡਾ ਮਾਨਸਾ ਸੰਗਰੂਰ ਪਟਿਆਲਾ ਮੁਹਾਲੀ ਆਪਣੇ ਕੋਲ ਫਤਿਹਗੜ੍ਹ ਸਾਹਿਬ ਰੋਪੜ ਲੁਧਿਆਣਾ ਫਿਰ ਆਪਣੇ ਕੋਲ ਮਲੇਰਕੋਟਲਾ ਮੋਗਾ ਬਰਨਾਲਾ ਫਰੀਦਕੋਟ ਇਹੀ ਤਾਂ ਆਪਣਾ ਪੰਜਾਬ ਹੈ ਐਡਾ ਕੋ ਪੰਜਾਬ ਹੈ ਜਿੰਦੇ ਵਿੱਚੋਂ ਆਪਣੇ ਕੋਲ ਅੰਮ੍ਰਿਤਸਰ ਗੁਰਦਾਸਪੁਰ ਪਹਿਲਾਂ ਹੀ ਹੁੰਦਾ ਸੀ ਹੁਸ਼ਿਆਰਪੁਰ ਜਲੰਧਰ ਹੁੰਦਾ ਸੀ ਲੁਧਿਆਣਾ ਇਹ ਗੱਲ 1947 13 ਡਿਸਟ੍ਰਿਕਟ ਉਮੀਦ ਆ ਯਾਦ ਹੋਗੇ ਹੋਣਗੇ ਕੱਲੀ ਕੱਲੀ ਚੀਜ਼ ਯਾਦ ਹੋ ਗਈ ਕੱਲੀ ਕੱਲੀ ਅਜਮੇਰ ਸਰ ਆਇਆ ਅਜਮੇਰ ਸਰ ਅਜਮੇਰ ਸਰ ਕਹਿੰਦੇ ਆ ਵੀ ਕਈ ਬੱਚੇ ਸੋਚਦੇ ਆ ਸਾਇੰਸ ਦੀ ਕਲਾਸ ਜ਼ਰੂਰੀ ਨਹੀਂ ਹੁੰਦੀ ਕਹਿੰਦੇ ਕਹਿੰਦੇ ਸਾਇੰਸ ਦੀ ਕਲਾਸ ਮੈਂ ਕਿਹਾ ਕਿਉਂ ਨਹੀਂ ਜ਼ਰੂਰੀ ਹੁੰਦੀ ਕਮਲਿਓ ਕੱਲ ਨੂੰ ਤੁਸੀਂ ਪੀਪੀਐਸਸੀ ਦੇਣਾ ਕੋਈ ਜਵਾਕਾਂ ਵਾਲਾ ਕੰਮ ਨਾ ਰੱਖੋ ਵੀ ਅਸੀਂ ਕਨਸਟੇਬਲ ਦੇਣਾ ਹੈ ਜਾਂ ਫਿਰ ਕਲਰਕ ਦੇਣਾ ਹੈ ਪੀਪੀਐਸਸੀ ਦਾ ਪੇਪਰ ਟਾਰਗੇਟ ਕਰਕੇ ਚਲੋ ਬੀ ਗ੍ਰੇਡ ਪੋਸਟ ਲੈਣੀ ਹੈ ਬੀ ਗ੍ਰੇਡ ਕੜਗੜ ਬੀ ਗ੍ਰੇਡ ਲੱਗੇ ਹੋਏ ਦਿਖਣੇ ਕਹਦੇ ਸੋ ਅਜਮੇਰ ਸਰ ਦੀ ਕਲਾਸ ਵੀ 9 ਵਜੇ ਹੁੰਦੀ ਹੈ ਮੇਰੀ ਕਲਾਸ ਜਿੱਦਾਂ ਹੀ ਖਤਮ ਹੋਗੀ 9 ਵਜੇ ਭੱਜ ਜਾ ਗਰ ਅਜਮੇਰ ਸਰ ਦੀ ਕਲਾਸ ਇਹ ਸਿਰਾ ਲਾ ਦੇਣਗੇ ਸਿਰਾ ਕਿਵੇਂ ਸਰ ਜੀ ਵਧੀਆ ਜਨਾਬ ਤੁਸੀਂ ਦੱਸੋ ਹੋਰ ਕੀ ਹਾਲ ਚਾਲ ਹੈ ਲੈ ਵਾਲਿਓ ਜਿਵੇਂ ਸਾਰਾ ਕਹੀ ਜਾਂਦੇ ਸੀ ਖਿੱਚਦੇ ਹੋ ਯਾਰ ਕੰਮ ਨੂੰ ਖਿੱਚਦੇ ਘਟਾ 450 ਤੋਂ ਟਪਾ ਦਿਓ ਯਾਰ 500 ਦਾ ਵੀ ਲੰਘ ਜਣੇ ਸਰ ਪਾਉਟ ਪਾਉ ਇੱਕ ਦੋ ਦਿਨ ਇੱਕ ਦੋ ਦਿਨ ਢਿੱਲੇ ਆ ਇਹਨਾਂ ਨੇ ਚੱਕ ਕੇ ਮਾਰ ਲਿਆ ਯਾਰਾ ਬਿਲੀਆਂ ਤੇ ਸਹੇਲੀਆਂ ਸਾਰੀਆਂ ਸੱਧੀਆਂ ਹੋਈਆਂ ਸਾਰੇ ਸੱਧਿਆ ਕਰੋ ਯਾਰ ਗੁੱਡ ਈਵਨਿੰਗ ਹਜੇ ਚੱਲ ਰਹੀ ਆ ਹੁਣ ਆ ਰਿਹਾ ਦੇਜੋਦ ਗਿਲ ਹੁਣ ਆਇਆ ਨikhil Garg ਹੁਣ ਆਇਆ ਦੇਖੋ ਕਿੰਨੀ ਲੇਟ ਪਹੁੰਚਿਆ ਟਾਈਮ ਨਾਲ ਆਇਆ ਕਰੋ ਯਾਰ ਟਾਈਮ ਨਾਲ ਸੋ ਸਾਇੰਸ ਦੀ ਕਲਾਸ ਵੀ ਅੱਜ ਕੱਲ ਜ਼ਰੂਰੀ ਹੁੰਦੀ ਆ ਪੇਪਰ ਦੇ ਵਿੱਚੋਂ ਲੈਣੀ 25 25 50 ਤੇ ਸਾਇੰਸ ਦਾ ਐਤੋ ਕ ਹੈਡਮਾਸਟਰ ਵਿਖਾ ਇਹ ਟਾਈਟਲ ਲਾਈਨ ਆ ਸਰ ਦੀ 25 25 50 ਸਰ ਨੂੰ ਗਾਣਾ ਬਹੁਤ ਪਸੰਦ ਆ ਸਰਦੀ ਦੀ ਸਹੇਲੀ ਨੇ ਸੁਲਾਸ ਦਾ ਅਵੇ ਸਿਨਾਹਾਨੀ ਆਓ ਇੱਕ ਮੰਨ ਗਏ ਅੱਜ ਮੰਨ ਗਏ ਅੱਗੇ ਨਹੀਂ ਮੰਨਦੇ ਕਦੇ ਸੇਲੀ ਬਾਰੇ ਚਲੋ ਮੇਰੀਏ ਤੋਂ ਬਾਅਦ 9 ਵਜੇ ਤੋਂ ਬਾਅਦ ਕਲਾਸ ਸਟਾਰਟ ਹੁੰਦੀ ਹੈ ਸਰਦਿਕ ਸਾਇੰਸ ਦੀ ਕਲਾਸ ਲਗਾਇਆ ਕਰੋ ਜਵੇ ਚਲੋ ਇਹ ਫਿਰ ਕਰੋ ਜੋ ਆਇਆ ਉਹਦੀ ਜੀਕੇ ਦੀ ਕਲਾਸ ਥੈਂਕ ਯੂ ਸੋ ਮਚ ਸੋ ਆਪਣੇ ਕੋਲ ਵਾਪਸ ਆਣਿਆ 1947 ਤੋਂ ਬਾਅਦ ਅਗੇ ਤੋ ਆਪਾਂ ਕੀ ਪੜਿਆ ਹੁੰਦਕ 1901 ਦੇ ਵਿੱਚ ਆਪਣੇ ਕੋਲ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਬਣ ਗਿਆ 1911 ਦੇ ਵਿੱਚ ਆਪਣੇ ਕੋਲ ਕੀ ਹੋ ਗਿਆ ਜੀ 1911 ਦੇ ਵਿੱਚ ਦਿੱਲੀ ਆ ਗਿਆ 1947 ਦੇ ਵਿੱਚ ਆਪਣੇ ਕੋਲ ਕੀ ਆਇਆ ਜੀ ਬਾਉਂਡਰੀ ਕਮਿਸ਼ਨ ਆਇਆ ਕਿਹੜਾ ਕਮਿਸ਼ਨ ਆਇਆ ਬਾਉਂਡਰੀ ਕਮਿਸ਼ਨ ਆਇਆ ਇਹਦੇ ਵਿੱਚ ਕੌਣ ਆਏ ਰੈਡਕਲਿਫ ਆ ਜੀ ਰੈਡਕਲਿਫ ਨਾਲ ਆਏ ਮੁੱਦ ਤੋਂ ਬਾਅਦ ਮੁਹੰਮਦ ਮਨੀਰ ਮਹਿਰਚੰਦ ਤੇਜਾ ਸਿੰਘ ਤੇ ਆਪਣੇ ਕੋਲ ਇੱਕ ਬੰਦਾ ਹੋਰ ਸੀ ਦਿਨ ਮੁਹੰਮਦ ਆਹੀ ਚਾਰ ਬੰਦੇ ਸੀ ਆਹੀ ਚਾਰ ਬੰਦਿਆਂ ਨੇ ਕੀ ਕਰਤਾ ਜੀ ਆਪਣੇ 13 ਡਿਸਟ੍ਰਿਕਟ ਆਪਾਂ ਨੂੰ ਦੇਤੇ 13 ਆਪਾਂ ਨੂੰ 16 ਦੇਤੇ ਪਾਕਿਸਤਾਨ ਨੂੰ ਉਹ 13 ਆਪਾਂ ਨੂੰ ਕਿੱਥੇ ਦਿੱਤੇ 6 ਦਾ ਅਗੇ ਪੰਜਾਬ ਵਿੱਚ ਦੋ ਮਾਝੇ ਵਾਲੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇਖੋ ਗੁਰਦਾਸਪੁਰ ਤੇ ਅੰਮ੍ਰਿਤਸਰ ਦੋ ਦੁਆਬੇ ਦੇ ਹੁਸ਼ਿਆਰਪੁਰ ਤੇ ਜਲੰਧਰ ਹੁਸ਼ਿਆਰਪੁਰ ਤੇ ਜਲੰਧਰ ਦੋ ਹੀ ਮਾਲਵੇ ਦੇ ਫਿਰੋਜ਼ਪੁਰ ਤੇ ਆਪਣੇ ਕੋਲ ਦੂਜਾ ਸੀਗਾ ਲੁਧਿਆਣਾ ਇਹੀ ਛੇ ਡਿਸਟ੍ਰਿਕਟ ਆਪਣਾ ਬਾਕੀ ਘਰ ਲੈ ਗਏ ਘਰ ਕੌਣ ਲੈ ਗਏ ਘਰ ਖਾ ਗਏ ਕੌਣ ਆਪਣੇ ਹਰਿਆਣਾ ਵਾਲੇ ਗੁਰੂਗ੍ਰਾਮ ਕਿਹੜਾ ਜੀ ਗੁੜਗਾਉ ਗੁਰੂਗ੍ਰਾਮ ਹਿੱਸਾ ਅੰਬਾਲਾ ਅੰਬਾਲਾ ਤੋਂ ਬਾਅਦ ਰੋहतक ਕੇਦੋਂ ਕਰਨਾਲ ਤੇ ਬਾਕੀ ਦੋ ਚਲੇ ਗਏ Shimla ਕੋਲ ਜਿੱਥੇ ਤੁਸੀਂ ਜਾਂਦੇ ਹੋ ਹੁਣ ਘੁੰਮਣ ਵਾਸਤੇ ਆਪਣੇ ਪੰਜਾਬ ਦਾ ਹਿੱਸਾ ਹੁੰਦਾ ਸੀ ਭਲੇ ਵੇਲੇ ਸੋ ਕਾਂਗੜਾ ਤੇ ਦੂਜਾ ਕਿਹੜਾ ਸੀ ਆਪਣੇ ਕੋਲ Shimla ਕਿਹੜਾ Shimla ਇਹ ਆਪਾਂ ਹੁਣ ਤੱਕ ਪੜਿਆ ਹੁਣ ਤੱਕ ਹੁਣ ਤੱਕ ਸਹੀ-ਸਹੀ ਦੱਸੋ ਐਨੀ ਸਭ ਨੂੰ ਸਮਝ ਆ ਗਈ ਜਾਂ ਨਹੀਂ ਆਈ ਮੈਂ ਲੋਕਲ ਨਹੀਂ ਆ ਜੀ ਗੁਣਗੀਤ ਆਪਾਂ ਫਾਜ਼ਿਲਗੜ੍ਹ ਏ ਬਾਰਡਰ ਏਰੀਆ ਤੋਂ ਬਾਰਡਰ ਏਰੀਆ ਬਾਰਡਰ ਨਹੀਂ ਟੱਪਦਾ ਜਿੱਟਾ ਮੁੰਡਾ ਲੁਧਿਆਣਾ ਉਢੀਕਦਾ ਅੰਮਾਲੇ ਉਢੀਕਦਾ ਇੱਥੋਂ ਦੀ ਆਹੀ ਡਿਸਟ੍ਰਿਕਟ ਆਪਣਾ ਬੰਗਲਾ ਪਹਿਲਾਂ ਬੋਲਦੇ ਬੰਗਲਾ ਕੱਲੇ ਕੱਲੇ ਡਿਸਟ੍ਰਿਕਟ ਦੀ ਕੱਲੇ ਕੱਲੇ ਡਿਸਟ੍ਰਿਕਟ ਦੀ ਕਹਾਣੀ ਸੁਣਾਵਾਂ ਕੱਲੇ ਕੱਲੇ ਡਿਸਟ੍ਰਿਕਟ ਦੀ ਸਭ ਸੁਣਾਉਂਗਾ ਸਭ ਕੱਲੇ ਕੱਲੇ ਡਿਸਟ੍ਰਿਕਟ ਦਾ ਦੱਸਾਂਗਾ 500 ਕਰ ਦਿਓ ਪਨੀਰ ਬਰਾੜ ਘਰੇ ਖਿੱਚ ਕੇ ਕਰ ਦਿਓ ਖਿੱਚ ਕੇ ਕਿੱਥੋਂ ਖਿੱਚੀਏ ਪਨੀਰ ਬਰਾੜ ਦੀ ਲੱਤਾਂ ਤੋਂ ਖਿੱਚੀਏ ਸਿਰ ਤੋਂ ਖਿੱਚੀਏ ਬੰਦਿਆਂ ਨੂੰ ਚਲੋ ਅਾਗੀ ਸਮਝਾ ਅੱਗੇ ਚੱਲਦੇ ਆ ਬਿਨਾਂ ਗੱਲਾਂ ਤੋਂ ਸੋ 1947 ਤੱਕ ਦੀ ਕਹਾਣੀ ਤੁਹਾਨੂੰ ਸਮਝ ਆ ਗਈ ਹੋएगी 1947 ਦੇ ਵਿੱਚ ਦੋ ਚੀਜ਼ਾਂ ਨੇ ਹੁਣ ਇੱਥੇ ਕਹਾਣੀ ਨਾਲ ਨਾਲ ਇੱਕ ਹੋਰ ਜੋੜੂੰਗਾ ਮੈਂ ਇੱਕ ਕਹਾਣੀ ਹੋਰ ਜੋੜੂੰਗਾ ਜਿਹੜੀ ਕੱਲ੍ਹ ਜਾ ਕੇ ਪੂਰੀ ਹੋएगी ਇੱਕ 1947 ਦੀ ਇੱਕ 1948 ਤੋਂ 1956 ਦੀ ਇੱਕ 1947 ਦੀ ਇੱਕ 1948 ਤੋਂ 1956 ਦੀ ਕਹਾਣੀ ਕੱਲ ਪੂਰੀ ਹੋएगी ਕੱਲ ਸੋ ਜਿਹੜਾ ਆਪਣੇ ਕੋਲ ਆ ਪੰਜਾਬ ਦਾ ਮੈਪ ਹੈ ਨਾ ਜਿਹੜਾ ਆਪਾਂ ਪੰਜਾਬ ਦਾ ਮੈਪ ਵਾਰੀ ਵਾਰ ਦੇਖ ਰਹੇ ਆ ਪੰਜਾਬ ਦਾ ਮੈਪ ਉਮੀਦ ਹੈ ਸਭ ਨੂੰ ਸਮਝ ਆ ਗਈ ਹੋਈਗੀ ਆ ਵਾਲੀ ਸੋ ਜਿਹੜੀ ਆਪਣੀ ਕਹਾਣੀ ਹੈ 1947 ਦੀ ਤੇ 1947 ਤੋਂ 1966 ਦੀ 1948 ਐਕਚੁਅਲੀ ਹੈਗਾ 1947 ਵਿੱਚ ਆਪਾਂ ਨੂੰ ਪੰਜਾਬ ਮਿਲਿਆ ਸੋ 1948 ਤੋਂ 56 ਤੱਕ ਇੱਕ ਚੀਜ਼ ਹੋਰ ਬਣ ਕੇ ਸਾਹਮਣੇ ਆਈ ਸੀ ਇੱਕ ਚੀਜ਼ ਹੋਰ ਬਣ ਕੇ ਸਾਹਮਣੇ ਆਈ ਉਹ ਵੀ ਮੈਨੂੰ ਦੱਸ ਦੋ ਕਿਹੜੀ ਆਈ ਸੀ 1948 ਤੋਂ 56 ਤੱਕ ਕੀ ਚੱਲਿਆ ਸੀ 1948 ਤੋਂ 56 ਬਿਲਕੁਲ ਬਿਲਕੁਲ ਚੱਕ ਦੇ ਫੱਟੇ ਚੱਕ ਦੇ ਘਵਾਏ ਵਾਲੇ ਵੀ ਆਗੇ ਘਵਾਏ ਵਾਲੇ ਸੱਚਰ ਫਾਰਮੂਲਾ 1949 ਵਾਲਾ ਉਹ ਵੀ ਲੈ ਕੇ ਆਵਾਂਗੇ ਭਾਈ ਜੀ ਉਹ ਵੀ ਲੈ ਕੇ ਆਵਾਂਗੇ ਕੱਲੀ ਕੱਲੀ ਚੀਜ਼ ਤੁਹਾਡੇ ਭੇਜੇ ਦੇ ਵਿੱਚ ਫਿੱਟ ਕਰਕੇ ਜਾਣੀ ਹੈ ਪੈਨ ਡਰਾਈਵ ਲੱਗੀ ਹੋਈ ਹੈ ਆ YouTube ਦੀ ਸਾਰੀ ਕਲਾਸਿਸ ਤੁਹਾਡੇ ਕੋਲ ਵੋਨ ਜਣੀ ਹੈ ਪੈਨ ਡਰਾਈਵ ਤੁਹਾਡੇ ਦਿਮਾਗੇ ਆਪਣੇ ਆਪ ਫਿੱਟ ਹੋ ਜਣੀ ਹੈ ਐ ਜੀ ਐ ਜੀ ਹੈ ਪੈਪਸੂ ਗੁੱਡ ਸੋ 1947 ਵਿੱਚ ਪਤਾ ਕੀ ਹੋਇਆ 1947 ਤੋਂ 1966 ਤੱਕ ਇੱਕ ਚੀਜ਼ ਚੱਲੀ 1947 ਤੋਂ 1966 ਤੱਕ ਇੱਕ ਚੀਜ਼ ਚੱਲੀ 47 ਤੋਂ 66 ਤੱਕ ਉਹ ਇਹ ਚੱਲੀ ਪੰਜਾਬੀ ਸੂਬਾ ਮੂਵਮੈਂਟ ਕਿਹੜੀ ਸੂਬਾ ਮੂਵਮੈਂਟ ਚੱਲੀ ਪੰਜਾਬੀ ਸੂਬਾ ਮੂਵਮੈਂਟ ਹੁਣ ਜਿਹੜੀ ਪੰਜਾਬੀ ਸੂਬਾ ਮੂਵਮੈਂਟ ਸੀ ਉਹ ਪੰਜਾਬੀ ਸੂਬਾ ਮੂਵਮੈਂਟ ਕਿਸ ਤਰ੍ਹਾਂ ਆਏ ਦੇਖੋ ਆਪਾਂ ਕਹਾਣੀ ਕਿਹੜੀ ਦੱਸਨੀ ਹੈ ਆਪਣਾ 1901 ਹੋਇਆ ਹਜੇ ਆਪਣਾ 1911 ਹੋਇਆ ਹਜੇ ਆਪਣਾ 1947 ਹੋਇਆ ਆਪਾਂ ਪਹੁੰਚਣਾ ਹੈ 1966 ਤੱਕ ਹੁਣ 1966 ਦੀ ਵੰਡ ਦਾ ਮੇਨ ਕਾਰਨ ਕੀ ਬਣਿਆ ਪੰਜਾਬੀ ਸੂਬਾ ਮੂਵਮੈਂਟ ਮੈਂ ਤਾਂ ਕਹਾਣੀ ਹੈ ਤੋਂ ਸ਼ੁਰੂ ਕਰ ਰਿਹਾ ਕਹਾਣੀ ਸਮਝਣ ਦੀ ਕੋਸ਼ਿਸ਼ ਕਰਨਾ ਸਾਰੀ 1947 ਤੋਂ ਕਹਾਣੀ ਸ਼ੁਰੂ ਹੁੰਦੀ ਹੈ ਤੇ ਇਹ 1966 ਤੱਕ ਜਾਊਗੀ ਇੱਕ ਛੋਟੇ ਦੇ ਵਿੱਚ ਤੁਹਾਨੂੰ ਮੈਂ ਕਹਾਣੀ ਪਹਿਲਾਂ ਸਮਝਾ ਦੇਣਾ ਚਾਹਨਾ 1947 ਵਿੱਚ ਪੰਜਾਬੀ ਸੂਬਾ ਮੂਵਮੈਂਟ ਆਇਆ ਕਹਿੰਦੇ ਅਸੀਂ ਪੰਜਾਬ ਤੋਂ ਵੰਡਣਾ ਹੈ ਪੰਜਾਬ ਦੇ ਸਿਰਫ ਪੰਜਾਬੀ ਹੋਣੇ ਚਾਹੀਦੇ ਹੈ 1949 ਦੇ ਵਿੱਚ ਇਹਨਾਂ ਨੂੰ ਮਨਾ ਲਿਆ ਸੀ ਕਿਸੇ ਨਾ ਕਿਸੇ ਕਰਕੇ ਉਹ ਸੀ ਆਪਣੇ ਕੋਲ ਸੱਚਰ ਫਾਰਮੂਲਾ ਬੀਮਸੇਨ ਸੱਚਰ ਸੁਨੇ ਹੋਣਗੇ ਤੁਸੀਂ ਸੱਚਰ ਫਾਰਮੂਲਾ ਆਇਆ ਸੋ ਸੱਚਰ ਫਾਰਮੂਲਾ 1949 ਦੇ ਵਿੱਚ ਆਇਆ ਠੀਕ ਹੈ ਇੱਕ ਤਰ੍ਹਾਂ ਦਾ ਅੱਗੇ ਜਾ ਕੇ ਫੇਲ ਹੋ ਗਿਆ ਕਿਉਂਕਿ ਭੀਮ ਸਚਰ ਸੇਨ ਜਿਹੜੇ ਸੀ ਉਹ ਆਪਦੀ ਪੋਸਟ ਤੋਂ ਹਟ ਗਏ ਸੋ ਭੀਮ ਸਚਰ ਸੇਨ ਜਿਹੜੇ ਬੰਦੇ ਸੀ ਸਚਰ ਸਿਆ ਫਾਰਮੂਲਾ ਉਹਨੇ ਦਿੱਤਾ 1949 ਚ ਸੋ ਕਹਾਣੀ ਇਨ ਸ਼ੋਰਟ ਦੱਸ ਰਿਹਾ 1900 1948 ਤੋਂ 1956 ਤੱਕ 1948 ਤੋਂ 1956 ਨਾਲ ਆਪਣੇ ਕੋਲ ਇੱਕ ਚੀਜ਼ ਹੋਰ ਬਣ ਗਈ ਵਿਚਾਰੇ ਪੈਪਸੋ ਕਿਹੜੀ ਬਣ ਗਈ ਪੈਪਸੋ 1956 ਦੇ ਵਿੱਚ ਕੀ ਹੋਇਆ ਪੂਰੇ ਇੰਡੀਆ ਲੈਵਲ ਤੇ ਪੂਰੇ ਇੰਡੀਆ ਲੈਵਲ ਤੇ 1956 ਤੋਂ ਪਹਿਲਾਂ ਵੀ ਤੁਹਾਨੂੰ ਮੈਂ ਦੱਸਦਾ ਪਹਿਲਾਂ ਇੱਕ ਸ਼ੋਰਟ ਦੇ ਵਿੱਚ ਕਹਾਣੀ ਸੁਣ ਲਓ 1953 ਦੇ ਵਿੱਚ ਇੱਕ ਕਮਿਸ਼ਨ ਬੈਠਾ ਸੀ ਫਜ਼ਲ ਅਲੀ ਕਮਿਸ਼ਨ ਐਂਡੇ ਕਹਿੰਦੇ 1956 ਦੇ ਵਿੱਚ ਜਿਹੜਾ ਆਪਣੇ ਪੂਰੇ ਇੰਡੀਆ ਲੈਵਲ ਤੇ ਸਾਰੀ ਦੀ ਸਾਰੀਆਂ ਸਟੇਟਸ ਨੂੰ ਰੀਓਰਗੇਨਾਈਜ਼ ਕੀਤਾ ਗਿਆ ਰਾਜ ਪੁਨਰਗਠਨ ਹੋਇਆ ਜੀ ਪੁਨਰਗਠਨ ਦੁਬਾਰਾ ਗਠਨ ਕੀਤਾ ਗਿਆ ਪੂਰੇ ਇੰਡੀਆ ਦਾ ਸੋ ਪੂਰੇ ਇੰਡੀਆ ਨੂੰ 14 ਸਟੇਟਸ ਵਿੱਚ ਵੰਡਦਾ ਸੀ ਕਿੰਨੀ ਸਟੇਟਸ ਵਿੱਚ 14 ਸਟੇਟ ਆਂਦਾ ਜਿਹੜੀ ਛੋਟੀ ਮੋਟੀ ਰਾਜਿਆ ਸੀ ਨਾ ਛੋਟੇ ਮੋਟੇ ਲਾਈਕ ਆਪਣਾ ਹైదరాబాద్ ਸੀ ਚਾਕੀ ਤਵਾਰ ਦਾ ਆਂਧਰਾ ਪ੍ਰਦੇਸ਼ ਵਿੱਚ ਆਪਣੇ ਕੋਲ ਜੂਨਾਗੜ ਸੀ ਗੁਜਰਾਤ ਦੇ ਵਾਰਦਾ ਸੋ ਪੈਪਸੋ ਸੀ ਪੈਪਸੂ ਕਿੰਦੇ ਵਿੱਚ ਪਾਤਾ ਸੀ 1956 ਦੇ ਵਿੱਚ ਪੰਜਾਬ ਵਿੱਚ ਸੋ ਪੈਪਸੂ ਦਾ ਟਾਈਮ ਤਾਂ ਹੀ ਖਤਮ ਹੋ ਜਾਂਦਾ 1956 ਦੇ ਵਿੱਚ ਫਿਰ 1956 ਤੋਂ ਬਾਅਦ 1966 ਵਿੱਚ ਪੰਜਾਬ ਦਾ ਬਾਉਂਡਰੀ ਕਮਿਸ਼ਨ ਆਂਦਾ ਕਿਹੜਾ ਆਂਦਾ ਪੰਜਾਬ ਦਾ ਬਾਉਂਡਰੀ ਕਮਿਸ਼ਨ ਜਿਹਨੂੰ ਬੋਲਦੇ ਆ ਸ਼ਾ ਕਮਿਸ਼ਨ ਆਪਾਂ ਸਾਰੀ ਕਹਾਣੀ ਆਹੀ ਸੁਣਨੀ ਅੱਗੇ ਸ਼ਾਹ ਕਮਿਸ਼ਨ ਮੈਂ ਇੱਕ ਵਾਰ ਫਿਰ ਸੁਣਾਉਂਗਾ ਸ਼ਾਹ ਕਮਿਸ਼ਨ ਸੁਣਾਗੇ ਸੋ ਜਸਟਿਸ ਜੈਸ਼ੀ ਸ਼ਾਹ ਵਾਲੇ ਬੰਦੇ ਨੇ ਇਹ ਵਾਲੀ ਪੰਜਾਬ ਦੀ 1966 ਵਿੱਚ ਵੰਡ ਕੀਤੀ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਪੰਜਾਬ ਵਿੱਚ ਇਹ ਸੀ ਕਹਾਣੀ ਜਿਹੜੀ ਅੱਗੇ ਆਣ ਵਾਲੀ ਹੈ ਸਾਰੀ ਇੱਕ ਵਾਰ ਫਿਰ ਤੋਂ ਸੁਣ ਲੋ ਆਰਮਨ 1947 ਵਿੱਚ ਮਾਸਟਰ ਤਾਰਾ ਸਿੰਘ ਦੇ ਫਤਿਹ ਸਿੰਘ ਤੇ ਅਕਾਲੀ ਦਲ ਨੇ ਇੱਕ ਮੂਵਮੈਂਟ ਸਟਾਰਟ ਕੀਤੀ ਸੀ ਡਿਟੇਲ ਵਿੱਚ ਪੜਾਂਗੇ ਹੋਨੇ ਕਿਨੇ ਕਿਨੇ ਸਟਾਰਟ ਕੀਤੀ ਇਹ ਮੂਵਮੈਂਟ ਨੂੰ ਰੋਕਣ ਵਾਸਤੇ ਪੰਜਾਬੀ ਸੂਬਾ ਅੰਦੋਲਨ ਨੂੰ ਰੋਕਣ ਵਾਸਤੇ 1970 ਫਾਰਮੂਲਾ ਆਇਆ ਲੇਕਿਨ ਸੈਟਰ ਫਾਰਮੂਲਾ ਫੇਲ ਹੋ ਗਿਆ ਵਿਚਾਰਾ ਫਿਰ 48 ਵਿੱਚ ਬਣ ਗਿਆ ਪੈਪਸੂ ਪੇਪਸੂ ਆਪਣੇ ਕੋਲ ਚਲਦਾ ਰਹਾ 56 ਤੱਕ ਹੁਣ 56 ਦੇ ਵਿੱਚ ਖਤਮ ਕਿਉਂ ਹੋਇਆ ਕਿਉਂਕਿ 53 ਵਿੱਚ ਫਜ਼ਲ ਅਲੀ ਕਮਿਸ਼ਨ ਆਇਆ ਸੋ ਐਂਦੇ ਕਹਿਣ ਤੇ ਸਟੇਟ ਨੂੰ ਰੀਆਰਗੇਨਾਈਜ਼ ਕੀਤਾ ਗਿਆ ਇਹ ਬਾਜੀ ਖਤਮ ਹੋ ਗਿਆ ਫਾਈਨਲੀ 1966 ਵਿੱਚ ਫਾਈਨਲੀ ਆਪਣੇ ਪੰਜਾਬ ਦੀ ਭਾਸ਼ਾ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਵੰਡ ਹੋ ਗਈ ਕਹਿੰਦੇ ਪਤਾ ਨਹੀਂ ਕਿਸ ਰੂਪ ਵਿੱਚ ਆਕਰ ਨਾਰਾਇਣ ਮਿਲ ਜਾਏਗਾ ਪਤਾ ਨਹੀਂ ਕਿਸ ਰੂਪ ਵਿੱਚ ਆਕੇ ਨਾਰਾਇਣ ਮਿਲ ਜਾਏਗਾ ਠੀਕ ਹੈ ਜੀ ਸੋਨੀ ਟੀਚ ਥੈਂਕ ਯੂ ਸੋ ਮਚ ਅਕਾਲੀ ਦਲ ਬਿਲਕੁਲ ਜੀ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਚਲੋ ਹੁੰਦੇ ਆ ਨਾ ਸੁਣੋ ਹੁਣ ਮੈਂ ਇੱਕ ਇੱਕ ਚੀਜ਼ ਸਟਾਰਟ ਕਰੂੰਗਾ ਆਪਾਂ ਸਭ ਤੋਂ ਪਹਿਲਾਂ ਪੜਾਂਗੇ ਪੰਜਾਬੀ ਸੂਬਾ ਮੂਵਮੈਂਟ ਬਾਰੇ ਕਿੰਦੇ ਬਾਰੇ ਪੜਾਂਗੇ ਪੰਜਾਬੀ ਸੂਬਾ ਮੂਵਮੈਂਟ ਪੰਜਾਬੀ ਸੂਬਾ ਅੰਦੋਲਨ ਬਾਰੇ ਉਹੀ ਪੰਜਾਬੀ ਸੂਬਾ ਅੰਦੋਲਨ ਪੰਜਾਬੀ ਸੂਬਾ ਮੂਵਮੈਂਟ ਜਿੰਦੇ ਵਿੱਚ ਦੋ ਬੰਦੇ ਬੋਸ ਹੁੰਦੇ ਨੇ ਜਿੰਦੇ ਵਿੱਚ ਦੋ ਬੰਦੇ ਬਹੁਤ ਹੀ ਜ਼ਿਆਦਾ ਫੇਮਸ ਹੁੰਦੇ ਆ ਉਹ ਦੋ ਬੰਦੇ ਕਿਹੜੇ-ਕਿਹੜੇ ਨੇ ਉਹ ਆਪਾਂ ਦੇਖ ਲੈਨੇ ਆ ਪੈਪਸੂ ਸੀਐਮ ਹਾਂ ਬਿਲਕੁਲ ਕਰਾਂਗੇ ਪੈਪਸੂ ਬਾਰੇ ਵੀ ਕਰਾਂਗੇ ਸਾਰਾ ਕੱਲ ਕਰਾਂਗੇ ਪੈਪਸੂ ਬਾਰੇ ਸੋ ਸਭ ਤੋਂ ਪਹਿਲਾਂ 1947 ਤੋਂ سٹارٹ ਹੁੰਦੀ ਹੈ ਇੱਕ ਅੰਦੋਲਨ سٹਾਰਟ ਹੁੰਦਾ ਹੈ ਕਿਹੜਾ ਅੰਦੋਲਨ سٹਾਰਟ ਹੁੰਦਾ ਹੈ ਪੰਜਾਬੀ ਸੂਬਾ ਅੰਦੋਲਨ ਸੋ ਹੁਣ ਮੈਂ ਗੱਲ ਕਰ ਰਿਹਾ ਆਫਟਰ ਪਾਰਟੀਸ਼ਨ ਆਫਟਰ ਪਾਰਟੀਸ਼ਨ ਵਿਭਾਜਨ ਤੋਂ ਬਾਅਦ ਦੀ ਸੋ ਪੰਜਾਬੀ ਸੂਬਾ ਅੰਦੋਲਨ ਕੀ ਹੈ ਜੀ ਪੰਜਾਬੀ ਸੂਬਾ ਅੰਦੋਲਨ ਸੋ ਪੰਜਾਬੀ ਸੂਬਾ ਅੰਦੋਲਨ ਨੇ ਕੀ ਕਰਤਾ ਜੀ ਪੰਜਾਬੀ ਸੂਬਾ ਅੰਦੋਲਨ ਦੇ ਕਹਿਣ ਤੇ ਹੀ ਇਹ ਸਮਝੋ ਆਪਣੇ ਪੰਜਾਬ ਚੋਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੀ ਵੰਡ ਹੋਈ ਸੀ 1966 ਦੇ ਵਿੱਚ ਇਹ ਨਾਮ ਉਹ 1947 ਵਿੱਚ ਇਹ ਸ਼ੁਰੂ ਹੋਇਆ ਕੰਮ ਕਰਦਾ ਰਿਹਾ ਕਰਦਾ ਰਿਹਾ ਫੇਮਸ ਕਿਹੜੇ ਸਾਲ ਦੇ ਵਿੱਚ ਹੋਇਆ ਸੀ ਤੁਹਾਨੂੰ ਮੈਂ ਇਹ ਵੀ ਦੱਸਦਾ ਇਹ 1961 ਵਿੱਚ ਫੇਮਸ ਹੋਇਆ ਦੈਟ ਮੀਨਸ ਪੂਰਾ ਲੀਡ ਲੈ ਕੇ ਆਇਆ ਫੇਮਸ ਹੋਇਆ 1961 ਦੇ ਵਿੱਚ ਜਿਆਦਾ ਫੇਮਸ ਹੋਇਆ ਸੀ 1961 ਵਿੱਚ ਉਹ ਵੀ ਕਹਾਣੀ ਤੁਹਾਨੂੰ ਪੋਲੀਟੀਕਲ ਆਪਣੀ ਪੰਜਾਬ ਦੀ ਪੋਲੀਟੀਕਲ ਪੜਾਂਗੇ ਉਹਦੇ ਸਮਝਾ ਦਊਗਾ ਪੰਜਾਬ ਦੀ ਪੋਲੀਟਿਕਸ ਬਿਲਕੁਲ ਜੀ ਇਹਨੂੰ ਇਹਨੂੰ ਆਪਾਂ ਸਟਾਰਟ ਕੀਤਾ ਗਿਆ ਸਟਾਰਟਡ ਬਾਈ ਸਟਾਰਟਡ ਬਾਈ ਸਟਾਰਟਡ ਬਾਈ ਅੱਛਾ ਜਿਹੜਾ ਆ ਪਰਸਨ ਆ ਰਿਹਾ ਸੋਨੀ ਟੀਚ ਸੋ ਤੁਹਾਡੇ ਹੁਣ ਜੇ ਅਗਰ 4-5 ਵਾਰੀ ਐਦਾਂ ਦੇ ਕਮੈਂਟ ਹੋਰ ਆਂਦੇ ਆ ਤਾਂ ਤੁਹਾਨੂੰ ਬਲੌਕ ਕਰ ਦਾਂਗੇ ਕਿਉਂਕਿ ਇੱਕ ਕਮੈਂਟ ਤੁਸੀਂ ਗੋਡੋਰ 100 ਵਾਰ ਮਾਰ ਚੁੱਕੇ ਹੋ ਸੋ ਤੁਹਾਨੂੰ ਨਾਲ ਦੀ ਨਾਲ ਬਲੌਕ ਕਰ ਦਿੱਤਾ ਜਾਏਗਾ ਨਾਲ ਦੀ ਨਾਲ ਇੱਥੇ ਸੁਣ ਲਓ 1 ਮਿੰਟ ਰੁਕ ਜੋ ਬਾ ਇਹਨਾਂ ਨੂੰ ਜਦੋਂ ਹੀ ਮੈਸੇਜ ਆਣਗੇ ਹੁਣ ਨਾਲ ਦੀ ਨਾਲ ਇਹ ਬੰਦਾ ਬਲੌਕ ਹੋਊਗਾ ਠੀਕ ਹੈ ਐਦਾਂ ਦੇਖੋ ਪਤਾ ਕੀ ਗੱਲ ਹੈ ਮੈਨੂੰ ਪਤਾ ਹੈ ਇਹ ਚਾਰ ਬੰਦੇ ਬੈਠੇ ਆ ਕਮੈਂਟ ਮਰਵਾਈ ਜਾਂਦੇ ਆ ਮਾਰੀ ਜਾਂਦੇ ਆ ਬਿਨਾਂ ਮਲਦੋ ਮਾਰਦੇ ਰਹਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਰੋ 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 ਹੁਣੇ ਹੁਣੇ ਹੋ ਜਾਣਗੇ ਜੇ ਇੱਕ ਦੋ ਵਾਰੀ ਕਮੈਂਟ ਇੱਕ ਦਾ ਹੋਰ ਆ ਗਿਆ ਤਾਂ ਭਾਜੀ ਬਾਹਰ ਨਹੀਂ ਹਣਾ ਸੋ ਸਟਾਰਟ ਕਿਨੇ ਕੀਤਾ ਤਾਂ ਪੇਪਰ ਦੇ ਵਿੱਚ ਅਗਰ ਕੋਈ ਪਾਰਟੀ ਪੁੱਛੀ ਜਾਂਦੀ ਹੈ ਤਾਂ ਉਹ ਆਏਗਾ ਅਕਾਲੀ ਦਲ ਕਿਹੜਾ ਆਏਗਾ ਜੀ ਅਕਾਲੀ ਦਲ ਸੋ ਅਕਾਲੀ ਦਲ ਨੇ ਇਹ ਵਾਲਾ ਜਿਹੜਾ ਅੰਦੋਲਨ ਸੀ ਉਹ ਸਟਾਰਟ ਕੀਤਾ ਲੇਕਿਨ ਜੇ ਬੰਦਿਆਂ ਦੇ ਨਾਮ ਪੁੱਛੇ ਜਾਂਦੇ ਬੰਦਿਆਂ ਦੇ ਨਾਲ ਪੁੱਛੇ ਜਾਂਦੇ ਨੇ ਬੀਪਰੇਜਪ ਦੇ ਨੇ ਕਿਹਾ ਤਾਂ ਸਰ ਜੀ ਅਸੋਨੀ ਨੂੰ ਡਾਕਟਰ ਡਾਕਟਰ ਜਤਗਾਗੇ ਪਾਸ ਲੈ ਕੇ ਜਾਓ ਬਿਲਕੁਲ ਜੀ ਸੋਨੀ ਨੂੰ ਆਪਾਂ ਡਾਕਟਰ ਜਤਗਾਗੋਲ ਛਾੜਿਆ ਨਾ ਤੇ ਉਹਦੇ ਟੀਕੇ ਲੱਗਣਗੇ ਤੇ ਪੈਣਗੇ ਵਖਰੀਆਂ ਹਣਾ ਸੋ ਅਕਾਲੀ ਦਲ ਅਕਾਲ ਦੇਖੋ ਮੈਂ ਬਲੌਗ ਵੈਸੇ ਨਹੀਂ ਕਰਦਾ ਜੇ ਪੰਗੇ ਲਾਉਗੇ ਤਾਂ ਬਲੌਗ ਹੋ ਜੋਗੇ ਇਹੀ ਕਹਾਣੀ ਹੈ ਸੋ ਅਕਾਲੀ ਦਲ ਜਿਹੜਾ ਸਟਾਰਟ ਕੀਤਾ ਅਕਾਲੀ ਦਲ ਨੇ ਲੇਕਿਨ ਦੋ ਫੇਮਸ ਪਰਸਨੈਲਿਟੀਜ਼ ਦੋ ਸੋਹਣੇ ਸੋਹਣੇ ਤੇ ਸਿਆਣੇ ਸਿਆਣੇ ਬੰਦੇ ਉਹ ਕਿਹੜੇ ਸੀ ਜਿਹੜੇ ਆਹ ਵਾਲੇ ਅੰਦੋਲਨ ਦੇ ਨਾਲ ਲੀਡ ਕਰ ਰਹੇ ਸੀ ਦੋ ਸੋਹਣੇ ਸੋਹਣੇ ਤੇ ਸਿਆਣੇ ਸਿਆਣੇ ਬੰਦੇ ਕਿਹੜੇ ਸੀ ਸਿਰਾ ਸੋ ਲਾਸਟ ਸਾਰੀ ਕਲਾਸ ਦੇ ਬਾਰੇ ਸ਼ੋਰਟ ਚ ਬਿਲਕੁਲ ਦੱਸੂਗਾ ਰਨਦੀਪ ਮੈਨੂੰ ਪਤਾ ਹੈ ਮੈਂ ਕਿਸ ਤਰੀਕਾ ਨਾਲ ਪੜਾ ਕੇ ਜਾਊਂਗਾ ਪੱਕਾ ਬਿਲਕੁਲ ਐਦਾਂ ਦੇ ਸਟੂਡੈਂਟ ਸਾਰੇ ਡ ਤਾਂ ਇੱਕ ਤਾਂ ਆਪਣੇ ਕੋਲ ਹੈਗੇ ਸੀ ਮਾਸਟਰ ਤਾਰਾ ਸਿੰਘ ਕੌਣ ਹੈਗੇ ਸੀ ਮਾਸਟਰ ਤਾਰਾ ਸਿੰਘ ਇਹ ਕੁਸ਼ਨ ਪੇਪਰ ਦੇ ਵਿੱਚ ਆਂਦਾ ਹੁੰਦਾ ਆਪਣੇ ਪੰਜਾਬੀ ਸੂਬਾ ਦੇ ਫਾਦਰ ਕਿਹਨਾਂ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਪੰਜਾਬੀ ਸੂਬਾ ਫਾਦਰ ਆਫ ਪੰਜਾਬੀ ਸੂਬਾ ਪੰਜਾਬੀ ਸੂਬਾ ਦੇ ਫਾਦਰ ਕਿਹਨੂੰ ਬੋਲਿਆ ਜਾਂਦਾ ਮਾਸਟਰ ਤਾਰਾ ਸਿੰਘ ਨੂੰ ਬੋਲਿਆ ਜਾਂਦਾ ਮਾਸਟਰ ਤਾਰਾ ਸਿੰਘ ਦੇ ਕਹਿੰਦੇ ਸਾਰਾ ਕੁਝ ਹੋਇਆ ਮਾਸਟਰ ਤਾਰਾ ਸਿੰਘ ਸਮਰਾਲੇ ਵਾਲੇ ਵੀ ਆ ਗਏ ਆਜੋ ਆਜੋ ਇੱਕ ਵਾਰ ਉੱਪਰ ਕਮੈਂਡਮੈਂਟ ਬਣਾ ਛੋਟਾ দাও ਆਵਲਾ ਸੰਦੀਪ ਸਿੰਘ ਕਹਿੰਦੇ ਕਰਾ ਦਿਓ ਜੀ ਬਲੋਕ ਸਰ ਮੈਨੂੰ ਵੀ ਬਹੁਤ ਗੁੱਸਾ ਆਇਆ ਸੀ ਦਿਲ ਕਰਦਾ ਸੀ ਗਾਲ ਕੱਢੇ ਨੂੰ ਪਰ ਕਲਾਸ ਚੱਲ ਰਹੀ ਹੈ ਐਸੇ ਕਰਕੇ ਮੈਂ ਕੁਝ ਨਹੀਂ ਨਹੀਂ ਸੰਦੀਪ ਸਿੰਘ ਗਾਲ ਕਾਤੋ ਕਰਨੀ ਐਜੇ ਬੰਦੇ ਹੁੰਦੇ ਨੇ ਬੋਲ ਬੁਲ ਕੇ ਚਲੇ ਜਾਂਦੇ ਸਿਆਣੇ ਕਹਿੰਦੇ ਨਾ ਜੀ ਭੋਂਗਦੇ ਰਹਿੰਦੇ ਆ ਕੋਈ ਗੱਲ ਨਹੀਂ ਆਪਾਂ ਵੀ ਸਿਆਣੇ ਬਣ ਜੰਨੇ ਆ ਹਣਾ ਆਪਾਂ ਸਿਆਣੇ ਆ ਟੈਨਸ਼ਨ ਨਾ ਲੋ ਸੋ ਦੂਸਰੇ ਆਪਣੇ ਕੋਲ ਹੈਗੇ ਸੀ ਆਪਣੇ ਸੰਤ ਫਤੇ ਸਿੰਘ ਸੋ ਸੰਤ ਫਤੇ ਸਿੰਘ ਤੇ ਆਪਣੇ ਕੋਲ ਦੂਜੇ ਬੰਦੇ ਕਿਹੜੇ ਹੋਗੇ ਮਾਸਟਰ ਤਾਰਾ ਸਿੰਘ ਇਹ ਦੋ ਬੰਦੇ ਫੇਮਸ ਹੋਏ ਕਾਦੇ ਵਾਸਤੇ ਆਪਣੇ 1947 ਦੀ ਪੰਜਾਬੀ ਸੂਬਾ ਮੂਵਮੈਂਟ ਅਸੇ ਪੰਜਾਬੀ ਸੂਬਾ ਮਤਲਬ ਜਿਹੜਾ ਆਪਣਾ ਏਰੀਆ ਹੋਣਾ ਚਾਹੀਦਾ ਓੰਦੇ ਵਿੱਚ ਪੰਜਾਬੀ ਲੋਕ ਹੋਣੇ ਚਾਹੀਦੇ ਆ ਕਿਹੜੇ ਲੋਕ ਹੋਣੇ ਤੇ ਪੰਜਾਬੀ ਲੋਕ ਹੋਣੇ ਚਾਹੀਦੇ ਆ ਸੋ ਪੰਜਾਬੀ ਪੰਜਾਬੀਆਂ ਦਾ ਕਿਹੜਾ ਬਣੇ ਆਪਣਾ ਪੰਜਾਬੀ ਸੂਬਾ ਬਣੇ ਇਹ ਇਹਨਾਂ ਨੇ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਇਹ ਇਹਨਾਂ ਨੇ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਸੋ ਮਾਸਟਰ ਤਾਰਾ ਸਿੰਘ ਦਾ ਜਿਹੜਾ ਪੰਜਾਬੀ ਸੂਬਾ ਅੰਦੋਲਨ ਚੱਲ ਰਿਆ ਸੀ ਕੀ ਚੱਲ ਰਿਆ ਸੀ ਪੰਜਾਬੀ ਸੂਬਾ ਅੰਦੋਲਨ ਚੱਲ ਰਿਆ ਸੀ ਉਹ ਪੰਜਾਬੀ ਸੂਬਾ ਅੰਦੋਲਨ ਐਂਡ ਦਾ ਮੇਨ ਮੋਟਿਵ ਕੀ ਸੀ ਐਂਡ ਦਾ ਮੇਨ ਉਦੇਸ਼ ਕੀ ਸੀ ਐਂਡ ਦਾ ਮੇਨ ਮੋਟਿਵ ਐਂਡ ਦਾ ਮੇਨ ਉਦੇਸ਼ਿਆ ਕੀ ਸੀ ਮੇਨ ਉਦੇਸ਼ ਹਾਂਜੀ ਜਲਦੀ ਜਲਦੀ ਦੱਸੋ ਮੈਨੂੰ ਮੇਨ ਉਦੇਸ਼ਿਆ ਕੀ ਸੀ ਇਹਦਾ ਪੰਜਾਬੀ ਸੂਬਾ ਮੂਵਮੈਂਟ ਦਾ ਉਦੇਸ਼ਿਆ ਦੱਸ ਦੋ ਦੱਬ ਕੇ ਜਲਦੀ ਜਲਦੀ ਜਿਨ੍ਹਾਂ ਨੇ ਹਜੇ ਤੱਕ ਵੀ ਲਾਈਕ ਨਹੀਂ ਕੀਤਾ ਨਾ ਲਾਈਕ ਦੱਬੋ ਪਹਿਲਾਂ ਦਾ ਐਸੀ ਤਾਂ ਬਹੁਤ ਅੱਛੀ ਗੱਲ ਹੈ ਸੈਸ਼ਨ ਅੱਛਾ ਲੱਗਿਆ ਤਾਂ 442 ਬੰਦਿਆਂ ਚੋਂ 483 ਬੰਦੇ ਨੇ ਲਾਈਕ ਕੀਤਾ ਹੋਇਆ 40 ਲਾਈਕ ਫालतੂ ਹੀ ਨੇ ਪੰਜਾਬੀ ਸੂਬਾ ਮੂਮੈਂਟ ਬਿਲਕੁਲ ਲੈਂਗੁਏਜ ਬੇਸ ਪਾਰਟੀਸ਼ਨ ਵੈਰੀ ਗੁੱਡ ਜੀ ਵੈਰੀ ਗੁੱਡ ਸੋ ਜਿਹੜੇ ਆਪਣੇ ਪੰਜਾਬੀ ਲੋਕ ਸੀਗੇ ਉਹ ਉਸ ਟਾਈਮ ਤੇ ਸਿੱਧਾ ਸਿੱਧਾ ਕਹਿ ਰਹੇ ਸੀ ਵੀ ਲੈਂਗੁਏਜ ਬੇਸ ਪਾਰਟੀਸ਼ਨ ਹੋਣੀ ਚਾਹੀਦੀ ਹੈ ਕਿੰਦਾ ਦੀ ਪਾਰਟੀਸ਼ਨ ਹੋਣੀ ਚਾਹੀਦੀ ਹੈ ਲੈਂਗੁਏਜ ਬੇਸ ਪਾਰਟੀਸ਼ਨ ਹੋਣੀ ਚਾਹੀਦੀ ਹੈ ਲੈਂਗੁਏਜ ਬੇਸ ਕਿੰਦਾ ਦੀ ਪਾਰਟੀਸ਼ਨ ਹੋਣੀ ਚਾਹੀਦੀ ਹੈ ਲੈਂਗੁਏਜ ਸੋ ਮਾਸਟਰ ਤਾਰਾ ਸਿੰਘ ਤੇ ਫਤੇਹ ਸਿੰਘ ਨੇ ਇਹਨਾਂ ਮੇਨ ਉਦੇਸ਼ ਰੱਖਿਆ ਕਹਿੰਦੇ ਸਿਰੋ ਤੁਹਾਨੂੰ ਇੰਡੀਅਨ ਇੰਡੀਅਨ ਜੀਓਗ੍ਰਾਫੀ ਦਾ ਜਾਂ ਇੰਡੀਅਨ ਪੋਲੀਟੀ ਆ ਇੰਡੀਅਨ ਹਿਸਟਰੀ ਸਾਰਿਆਂ ਵਿੱਚ ਕੁਸ਼ਨ ਆਂਦਾ ਹੈ ਲੈਂਗੁਏਜ ਬੇਸ ਪਾਰਟੀਸ਼ਨਡ ਸਟੇਟ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਲੈਂਗੁਏਜ ਬੇਸ ਪਾਰਟੀਸ਼ਨ ਕਿਹੜੀ ਸਟੇਟ ਦੀ ਹੋਈ ਸੀ ਮੈਨੂੰ ਦੱਸੋ ਫਿਰ ਤੁਹਾਨੂੰ ਇੱਕ ਚੀਜ਼ ਹੋਰ ਦੱਸੂਗਾ ਬੜੀ ਸੋਹਣੀ ਜੀ ਬੜੀ ਸੋਹਣੀ ਦੱਸੂਗਾ ਸੋ ਭਾਸ਼ਾ ਦੇ ਆਧਾਰ ਤੇ ਆਪਣੇ ਪੰਜਾਬ ਦੀ ਵੰਡ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਲੈਂਗੁਏਜ ਬੇਸ ਜਿਆ ਹੋ ਜਿਆ ਹੋ ਰਾਸਿੰਗ ਸੋ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਪੂਰੇ ਜੋਸ਼ ਨਾਲ ਅੱਜ ਪੜਾਇਆ ਸਰ ਤੁਸੀਂ ਦੇਖੋ ਪੂਜਾ ਗੰਗੋ ਜਦੋਂ ਸਾਹਮਣੇ ਸਟੂਡੈਂਟ ਬੈਠੇ ਹੁੰਦੇ ਆ ਸੋ ਕੁਐਸ਼ਨ ਆਉਂਦੇ ਆ ਉਦੋਂ ਜੋਸ਼ ਨੂੰ ਰੋਕਣਾ ਪੈਂਦਾ ਹੁਣ ਤੁਹਾਡੇ ਕਮੈਂਟ ਪੜ ਰਿਆਂ ਸੋ ਜੋਸ਼ ਨੂੰ ਰੋਕਣ ਦੀ ਲੋੜ ਨਹੀਂ ਹੈਗੀ ਹਾਂ ਹੁਣ ਸਟੂਡੈਂਟ ਕਹਿੰਦੇ ਇੱਕ ਹੀ ਬੈਠੇ ਆ ਸਾਹਮਣੇ ਟੈਕਨੀਕਲ ਵਾਲੇ ਬੈਠੇ ਆ ਕਹਿੰਦੇ ਅਸੀਂ ਤੁਹਾਡੇ ਸਟੂਡੈਂਟ ਆ ఆంధ్రప్రదేశ్ ఆంధ్రప్రదేశ్ ਕੋਈ ਗੱਲ ਨਹੀਂ ਵਿਕਰਮਜੀਤ ਸਿੰਘ ਜੀ ਕੋਈ ਗੱਲ ਨਹੀਂ ਬਲੌਗ ਬਲੌਗ ਨਹੀਂ ਕਰਨੇਗਾ ਜਿੰਦਾ ਰਹਿਣ ਦੋ ਜਿਹੜੇ ਤੰਗ ਕਰਦੇ ਆ ਮੈਂ ਤਾਂ ਕਹਿੰਦਾ ਜ਼ਿੰਦਗੀ ਚ ਚਾਰ ਬੰਦੇ ਹੋਣੇ ਚਾਹੀਦੇ ਆ ਤੰਗ ਕਰਨ ਵਾਲੇ ਵੀ ఆంధ్రప్రదేశ్ ਵੈਰੀ ਗੁੱਡ ਸੋ ਮੈਂ ਵੈਸੇ ਅਲੱਗ ਕੁਐਸਚਨ ਦੱਸ ਰਿਹਾ ਇਹਦੇ ਤੋਂ ਭਾਸ਼ਾ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਅਲੱਗ ਹੋਇਆ ਪਹਿਲਾ ਰਾਜ ਹੈ ਅਲੱਗ ਹੋਇਆ ਪਹਿਲਾ ਰਾਜ ਸੋ ਸਭ ਤੋਂ ਪਹਿਲਾ ਰਾਜ ਜਿਹੜਾ ਸੀ ਆਪਣੇ ਕੋਲ ਭਾਸ਼ਾ ਦੇ ਆਧਾਰ ਤੇ ਅਲੱਗ ਹੋਇਆ ਸੀ ਉਹ ਸੀ ਆਂਧਰਾ ਪ੍ਰਦੇਸ਼ ਜਿਹੜਾ ਸੀ ਭਾਜੀ ਆਂਧਰਾ ਪ੍ਰਦੇਸ਼ ఆంధ్రప్రదేశ్ ਕੋਈ ਗੱਲ ਨਹੀਂ ਕੋਈ ਗੱਲ ਨਹੀਂ 1000 ਪਲੱਸ ਬੰਦੇ ਸੀ ਆ ਜਾਣਗੇ 1000 ਵੀ ਆ ਜਾਣਗੇ ਨਹੀਂ ਆਰਤੀ ਵਰਮਾ ਇੱਕ ਵਾਰ ਮੈਂ ਉਹ ਕਲਾਸ ਨੂੰ ਰੋਕਦਾ ਮਹਾਰਾਜਾ ਸੀਰੀਜ਼ ਨੂੰ ਜਿਵੇਂ ਹੀ ਇਹਦੇ ਟੌਪਿਕ ਕੰਪਲੀਟ ਹੋਣਗੇ ਮੈਂ ਇਹਦੇ ਵੀ MCQ ਲੈ ਕੇ ਆਉਂਗਾ ਥਿਰ ਹੋਇਆ ਪੈਣਾ ਸੋ ਆਂਧਰਾ ਪ੍ਰਦੇਸ਼ ਸੀ ਵੈਰੀ ਗੁੱਡ ਆਂਧਰਾ ਪ੍ਰਦੇਸ਼ ਕਿੱਥੋਂ ਅਲੱਗ ਹੋਇਆ ਸੀ ਮਦਰਾਸ ਤੋਂ ਸੋ ਇਹਦੀ ਕਹਾਣੀ ਵੀ ਤੁਹਾਨੂੰ ਹੁਣੇ ਮੈਂ ਸੁਣਾਉਂਗਾ ਇਹ ਕਦੋਂ ਅਲੱਗ ਹੋਇਆ 1 ਅਕਤੂਬਰ 1953 ਮੈਂ ਤੁਹਾਨੂੰ ਸਿਰਫ ਆਹ ਵਾਲੇ ਸਾਲ ਦੇ ਉੱਪਰ ਫੋਕਸ ਕਰਨ ਵਾਸਤੇ ਕਹਿ ਰਿਹਾ 1 ਅਕਤੂਬਰ 1953 ਫਜ਼ਲ ਅਲੀ ਕਮਿਸ਼ਨ 1953 1 ਅਕਤੂਬਰ 1953 ਕੁਝ ਤੋਂ ਲਪੜਾ ਹੈ ਕੁਝ ਤੋਂ ਪੰਗਾ ਹੈ ਕੁਝ ਤੋਂ ਫੁੱਲ ਕਨੈਕਸ਼ਨ ਹੈ ਬਾਬਾ ਪੂਰਾ ਕਨੈਕਸ਼ਨ ਹੈ ਸਿੱਧਾ 1953 ਵਾਲੇ ਆਂਧਰਾ ਪ੍ਰਦੇਸ਼ ਦਾ ਤੇ ਫਜ਼ਲ ਅਲੀ ਕਮਿਸ਼ਨ ਦਾ ਤੇ ਫਿਰ 56 ਦੇ ਵਿੱਚ ਆਪਣੀ ਸਟੇਟ ਨੂੰ ਰੀਆਰਗੇਨਾਈਜ਼ ਕਰਨ ਦਾ ਐਂਦਾ ਹੀ ਮੇਨ ਮੋਟਿਵ ਅੱਗੇ ਜਾ ਕੇ ਬਣਿਆ ਉਹਦੇ ਬਾਰੇ ਕਹਾਣੀ ਤੁਹਾਨੂੰ ਮੈਂ ਸੁਣਾਉਂਗਾ ਸੋ ਪਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਇਹਨਾਂ ਨੇ ਕਿਹਾ ਸੀ ਲੇਕਿਨ ਲੇਕਿਨ 1949 1949 ਵਿੱਚ ਇੱਕ ਫਾਰਮੂਲਾ ਆਂਦਾ ਹੈ ਉਹਦਾ ਨਾਮ ਹੈ ਸਚਰ ਫਾਰਮੂਲਾ ਕੀਰ ਦਾ ਫਾਰਮੂਲਾ ਸਤਰ ਫਾਰਮੂਲਾ ਸੋ ਟੈਨਸ਼ਨ ਨਾ ਲੋ ਮੈਂ ਕੀ ਦੱਸ ਰਿਹਾ ਕਿ ਅਗਰ ਪੱਲੇ ਨਹੀਂ ਪੈਂਦੀ ਗੱਲ ਦੋ ਵਾਰ ਚਾਰ ਵਾਰ 10 ਵਾਰ ਪੁੱਛੋ 1947 ਇੰਡੀਆ ਆਜ਼ਾਦ ਹੋਇਆ ਪੰਜਾਬੀ ਸੂਬਾ ਅੰਦੋਲਨ ਚੱਲਿਆ ਅਕਾਲੀ ਦਲ ਨੇ ਚਲਾਇਆ ਮਾਸਟਰ ਤਾਰਾ ਸਿੰਘ ਦੇ ਫਤੇ ਸਿੰਘ ਉਹਨਾਂ ਦੇ ਨਾਲ ਸੀ ਸੋ 1961 ਜਿਹੜਾ ਫੇਮਸ ਹੁੰਦਾ ਇਹ ਵਾਲਾ ਅੰਦੋਲਨ ਮਾਸਟਰ ਤਾਰਾ ਸਿੰਘ ਕਰਕੇ ਦੈਨ ਅੱਗੇ ਜਾ ਕੇ ਪੰਜਾਬੀ ਸੂਬਾ ਅੰਦੋਲਨ ਜਿਹੜਾ ਸੀ ਇਹਦਾ ਜਿਹੜਾ ਮੇਨ ਮੋਟਿਵ ਸੀ ਜਿਹੜਾ ਮੇਨ ਮੁੱਦਾ ਸੀ ਉਹ ਸੀ ਬਾਸ਼ਾ ਦੇ ਆਧਾਰ ਤੇ ਪੰਜਾਬ ਦੀ ਤੁਸੀਂ ਵੰਡ ਕਰ ਦੋ ਲੇਕਿਨ ਸੱਚਰ ਫਾਰਮੂਲਾ ਆ ਗਿਆ ਸੋ ਇਹਨਾਂ ਨੇ ਮਨਾਂ ਕਰਤਾ ਸਚਰ ਫਾਰਮੂਲੇ ਨੇ ਭੀਮ ਸਚਰ ਸੇਨ ਦੇ ਨਾਮ ਤੋਂ ਸੀ ਸੋ ਜਲਦੀ ਜਲਦੀ ਦੱਸੋ ਭੀਮ ਸਚਰ ਸੇਨ ਜਾਂ ਭੀਮ ਸੇਨ ਸਚਰ ਕੌਣ ਸੀ ਡਿਨਾਈ ਹੁੰਦਾ ਮਨਾ ਕਰ ਰਾ ਸੋ ਇਹਨਾਂ ਨੇ ਸਾਫ਼-ਸਾਫ਼ ਮਨਾ ਕਰਤਾ ਹੁਣ ਸਚਰ ਫਾਰਮੂਲਾ ਆਪਾਂ 1949 ਵਿੱਚ ਪੜਾਂਗੇ 1949 ਵਿੱਚ ਸਚਰ ਫਾਰਮੂਲਾ ਪੜਾਂਗੇ ਕਿਹੜਾ ਫਾਰਮੂਲਾ ਪੜਾਂਗੇ ਸਚਰ ਫਾਰਮੂਲਾ ਪੜਾਂਗੇ ਸੋ ਸਚਰ ਫਾਰਮੂਲਾ ਆਪਾਂ ਨੂੰ ਕੀ ਕਹਿੰਦਾ ਸੀ ਲਾਸਟ ਤੇ ਮੈਂ ਸਾਰਾ ਕੰਪਾਈਲ ਕਰਕੇ ਦੇ ਕੇ ਜਾਊਂਗਾ ਟੈਨਸ਼ਨ ਨਾ ਲੈਣਾ ਲਾਸਟ ਤੇ ਬਿਲਕੁਲ ਕੰਪਾਈਲ ਕਰਕੇ ਸਾਰਾ ਇਕੱਠਾ ਅੱਛਾ ਇੱਕ ਛੋਟੀ ਜੀ ਕਹਾਣੀ ਵਿੱਚ ਛੋਟੀ ਜੀ ਕਹਾਣੀ ਲੱਕੀ ਹੈ ਹੁੰਦੇ ਕੋ ਜੇ ਅਗਰ ਕਿਸੇ ਨੇ ਬੈਚ ਜੁਆਇਨ ਕਰਨਾ ਹੈ ਜਿਹੜਾ ਨਿਊ ਬੈਚ ਹੈ ਨਿਊ ਬੈਚ ਫੁੱਲ ਨਿਊ ਬੈਚ ਨਿਊ ਪੰਜਾਬ ਸਟੇਟ ਦਾ ਨਵਾਂ ਬੈਚ ਪੰਜਾਬ ਸੇਟ ਦਾ ਪੰਜਾਬ ਪੁਲਿਸ ਵਾਸਤੇ ਕਨਸਟੇਬਲ ਵਾਸਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਵਾਸਤੇ ਥੈਨ ਆਪਣੇ ਕੋਲ ਪੀ ਐਸ ਸਟੇਟ ਦਾ ਬੈਚ ਥੈਨ ਆਪਣੇ ਕੋਲ ਯੂ ਜੀ ਸੀ ਨੈਟ ਦਾ ਬੈਚ ਇਹ ਸਾਰੇ ਬੈਚ ਸਟਾਰਟ ਹੋਣ ਜਾ ਰਹੇ ਨੇ 13 ਫਰਵਰੀ ਤੋਂ ਪੰਜਾਬ ਸਟੇਟ ਦੇ ਪੰਜਾਬ ਪੁਲਿਸ ਪੰਜਾਬ ਸੇਡ ਕਨਸਟੇਬਲ ਸਬ ਇੰਸਪੈਕਟਰ ਆਵਲਾ ਜਿਹੜਾ ਬੈਚ ਹੈ ਇਹਨਾਂ ਦੀ ਕੋਸਟ ਸਿਰਫ ਤੇ ਸਿਰਫ 1500 ਹੈ ਸਿਰਫ ਤੇ ਸਿਰਫ 1500 ਜੇ ਕਿਸੇ ਨੇ 쿠ਪਨ ਕੋਡ ਯੂਜ਼ ਕਰੋਗੇ ਆਨਲਾਈਨ ਪਰਚੇਸ ਕਰਨ ਲੱਗਾ ARC123 ਇਹ ਆਨਲਾਈਨ ਦੀ ਕੋਸ ਦੱਸ ਰਿਹਾ ARC123 쿠ਪਨ ਕੋਡ ਲਗਾਓਗੇ ਸਿਰਫ ਤੇ ਸਿਰਫ ਤੁਹਾਨੂੰ ਇਹ ਵਾਲਾ ਪੂਰਾ ਦਾ ਪੂਰਾ ਓਨਲੀ 1200 ਦਾ ਪਵੇਗਾ ਜ਼ਿਆਦਾ ਨਹੀਂ ਜਿਹੜਾ ਪੀਟੈਟ ਤੇ ਯੂਜੀਸੀ ਨੈਟ ਹੈ ਇਹ ਵਾਲਾ ਟੋਟਲ ਕੋਸਟ 2200 ਹੈ 쿠ਪਨ ਕੋਡ ਸੇਮ ਯੂਜ਼ ਕਰੋ ARC123 ਸੋ ਇਹ ਆਪਣੇ ਕੋਲ ਸੋਰੀ 2500 ਦਾ ਹੈ ਇਹ 2200 ਦਾ ਪਵੇਗਾ ਕਿੰਨੇ ਦਾ 22 ਸੋ ਛੋਟਾ ਜਿਹਾ 쿠پن কোড ਤੋਂ ਦੇ ਅਸੇ ਅੱਗੇ ਆਉਣ ਵਾਲੇ ਟਾਈਮ ਦੇ ਜਿਹੜੇ ਪੇਪਰ ਆਸੇ ਤੋਂ ਉਹਨਾਂ ਦਾ ਬੈਚ ਦਿੱਤਾ ਜਾ ਰਿਹਾ ਉਹ ਬਹੁਤ ਹੀ ਅੱਛੇ ਬੈਚ ਰਹਿਣਗੇ ਐਨੀ ਕੁਆਲਿਟੀ ਦਾ ਕੰਟੈਂਟ ਤੁਹਾਨੂੰ ਮਿਲੇਗਾ ਮਿਲੇਗਾ ਠੀਕ ਹੈ ਸੋ ਆਪਾਂ ਗੱਲ ਕਰ ਰਹੇ ਸੀ ਕਾ ਦੀ ਆਪਾਂ ਗੱਲ ਕਰ ਰਹੇ ਸੀ ਸਚਰ ਫਾਰਮੂਲੇ ਦੀ ਸਚਰ ਫਾਰਮੂਲਾ ਸਚਰ ਫਾਰਮੂਲਾ ਚਲੋ ਸੋ ਸਚਰ ਫਾਰਮੂਲਾ ਜਿਹੜਾ ਆਇਆ ਮੈਂ ਦੱਸੋ ਇਹ ਕਿੰਦੇ ਨਾਮ ਤੇ ਆ ਭੀਮ ਸੇਨ ਸਚਰ ਦੇ ਨਾਮ ਤੇ ਕਿੰਦੇ ਨਾਮ ਤੇ ਭੀਮ ਸੇਨ ਸਚਰ ਅਜਾ ਕਮੈਂਡ ਆਏ ਜਾਂ ਨਹੀਂ ਆਏ ਭੀਮ ਸੇਨ ਸਚਰ ਕੋਸੀ ਦੇਖਣਾ ਸਰ ਉੱਪਰ ਕੌਨਸੀ ਹੈ ਕੌਨਸੀ ਜੀ ਕੌਨਸੀ ਭੀਮ ਸੇਨ ਸਚਰ ਕੌਨਸੀ ਸੀਐਮਸੀ ਬਿਲਕੁਲ ਜੀ ਬਿਲਕੁਲ ਇਹ ਫਰਸਟ ਇਲੈਕਟਿਡ ਸੀਐਮਸੀ ਪੰਜਾਬ ਦੇ ਸੋ ਪੰਜਾਬ ਦੇ ਸੀਐਮ ਹੁੰਦੇ ਸੀ ਮੁੱਖ ਮੰਤਰੀ ਸੀ 1949 ਦੇ ਵਿੱਚ ਇਹਨਾਂ ਨੇ ਫਾਰਮੂਲਾ ਦਿੱਤਾ ਇਹ ਫਾਰਮੂਲੇ ਦੇ ਵਿੱਚ ਇਹਨਾਂ ਨੇ ਰੱਖਿਆ ਕਿ ਇਹਨਾਂ ਨੇ ਆਪਦੀ ਰਿਕਮੈਂਡੇਸ਼ਨ ਦਿੱਤੀਆਂ ਕਹਿੰਦੇ ਪੰਜਾਬ ਦੀ ਵੰਡ ਨਹੀਂ ਕਰਾਂਗੇ ਪੰਜਾਬ ਦੀ ਵੰਡ ਅਸੀਂ ਖੇਤਰ ਦੇ ਸਭ ਨਾਲ ਵੰਡ ਨਹੀਂ ਕਰਾਂਗੇ ਲੇਕਿਨ ਪੰਜਾਬ ਦੇ ਵਿੱਚ ਜੋ ਭਾਸ਼ਾ ਹੈ ਉਹ ਲੈਂਗੁਏਜ ਹੈ ਉਹ ਲੈਂਗੁਏਜ ਪ੍ਰੇਫਰੈਂਸ ਅਸੀਂ ਜ਼ਰੂਰ ਦੇਵਾਂਗੇ ਕੀ ਦੇਵਾਂਗੇ ਜੀ ਲੈਂਗੁਏਜ ਪ੍ਰੇਫਰੈਂਸਿਸ ਅਸੀਂ ਜ਼ਰੂਰ ਦੇਵਾਂਗੇ ਸੋ ਲੈਂਗੁਏਜ ਪ੍ਰੇਫਰੈਂਸਿਸ ਜਿਹੜੀਆਂ ਦਿੱਤੀਆਂ ਇਹਨਾਂ ਨੇ ਉਹ ਕਹਿੰਦੇ ਆ ਪੰਜਾਬ ਦੀ ਜਿਹੜੀ ਸਭ ਤੋਂ ਪਹਿਲੀ ਭਾਸ਼ਾ ਹੋਏਗੀ ਉਹ ਤੁਸੀਂ ਕਿਹੜੀ ਰੱਖ ਦੋ ਪੰਜਾਬ ਦੀ ਸਭ ਤੋਂ ਪਹਿਲੀ ਭਾਸ਼ਾ ਰੱਖ ਦੋ ਜੀ ਪੰਜਾਬੀ ਪੰਜਾਬੀ ਕਿਹੜੀ ਲਿਪੀ ਦੇ ਵਿੱਚ ਹੋਣੀ ਚਾਹੀਦੀ ਹੈ ਗੁਰਮੁਖੀ ਲਿਪੀ ਦੇ ਵਿੱਚ ਹੋਣੀ ਚਾਹੀਦੀ ਹੈ ਕਿਹੜੀ ਗੁਰਮੁਖੀ ਲਿਪੀ ਦੇ ਵਿੱਚ ਹੋਣੀ ਚਾਹੀਦੀ ਹੈ ਦੂਜੀ ਭਾਸ਼ਾ ਤੁਸੀਂ ਪੰਜਾਬ ਦੀ ਕਿਹੜੀ ਰੱਖ ਦੋ ਹਿੰਦੀ ਕਿਹੜੀ ਰੱਖ ਦੋ ਹਿੰਦੀ ਕਿਹੜੀ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ ਕਿਹੜੀ ਲਿਪੀ ਚ ਹੋਣੀ ਚਾਹੀਦੀ ਹੈ ਦੇਵਨਾਗਰੀ ਲਿਪੀ ਦੇ ਵਿੱਚ ਹੋਣੀ ਚਾਹੀਦੀ ਹੈ ਕਿਹੜੀ ਦੇਵਨਾਗਰੀ ਲਿਪੀ ਵਿੱਚ ਹੋਣੀ ਚਾਹੀਦੀ ਹੈ ਤੀਸਰੀ ਅਗਰ ਗੱਲ ਕਰੀਏ 3 ਅਗਰ ਗੱਲ ਕਰੀਏ ਤੀਸਰੀ ਤੁਸੀਂ ਰੱਖ ਦੋ ਫਸ ਪੰਜਾਬੀ ਤੀਸਰੀ ਰੱਖ ਦੋ ਅੰਗਰੇਜ਼ੀ ਕਿਹੜੀ ਰੱਖ ਦੋ ਇੰਗਲਿਸ਼ ਸੋ ਆਪਣੇ ਕੋਲ ਤਿੰਨ ਪਛਾਵਾਂ ਇਹਨਾਂ ਨੇ ਪ੍ਰੇਫਰੈਂਸ ਦਿੱਤੀਆਂ ਸਤਰ ਫਾਰਮੂਲੇ ਨੇ ਲੇਕਿਨ ਇਹ ਵਾਲਾ ਫਾਰਮੂਲਾ ਸਿੱਧਾ-ਸਿੱਧਾ ਹੋਇਆ ਫੇਲ ਸਿੱਧਾ-ਸਿੱਧਾ ਹੋਇਆ ਫੇਲ ਇਹ ਫਾਰਮੂਲਾ ਸਤਰ ਵਾਲਾ ਫਾਰਮੂਲਾ ਹੋ ਗਿਆ ਜੀ ਫੇਲ ਹੁਣ ਫੇਲ ਕਿਉਂ ਹੋ ਗਿਆ ਉਹਦਾ ਕਾਰਨ ਕੀ ਸੀ ਫੇਲ ਹੋਣ ਦਾ ਕਿਉਂਕਿ 1949 ਵਿੱਚ ਆਪਣੇ ਸੀਐਮ ਹੀ ਹਟ ਗਏ ਸੀ 1949 ਵਿੱਚ ਸੀਐਮ ਹੀ ਆਪਣੇ ਚੇਂਜ ਹੋ ਗਏ ਜਿੰਨੇ ਕਰਕੇ 1949 ਦਾ ਆ ਵਾਲਾ ਫਾਰਮੂਲਾ ਫਤਿਹ ਹੋ ਗਿਆ ਬਿਲਕੁਲ ਫਤਿਹ ਹੋ ਗਿਆ ਬਿਲਕੁਲ ऑफिसर कोड नंबर नीचे चल रहे हैं जी 882010101 882010101 थैंक यू सुगंदर जी सो 1949 ਆਪਣੇ ਕੋਲੇ ਫਾਰਮੂਲਾ ਸਮਝ ਆ ਗਿਆ ਕਿਉਂਕਿ ਉਹਨਾਂ ਨੇ 1947 ਵਿੱਚ ਕੀ ਦਿੱਤਾ ਪੰਜਾਬੀ ਸੁਬਾੰਦ ਹੋਣ ਚਲਿਆ 1949 ਦੇ ਵਿੱਚ ਇਹਨਾਂ ਨੇ ਕੀ ਕਰਤਾ ਕਹਿੰਦੇ ਨਹੀਂ ਕਹਿੰਦੇ ਨਹੀਂ ਰੋਕ ਦਿਓ ਐਸਸੀ ਨੂੰ ਹੁਣ ਅਗਲੀ ਕਹਾਣੀ ਆਏਗੀ ਪੈਪਸੋ ਦੀ 1948 ਦੇ ਵਿੱਚ ਲੇਕਿਨ ਉਹ ਕਹਾਣੀ ਆਪਾਂ ਕੱਲ ਕਰਾਂਗੇ ਲੇਕਿਨ ਆਪਾਂ ਪਹਿਲਾਂ ਇਹਨੂੰ ਸਮੈਰਾਇਜ਼ ਕਰ ਲਈਏ ਅੱਜ ਕੀ ਕੀ ਪੜਿਆ ਅੱਜ ਕੀ ਕੀ ਪੜਿਆ ਸਮਰੀਜ਼ ਕਰ ਲਈ ਅਗਰ ਸੈਸ਼ਨ ਅੱਛਾ ਲੱਗ ਰਿਹਾ ਸੈਸ਼ਨ ਦੇਖੋ ਪਤਾ ਕੀ ਹੈ ਜੇ ਐਂਦੇ ਤੁਸੀਂ ਟੈਸਟ ਵੀ ਲਗਾਣਾ ਚਾਹੁੰਦੇ ਹੋ ਐਂਦੇ ਟੈਸਟ ਵੀ ਲਗਾਣਾ ਚਾਹੁੰਦੇ ਹੋ ਸੋ ਐਂਦੇ ਮੈਂ ਟੈਸਟ ਅਪਲੋਡ ਕਰੂੰਗਾ ਤੁਸੀਂ ਕਹੋਗੇ ਸਰ ਪਿਛਲੇ ਵੀ ਹਜੇ ਘੱਟ ਅਪਲੋਡ ਹੋਇਆ ਐਕਚੁਅਲੀ ਟਾਈਮ ਸ਼ਡਿਊਲ ਥੋੜਾ ਜਿਹਾ ਬਿਜ਼ੀ ਚੱਲ ਰਿਹਾ ਸੀ ਹੁਣ ਮੈਂ ਟੈਸਟ ਬਣਾ ਰਿਹਾ ਸੋ ਇੱਕ ਦੋ ਦਿਨੇ ਤੱਕ ਟੈਸਟ ਹੋ ਜਾਣਗੇ ਸੋ ਐਪਲੀਕੇਸ਼ਨ ਅਰੋੜਾ ਕਲਾਸਿਸ ਇੰਸਟਾਲ ਕਰੋਗੇ ਕਿਹੜੀ ਐਪਲੀਕੇਸ਼ਨ ਇੰਸਟਾਲ ਕਰੋਗੇ ਅਰੋੜਾ ਕਲਾਸਿਸ ਐਪਲੀਕੇਸ਼ਨ ਇੰਸਟਾਲ ਕਰੋਗੇ ਉਹ ਅਰੋੜਾ ਕਲਾਸਿਸ ਜਿ ਸੋ ਜਿਵੇਂ ਹੀ ਬੈਚ ਖੋਲੋਗੇ ਇੱਥੇ ਪਲੱਸ ਦਾ ਨਿਸ਼ਾਨ ਆਊਗਾ ਪਲੱਸ ਦੇ ਨਿਸ਼ਾਨ ਤੇ ਜਾਣਾ ਇੱਥੇ ਬੋਕਸ ਬਣਿਆ ਹੋਊਗਾ ਸੋ ਬੋਕਸ ਇੱਥੇ ਸਰਚ ਦੀ অপਸ਼ਨ ਹੋएगी ਇੱਥੇ ਲਿਖਣਾ ਮੇਰਾ ਨਾਮ ਕੀ ਲਿਖੋਗੇ ਅੰਕੁਸ਼ ਸਰ ਵਿਦਆਊਟ ਸਪੇਸ ਲਿਖਣਾ ਮੇਰਾ ਨਾ ਸੋ ਤੁਹਾ ਸਾਡੀ ਕੋ ਰਿਕਵੈਸਟ ਹੈ ਕਿ ਤੁਸੀਂ ਐਡ ਹੋ ਜਾਓਗੇ ਇਹਦੇ ਵਿੱਚ ਟੈਸਟ ਵੀ ਲੈਣਗੇ ਸੋ ਟੈਲੀਗ੍ਰਾਮ ਦੇ ਉੱਪਰ ਤੁਹਾਨੂੰ ਪੀਡੀਐਫ ਮਿਲੇਗੀ ਕੀ ਮਿਲੇਗੀ ਟੈਲੀਗ੍ਰਾਮ ਦੇ ਉੱਪਰ ਤੁਹਾਨੂੰ ਪੀਡੀਐਫ ਮਿਲੇਗੀ ਹਜੇ ਮੈਂ ਕਹਿ ਰਿਹਾ ਆਪਾਂ ਹਜੇ ਲੈਕਚਰ ਖਤਮ ਨਹੀਂ ਹੋਇਆ ਟੈਲੀਗ੍ਰਾਮ ਦੇ ਉੱਪਰ ਜਿਹੜੀ ਪੀਡੀਐਫ ਮਿਲੇਗੀ ਉਹ ਪੀਡੀਐਫ टेलीग्राम चैनल ਕਿਦਾ ਸਰਚ ਕਰੋਗੇ ਜੀ ਬਿੰਦੀ ਲਗਾ ਕੇ ਐਸ ਜੀ ਡਾਟ ਐਸ ਵਿਦ ਅੰਕੁਸ਼ ਜਸ ਐਨਾ ਕਰ ਲੈਣਾ ਜੇ ਨਹੀਂ ਲੱਭੇ ਤਾਂ ਅੰਕੁਸ਼ ਸਰ ਲਿਖ ਕੇ ਸਰਚ ਕਰ ਲੋਗੇ ਨੀਲੇ ਕਲਰ ਦਾ ਲੋਗੋ ਲੱਗੇਗਾ ਅਰੋੜਾ ਕਲਾਸਿਸ ਦਾ ਸੋ ਉੱਥੇ ਤੁਹਾਨੂੰ ਮਿਲ ਜੇਗਾ ਟੈਲੀਗ੍ਰਾਮ ਦੇਦਰੋਂ ਪੀਡੀਐਫ ਮਿਲ ਜੇਗੀ ਪੀਡੀਐਫ ਮਿਲ ਜੇਗੀ ਸੋ ਹੁਣ ਪੰਜਾਬ ਦੀ ਵੰਡ ਦੀ ਆਪਾਂ ਇੱਕ ਸਮਰੀਜ਼ੇਸ਼ਨ ਸਾਰਾ ਕੁਝ ਕਰ ਦੋਆਂ ਕਾਪੀਆਂ ਕੁੱਪੀਆਂ ਛੱਡ ਦੋ 2 ਮਿੰਟਾਂ ਸੇ ਬੋਝ ਛੱਡ ਦੋ ਮੋਹ ਮਾਇਆ ਤਿਆਗ ਦੋ ਜਿਹੜੀ ਚੀਜ਼ ਆਪਾਂ ਹੁਣ ਤੱਕ ਪੜ੍ਹੀਏ ਮੈਂ 5 ਮਿੰਟ ਦੇ ਵਿੱਚ ਸੋ ਪੰਜਾਬ ਦੀ ਵੰਡ ਇੱਥੋਂ ਲੈ ਕੇ ਆਨੇ ਆਪਾਂ ਵਾਪਸ ਜ ਆ ਤੁਹਾਨੂੰ ਫੋਟੋ ਫੂਟੋ ਸਾਰੀਆਂ ਮਿਲ ਜਾਣਗੀਆਂ ਆਪਾਂ ਕਹਾਣੀ ਸ਼ੁਰੂ ਕੀਤੀ ਐ ਇੱਥੋਂ ਦੀ ਚਲੋ ਮੈਂ ਆਪਦੇ ਆਪ ਨੂੰ ਇੱਥੇ ਕੋਸ਼ਿਸ਼ ਕਰਦਾ ਲਕੋ ਦਾ ਇੱਥੇ ਆਪਦੇ ਆਪ ਨੂੰ ਲਕੋ ਦਿੰਨਾ ਮੈਂ ਇੱਕ ਵਾਰੀ ਸ਼ੋਰ ਗਾਇਬ ਸ਼ਕਤੀਮਾਨ 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 ਹੁਣ ਧਿਆਨ ਦੇਣਾ ਸੋ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਸੀ 1901 1901 ਸੋ ता 1901 ਜਿਹੜਾ ਟਾਈਮ ਸੀ ਆਪਣੇ ਕੋਲ 1901 ਇੱਥੋਂ ਆਪਣੇ ਕੋਲ ਅਲੱਗ ਕੀ ਹੋਇਆ ਨਾਰਥ ਵੈਸਟ ਫਰੰਟੀਅਰ ਪ੍ਰਵਿੰਸ ਆਸੀਂ ਬਲੂ ਕਰ ਦਿੰਦਾ ਆਲਾ ਨੀਲੇ ਰੰਗ ਦਾ ਏ ਭਾਜੀ 1901 ਇੱਕ ਐਡਾ ਵੱਡਾ ਪੰਜਾਬ ਸੀ 1911 ਦੇ ਵਿੱਚ ਜਾਈਏ ਤਾਂ ਇੱਥੇ ਆਪਣੇ ਕੋਲ ਸੀ ਕਿਹੜਾ ਏਰੀਆ ਦਿੱਲੀ ਕਿਹੜਾ ਸੀ ਦਿੱਲੀ ਸੋ 1911 ਦੇ ਵਿੱਚ ਆਪਣੇ ਕੋਲ ਕਿਹੜਾ ਏਰੀਆ ਅਲੱਗ ਹੋ ਗਿਆ ਦਿੱਲੀ ਨਿਕਲ ਗਿਆ ਆਪਣੇ ਕੋਲ 1857 ਦੇ ਵਿੱਚ ਐਡ ਹੋਇਆ ਸੀ 1857 ਤੋਂ 1911 ਤੱਕ ਦਿੱਲੀ ਆਪਣੇ ਕੋਲ ਰਿਹਾ ਠੀਕ ਹੈ 1911 ਤੱਕ ਰਿਹਾ ਬਿਲਕੁਲ ਜੀ ਬਿਲਕੁਲ ਕਰਾਂਗੇ ਕਰਾਂਗੇ ਪਿੰਡ ਕਰ ਦਿਓ ਟਾਈਟਲ ਟੈਲੀਗ੍ਰam ਚੈਨਲ ਟੈਲੀਗ੍ਰam ਚੈਨਲ ਦਾ ਲਿੰਕ ਮਿਲ ਜੇਗਾ ਪਨੋ ਤੁਹਨੇ ਤੋ ਕਾ ਆਵਲੀ ਜਿਹੜੇ ਵੀਡੀਓ ਹੈ ਨਾ ਵੀਡੀਓ ਦੇ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਮੈਂ ਪਵਾ ਦੂੰਗਾ ਥੋੜੀ ਦੇਰ ਦੇ ਵਿੱਚ ਜਿਵੇਂ ਵੀਡੀਓ ਖਤਮ ਹੋਏਗੀ 5 ਮਿੰਟ ਬਾਅਦ ਤੁਹਾਨੂੰ ਮਿਲ ਜੇਗਾ 5 ਮਿੰਟ ਬਾਅਦ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਕੇ ਜਾਣਾ ਵੀਡੀਓ ਕਿਦਾਂ ਲੱਗੀ ਫਿਰ ਅੱਗੇ ਆ ਗਿਆ 1911 ਕੀ ਆ ਗਿਆ 1911 1911 ਦਿੱਲੀ ਲਗੋ ਜਾਂ ਫਿਰ ਆ ਗਿਆ 1947 1947 ਦੇ ਵਿੱਚ ਇੱਕ ਕਮਿਸ਼ਨ ਬੈਠਾ ਸੀ ਬਾਉਂਡਰੀ ਕਮਿਸ਼ਨ ਕਿਹੜਾ ਬੈਠਾ ਸੀ ਜੀ ਬਾਉਂਡਰੀ ਕਮਿਸ਼ਨ ਸੋ ਜਿਹੜਾ ਬਾਉਂਡਰੀ ਕਮਿਸ਼ਨ ਆਪਣੇ ਕੋਲ ਬੈਠਾ ਇਹ ਵਾਲਾ ਬਾਉਂਡਰੀ ਕਮਿਸ਼ਨ ਐਨਏ ਕੀ ਕੀਤਾ ਪੂਰੇ ਪੰਜਾਬ ਨੂੰ 29 ਡਿਸਟ੍ਰਿਕਟ ਨੂੰ ਆਪਣੇ ਪਾ ਇੰਡੀਆ ਨੂੰ ਤੇ 16 ਦੇ ਤੇ ਆਪਣੇ ਕਿਨੂੰ ਪਾਕਿਸਤਾਨ ਨੂੰ 13 ਦੇ ਵਿੱਚੋਂ ਆਪਣੇ ਕੋਲ ਕਿਹੜੇ ਕਿਹੜੇ ਸੀ ਮੈਂ 1 ਮਿੰਟ ਲਗਾਉਂਗਾ ਸਿਰਫ 1 ਮਿੰਟ ਆਪਣਾ ਉੱਪਰ ਸੀ ਜਿਹੜਾ ਜਿਹੜਾ ਏਰੀਆ ਗੁਰਦਾਸਪੁਰ ਤੇ ਅਮਰੀਕਸਰ ਫਿਰ ਅੱਗੇ ਆਪਣੇ ਕੋਲ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਸੋਰੀ ਹੁਸ਼ਿਆਰਪੁਰ ਦੇ ਲੰਦਰ ਸੋਰੀ 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 ਹੁਸ਼ਿਆਰਪੁਰ ਦੇ ਲੰਦਰ ਫਿਰ ਅੱਗੇ ਲੁਧਿਆਣਾ ਤੇ ਫਿਰੋਜ਼ਪੁਰ ਫਿਰ ਆ ਗਿਆ ਪਹਾੜਿਆਣਾ ਹਰਿਆਣਾ ਵਿੱਚ ਆ ਗਿਆ ਗੁਰੂਗ੍ਰਾਮ ਹਿਸਾਰ ਹਿਸਾਰ ਤੋਂ ਬਾਅਦ ਅੰਬਾਲਾ ਰੋहतक ਤੇ ਕਰਨਾਲ ਫਿਰ ਆ ਗਿਆ ਕਾਂਗੜਾ ਤੇ ਸ਼ਿਮਲਾ ਇਹ ਆਪਣੇ ਕੋਲ 13 ਡਿਸਟ੍ਰਿਕਟ ਆ ਗਏ ਹੁਣ 1947 ਦੇ ਵਿੱਚ ਹੀ ਆਪਣੇ ਕੋਲ ਸਟਾਰਟ ਹੋ ਗਈ ਕਿਹੜੀ ਸੂਬਾ ਮੂਵਮੈਂਟ ਕਿਹੜੀ ਮੂਵਮੈਂਟ ਸੂਬਾ ਮੂਵਮੈਂਟ ਪੰਜਾਬੀ ਸੂਬਾ ਮੂਵਮੈਂਟ ਕਿਹਦੀ ਸੀ ਤਾਰਾ ਸਿੰਘ ਦੀ ਸੀ ਨਾਲ ਕੌਣ ਸੀ ਫਰਦੇਸ ਸਿੰਘ ਸੀ ਕਿਹੜੇ ਦਲ ਦੀ ਸੀ ਅਕਾਲੀ ਦਲ ਦੀ ਸੀ ਸੋ ਅਕਾਲੀ ਦਲ ਨੇ ਸਟਾਰਟ ਕੀਤੀ 1947 ਵਿੱਚ ਮਨਾ ਕਰਤੀ 1949 ਵਿੱਚ 1949 ਵਿੱਚ ਕਿਹੜਾ ਫਾਰਮੂਲਾ ਆਇਆ ਸੱਤਰ ਫਾਰਮੂਲਾ ਸੋ ਸੱਤਰ ਫਾਰਮੂਲੇ ਨੇ ਸਦਾ ਸਦਾ ਮਨਾ ਕਰਤੀ ਲੈਂਗੁਏਜ ਬਣਦੀ ਪਹਿਲੀ ਪੰਜਾਬ ਦੂਜੀ ਪੰਜਾਬੀ ਦੂਜੀ ਹਿੰਦੀ ਤੀਜੀ ਅੰਗਰੇਜ਼ੀ ਸੋ ਫੇਲ ਹੋ ਗਿਆ ਕਿਉਂਕਿ ਹੀੰਪੀ ਨੂੰ ਕਿ ਐਨੀ ਤਾਂ ਕਹਾਣੀ ਸਭ ਨੂੰ ਸਮਝ ਆਈ ਜਾਂ ਨਹੀਂ ਆਈ ਬਿਲਕੁਲ ਬਿਲਕੁਲ 1949 ਦੇ ਵਿੱਚ 1949 ਦੇ ਵਿੱਚ ਕਹਾਣੀ ਪਲਟ ਗਈ ਕਿਉਂਕਿ ਸੈਸਰ ਫਾਰਮੂਲਾ ਆਇਆ ਸੋ ਉਹ ਫੇਲ ਹੋ ਗਿਆ ਅਗਲੀ ਕਹਾਣੀ ਆਪਾਂ ਕੱਲ ਸੁਣਨੀ ਹੈ ਅਗਲੀ ਕਹਾਣੀ ਹਾਂ ਮਿਲ ਜੂਗੀ ਤੁਹਾਨੂੰ ਪੀਪੀਡੀ ਦੇ ਦਾਂਗਾ ਆ ਵਾਲੀ ਆ ਵਾਲੀ ਫੋਟੋ ਦੀ ਪੀਪੀਡੀ ਕੱਲ ਹੀ ਕੱਲ ਹੀ ਪੀ ਫੋਟੋ ਮਿਲ ਜੇਗੀ ਤੁਹਾਨੂੰ ਟੈਂਸ਼ਨ ਨਾ ਲਓ 1911 ਇਹ ਵੋ ਇਹ ਤੁਹਾਡੀ ਕਲਾਸ ਸਟਾਰਟ ਹੋਣ ਤੋਂ ਪਹਿਲਾਂ 3 ਮਿੰਟ ਪਹਿਲਾਂ ਫੋਟੋ ਬਣਾਈ ਮੈਂ 3 ਮਿੰਟ ਪਹਿਲਾਂ ਮਿਲ ਜੇਗੀ ਤੁਹਾਨੂੰ ਟੈਂਸ਼ਨ ਨਾ ਲਓ एमिलदेई ठीक है सो आ वाली कहानी ਦੇ ਵਿੱਚ ਲੋ ਮੇਰੀ ਫੋਟੋ ਵਾਪਿਸ ਆ ਗਈ ਸ਼ਕਤੀਮਾਨ ਸ਼ਕਤੀਮਾਨ ਅੱਗੇ ਵਾਪਿਸ ਲੋ ਜਿਓ ਦਨੈ ਅਨਿਤਕ ਸਭ ਨੂੰ ਸਮਝ ਆ ਗਿਆ ਜਾਂ ਨਹੀਂ ਆਇਆ ਆ ਗਿਆ ਜੀ ਸੋ ਦਬ ਕੇ ਇਸ ਸੈਸ਼ਨ ਨੂੰ ਸ਼ੇਅਰ ਜਰੂਰ ਕਰਨਾ ਆਪਣੇ WhatsApp ਦੇ Facebook ਦੇ Insta ਦੇ ਜਿਵੇਂ ਹੀ ਆਪਣੇ ਕੋਲ ਇਹ ਖਤਮ ਹੋਏਗਾ ਜਿਵੇਂ ਹੀ ਅੱਛਾ Telegram ਚੈਨਲ ਦਾ ਲਿੰਕ ਪਹੁੰਚ ਚੁੱਕਿਆ ਹੈ ਹੁਣੇ-ਹੁਣੇ ਕਮੈਂਟ ਸੈਕਸ਼ਨ ਦੇ ਵਿੱਚ Telegram ਲਿੰਕ ਦਾ ਲਿੰਕ ਆਇਆ ਹੈ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਹੁਣੇ ਕਲਿੱਕ ਕਰਕੇ ਤੁਹਾਨੂੰ ਥੋੜੀ ਦੇਰ ਬਾਅਦ PDF ਮਿਲ ਜਾਊਗੀ PDF ਡਾਊਨਲੋਡ ਕਰ ਲਿਆ ਜੀ ਥੋੜੀ ਦੇਰ ਬਾਅਦ ਹੀ ਮਿਲ ਜੂਗੀ ਪੀਡੀਐਫ ਹੁਣੇ ਹੁਣੇ ਹੂੰ ਪਿੰਨ ਕਰਤਾ ਉਪਰ ਸੋ ਉਪਰ ਕਲਿੱਕ ਕਰੋਗੇ ਟੈਲੀਗ੍ਰਾਮ ਤੇ ਪਹੁੰਚ ਜਾਓਗੇ ਸੋ ਕਮੈਂਡ ਸੈਕਸ਼ਨ ਤੇ ਜਰੂਰ ਜਾ ਕੇ ਬਾਅਦ ਚ ਦੱਸਣਾ ਜਿਵੇਂ ਵੀਡੀਓ ਖਤਮ ਹੋਏਗੀ ਸੋ ਜਿਨ੍ਹਾਂ ਨੇ ਐਪਲੀਕੇਸ਼ਨ ਇਨਸਟਾਲ ਨਹੀਂ ਕੀਤੀ ਤੇ ਫੁੱਲ ਬੈਚ ਲੈਣਾ ਚਾਹੁੰਦੇ ਆਨਲਾਈਨ ਕਰੇ ਬੈਠੇ ਪੜ੍ਹਨਾ ਚਾਹੁੰਦੇ ਹੋ ਅਰੋੜਾ ਕਲਾਸਿਸ ਐਪਲੀਕੇਸ਼ਨ ਪਲੇ ਸਟੋਰ ਤੇ ਜਾਓ ਤੁਸੀਂ ਇਨਸਟਾਲ ਕਰੋ ਅਰੋੜਾ ਕਲਾਸਿਸ ਐਪਲੀਕੇਸ਼ਨ ਇਨਸਟਾਲ ਕਰੋਗੇ ਸੋ ਤੁਹਾਡੇ ਕੋਲ ਇੱਕ ਪਲੈਟਫਾਰਮ ਖੁੱਲੇਗਾ ਆਵਲੀ ਅਰੋੜਾ ਕਲਾਸਿਸ ਐਪਲੀਕੇਸ਼ਨ ਹੈ ਐਦਾਂ ਦਾ ਹੋਮ ਬੈਚਸ ਕੋਰਸਸ ਲਿਖਿਆ ਹੈ ਕੋਰਸਸ ਤੇ ਤੁਸੀਂ ਕਿਹੜਾ ਕੋਰਸ ਲੈਣਾ ਹੈ ਪੀਐਸਟੈਟ ਦਾ ਲੈਣਾ ਹੈ ਆਈ पंजाब कोई मर्जी बैच बैच सामने आएगा क्लिक करें बैच से क्लिक करने के बाद नीचे लिखा होगा हैव ए कूपन कोड सो क्लिक करना ए आर सी टू थ्री एक दो तीन भरोगे डिस्काउंट मिलेगा डिस्काउंट डिस्काउंट मिलेगा इतने लिखा होगा है नीचे हैव ए कूपन कोड क्वेश्चन मार्ग अपलाई हेयर से क्लिक करोगे कूपन कोड फिल कर देना दे जिन्हों को अपने आईफोन यूजर थोड़े महंगे लोग अमीर लोग इंस्टॉल करेंगे माई इंस्टीट्यूट एप्लीकेशन कोड मंगेगा ए आर सी बाकी सारा प्रोसैस सेम है ਬਾਕੀ ਅਗੇ ਦਿਮਾਗ 'ਚ ਕੋਈ ਵੀ ਸ਼ੰਕਾ ਪਰੇਸ਼ਾਨੀ ਕੋਈ ਵੀ ਚਿੰਤਾ ਪਰੇਸ਼ਾਨੀ ਗੱਲ ਹੋਈ ਜਿਵੇਂ ਬਾਬਾ ਖਾਨ ਬੰਗਾਲੀ ਸਾਰਿਆਂ ਦਾ ਸੋਲੂਸ਼ਨ ਕਰਦਾ ਹੈ ਆ ਨੰਬਰ ਤੇ ਫੋਨ ਕਰ ਲੋ ਸਾਰੇ ਸੋਲੂਸ਼ਨ ਮਿਲ ਜਾਣਗੇ ਠੀਕ ਹੈ ਜਿਆਦਾ ਤਾਂ ਮੇਰੇ ਨਾਲ ਗੱਲ ਕਰ ਲੈਣਾ ਮੈਂ ਬਾਬਾ ਖਾਨ ਬੰਗਾਲੀ ਕੋਲ ਅੱਜ ਕੱਲ ਕੋਚਿੰਗ ਲੈ ਰਿਹਾ ਠੀਕ ਹੈ ਚਲੋ ਅੱਜ ਦੀ ਕਲਾਸ ਇੱਥੇ ਫਤਿਹ ਕਰਦੇ ਆ ਸੋ ਮਿਲਾਂਗੇ ਕੱਲ੍ਹ ਵਾਲੇ ਸੈਸ਼ਨ ਦੇ ਵਿੱਚ ਅਗਲੀ ਕਹਾਣੀ ਪੈਪਸੂ ਦੇ ਨਾਲ ਆਪਣੇ ਕੋ ਸ਼ਾ ਕਮਿਸ਼ਨ ਦੇ ਨਾਲ ਕਿਵੇਂ ਪੰਜਾਬ ਵੰਡਿਆ ਗਿਆ ਹਰਿਆਣਾ ਹਿਮਾਚਲ ਦੇ ਸਾਰਿਆਂ ਨਾਲ ਮਿਲਾਂਗੇ ਕੱਲ ਮਿਲਾਂਗੇ ਸੋ ਓਕੇ ਟੇਕ ਕੇ ਬਾਏ ਗੁੱਡ ਨਾਈਟ ਥੈਂਕ ਯੂ ਸ